ਸਾਨੂੰ ਲੱਗਦਾ ਵੀ ਸਾਡੇ ਬੜੇ ਹੀਰੋ ਬਾਹਰ ਹੀ ਜਾ ਜਾਣਗੇ ਹਨਾ ਰਹਿ ਗਏ ਇੱਥੋਂ ਮੁੰਡੇ ਵਧੀਆ ਵਧੀਆ ਮੁੰਡੇ ਗਏ ਇੱਥੋਂ ਪਰ ਉਹ ਬਾਹਰ ਹੀ ਰਹਿ ਕੇ ਵਾਪਸ ਨਹੀਂ ਆਏ ਕਿਤੇ ਮੈਂ ਹੱਸਦੇ ਕਹਿ ਦਿੰਨੇ ਆ ਮੈਂ ਕਿਹਾ ਮੁੜ ਆਇਓ ਸਾਲਿਓ ਉੱਥੇ ਨਾ ਰਹਿ ਜਾਓ ਕਿਤੇ ਆਇਓ ਵਾਪਸ ਤੁਹਾਨੂੰ ਤੁਸੀਂ ਪਾਪ ਕੋ ਕਿ ਹਨਾ ਜਿਵੇਂ ਤੁਸੀਂ ਕਿਹਾ ਵੀ ਮੁੜ ਆਇਓ ਹਨਾ ਵੀ ਉੱਥੇ ਨਾ ਰਹਿ ਜਾਓ ਜਿਹੜੀ ਤੁਸੀਂ ਗੱਲ ਕੀਤੀ ਆ ਮਤਲਬ ਮੇਰੇ ਬਹੁਤ ਜਿਹੜੇ ਮੇਰੇ ਨਾਲ ਦੇ ਸੀ ਨਾ ਮੇਰੇ ਬਹੁਤ ਜਿਹੜੇ ਕਲੋਜ਼ ਫਰੈਂਡ ਸੀਗੇ ਸਾਰੇ ਬਾਹਰ ਆ ਪਲੱਸ 2 ਤੋਂ ਬਾਅਦ ਸਾਰੇ ਚੱਲ ਗਏ ਹਨਾ ਸਾਡੇ ਨਾਲ ਦੇ ਬਾਹਰ ਸਾਰੇ ਤੁਸੀਂ ਪੈਸੇ ਕਮਾਉਣ ਜਾਂਦੇ ਹੋ ਬਾਹਰ ਕਮਾਉਣੇ ਹੋ ਲੱਖਾਂ ਪਰ ਜਦੋਂ ਉੱਥੇ ਡੈਥ ਹੋ ਜਾਂਦੀ ਆ ਤਾਂ ਤੁਹਾਡੀ ਬੋਡੀ ਪਤਾ ਇਹ ਪੰਜਾਬ ਕਾਤੋਂ ਨਹੀਂ ਆਉਂਦੀ ਪੈਸੇ ਬਹੁਤ ਲੱਗਦੇ ਆ ਕਹਿੰਦੇ ਜਾਂਦੇ ਹੋਏ ਬਿਆਨ ਦੇਗੇ ਲੈ ਕਹਿੰਦੇ ਇੱਕ ਨੇ ਹੋਰ ਵਿਆਹ ਕਰਾ ਲੈ ਕਹਿੰਦੇ ਤਾਂ ਮੈਨੂੰ ਗੁੱਸਾ ਆਇਆ ਮੈਂ ਕਿਹਾ ਪਹਿਲਾਂ ਤੂੰ ਮੈਨੂੰ ਭਾਈ ਅਸ਼ੀਰਵਾਦ ਦੇ ਗਿਆੀ ਉਦੋਂ ਕੀ ਬੰਨਣਾ ਚਾਹੁੰਦੇ ਸੀ ਮੈਨੂੰ ਮੈਂ ਲੀਡਰ ਜਾ ਬੰਨਣਾ ਚਾਹੁੰਦਾ ਸੀ ਲੋਕਾਂ ਦੇ ਜਿਹਨੂੰ ਐਵੇਂ ਜੱਤ ਕੇ ਆ ਗਏ ਇਹ ਵੀ ਤੁਰੇ ਫਿਰਦੇ ਨੇ ਮਤਲਬ ਜਿਨ੍ਹਾਂ ਦਾ ਨਾਂ ਜਾਣੀ ਨਾ ਪਤਾ ਹੁੰਦਾ ਵੀ ਇਹਦਾ ਤੇਰਾ ਨਾਂ ਕੀ ਆ ਐਂ ਕਹਿੰਦੇ ਆ ਮੈਨੂੰ ਪਹਿਲਾਂ ਕਈ ਲੋਕ ਕਹਿੰਦੇ ਹੁੰਦੇ ਸੀਗੇ ਉਹ ਨਹੀਂ ਕਹਿੰਦੇ ਮਤਲਬ ਚੈਲ ਜਾ ਕੇ ਵਿਆਹ ਕਰਾਇਆ ਮੁੰਡੇ ਨੇ ਇੰਨੇ ਪੈਸੇ ਕਿੱਥੋਂ ਆ ਗਏ ਉਹ ਵੀ ਦੱਸ ਦਿਓ ਮੜਾ ਜਾ ਨਹੀਂ ਜਦੋਂ ਮੁੰਡਾ ਕੋਈ ਜਦੋਂ ਆਪਾਂ ਬਰਾਤ ਲੈ ਕੇ ਜਾਂਦੇ ਆ ਕਿਤੇ ਉਹ ਮੁੰਡੇ ਵਾਲੇ ਪੈਸੇ ਖਰਚ ਕਰਦੇ ਹੁੰਦੇ ਆ ਮਤਲਬ ਮੈਨੂੰ ਕ ਪ੍ਰਾਈਮ ਪੌਡਕਾਸਟ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਸਿੰਘ ਅੱਜ ਦੇ ਮਹਿਮਾਨ ਰਹਿਣਗੇ ਅਮਰਿਤਪਾਲ ਸਿੰਘ ਸੁਖਾਨੰਦ ਐਮਐਲਏ ਬਾਗਾਪੁਰਾਣਾ ਆਮ ਆਦਮੀ ਪਾਰਟੀ ਦੇ ਨੌਜਵਾਨ ਵਿਧਾਇਕ ਨੇ ਨਵਾਂ ਨਵਾਂ ਵਿਆਹ ਹੋਇਆ ਸਾਡੇ ਨਾਲ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿਮਰਜੀਤ ਜੀ ਬਹੁਤ ਬਹੁਤ ਧੰਨਵਾਦ ਠੀਕ ਠਾਕ ਬਹੁਤ ਵਧੀਆ ਤੁਸੀਂ ਦੱਸੋ ਬਹੁਤ ਵਧੀਆ ਅੱਜ ਗੱਲ ਪੱਤਰਕਾਰ ਕੁੱਟ ਕੁੱਟ ਦੰਨੇ ਮੈਂ ਕਿਹਾ ਅਸੀਂ ਸਟੂਡੀਓ ਬੁਲਾ ਲਈਏ ਸਾਨੂੰ ਨਾ ਕੁੱਟ ਦਿਓ ਨਹੀਂ ਜੀ ਇਹ じゃ ਕੁਛ ਨਹੀਂ ਕਿਹਾ ਹੈ ਨਹੀਂ ਪੱਤਰਕਾਰ ਆਪਾਂ ਨਹੀਂ ਕੁੱਟਦੇ ਆਪਾਂ ਤਾਂ ਜਿਹੜੇ ਚੰਗੇ ਵਧੀਆ ਪੱਤਰਕਾਰ ਨੇ ਜਿੰਨਾ ਦੇ ਦਿਲ ਚ ਕੁਛ ਹੈ ਪੰਜਾਬ ਲਈ ਹੈ ਨਾ ਕਹਿੰਦੇ ਉਹ ਪੱਤਰਕਾਰੀ ਹੁੰਦੀ ਆ ਜਿਹੜੀ ਉਹ ਰਾਜਨੀਤੀ ਚ ਵੀ ਬੜੀ ਜ਼ਰੂਰੀ ਹੁੰਦੀ ਆ ਤੇ ਥੰਮਾ ਹਮ ਡੈਮੋਕ੍ਰੇਸੀ ਦੇ ਵਿੱਚ ਹਮ ਤਾਂ ਆਪਾਂ ਦੇ ਲੋ ਬਹੁਤ ਰਿਗਾਰਡ ਕਰਦੇ ਆ ਤਾਂ ਇਹੋ ਜਿਹਾ ਕੁਛ ਨਹੀਂਗਾ ਉਹ ਤਾਂ ਇੱਕ ਫੇਕ ਜਾਂ ਜਗਾ ਤੇ ਇੱਕ ਫੇਕ ਜਾਂ ਰੋਲਾ ਪੈ ਗਿਆ ਹਮ ਤਾਂ ਇਹਜਾ ਬੱਟੇ ਕੌਸ਼ਨੀ ਹਮ ਆਹੋ ਮੈਂ ਕਹਿਆ ਵੀ ਅਸੀਂ ਤੁਹਾਡੇ ਦਫ਼ਤਰ ਕਾਹਨੂੰ ਜਾਣਾ ਕਿਤੇ ਸਾਨੂੰ ਹੀ ਨਾ ਕੁੱਟ ਦੇਣ ਇਹ ਮੈਂ ਕਹਿਆ ਅਸੀਂ ਸਟੂਡੀਓਸ ਆਦ ਲਈਏ ਤੁਹਾਨੂੰ ਲੱਗਦਾ ਮੇਰੀਆਂ ਦਾਮਾਂ ਬੂਮਾਂ ਦੇਖ ਕੇ ਆਂ ਸ਼ਰੀਰ ਸ਼ੂਰ ਦੇਖ ਕੇ ਮੈਂ ਨਹੀਂ ਹੁਣ ਆਪਸੇ-ਆਪਸੇ ਆچھے-ਪਾچھے 50-55 ਬੰਦੇ ਨਹੀਂ ਨਾ ਖੜੇਗੇ ਹੁਣ ਤਾਂ ਕੱਲੇ ਬੈਠੇ ਹੋਣਾ ਸਾਡੇ ਸਾਹਮਣੇ ਨਹੀਂ ਨਹੀਂ ਇਹਜਾ ਕੁਛ ਨਹੀਂ ਯਾਰ ਤਿਆਰ ਕਰਨ ਵਾਲੇ ਬੰਦੇ ਆ ਜੀ 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 ਭਰਾ ਆਏ ਆਪਣੇ ਸਾਰੇ ਹਨ ਇੱਕੋ ਜਿਹੇ ਤੁਸੀਂ ਸਾਰੇ ਮੈਂ ਕੋਈ ਰਾਜਨੀਤੀ ਚ ਐਮਐਲਏ ਬਣ ਕੇ ਫੋਨ ਜ਼ਰੂਰੀਆ ਤਾਂ ਕਰ ਲੋ ਟੈਂਡ ਹਨਾ ਨਹੀਂ ਨਹੀਂ ਫੋਨ ਕੋਈ ਜ਼ਰੂਰੀ ਨਹੀਂ ਅੱਛਾ ਅੱਛਾ ਤੇ ਔਰ ਜਰੂਰੀ ਸੀ ਜਨਾ ਮੈਂ ਮਾਫੀ ਮੰਗਦਾ ਲੇਟ ਹਨਾ ਮੈਂ ਤੁਹਾਡੇ ਕੋਲੇ ਆਇਆ ਮੈਂ ਬੈਠਾ ਸੀ ਕਿਸੇ ਕੋਲੇ ਜ਼ਰੂਰੀ ਬਹੁਤ ਜ਼ਿਆਦਾ ਤੁਹਾਡਾ ਫੋਨ ਵੀ ਨਹੀਂ ਅਟੈਂਡ ਕਰ ਸਕਿਆ ਉਹਦੇ ਲਈ ਮਾਫੀ ਚਾਹੁੰਨਾ ਜੀ ਨਹੀਂ ਨਹੀਂ ਕੋਈ ਗੱਲ ਨਹੀਂ ਐਡੀ ਕੋਈ ਚੱਕਰ ਨਹੀਂ ਜੀ 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 ਠੀਕ ਠਾਕ ਹਾਂ ਬਹੁਤ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਤੇ ਤੁਸੀਂ ਕਿਹੜਾ ਪਿਆਰ ਕਰਨ ਵਾਲੇ ਪਿਆਰ ਕਰਨ ਵਾਲਾ ਇਨਸਾਨ ਆ ਮੈਂ ਤਾਂ ਹਨਾ ਵੀ ਰਾਜਨੀਤੀ ਤਾਂ ਬਹੁਤ ਮਤਲਬ ਹੋਰ ਹੀ ਪੇਸ਼ਾ ਵੀ ਵੀ ਕਹ ਲਈਏ ਵੀ ਜਿਵੇਂ ਸਫੇਦ ਲਿਬਾਸ ਦੇ ਪਿੱਛੇ ਇੱਕ ਕਾਲਾ ਸੱਚ ਲੁਕਿਆ ਹੁੰਦਾ ਹੈ ਰਾਜਨੀਤੀ ਜੇ ਕਿਹਾ ਜਾਂਦਾ ਹੈ ਨਹੀਂ ਨਾ ਨਾ ਇਹੋ ਜਿਹਾ ਕੁਝ ਨਹੀਂ ਗਿਆ ਇਹੋ ਜਿਹਾ ਕੁਝ ਨਹੀਂ ਤੁਸੀਂ ਤੁਹਾਡੇ ਆਪ ਦੇ ਤੇ ਡਿਪੈਂਡ ਆ ਹਮ ਬੜੇ ਲੋਕ ਚਿੱਟੇ ਕੱਪੜੇ ਪਾ ਕੇ ਕਾਲੇ ਕੰਮ ਕਰਦੇ ਨੇ ਤੇ ਬੜੇ ਲੋਕਾਂ ਦੇ ਜਿਹੜੇ ਕੱਪੜੇ ਕਾਲੇ ਪਾਏ ਹੁੰਦੇ ਆ ਉਹਨਾਂ ਦੇ ਦਿਲ ਬੜੇ ਸਾਫ਼ ਹੁੰਦੇ ਨੇ ਉਹਨਾਂ ਦੇ ਕੰਮ ਬੜੇ ਸਪਸ਼ਟ ਹੁੰਦੇ ਨੇ ਤਾਂ ਇਹ ਪਰਸੈਪਸ਼ਨਾਂ ਬੰਦੀਆਂ ਰਹਿੰਦੀਆਂ ਨੇ ਹਮ ਜਦੋਂ ਬਣ ਜਾਂਦੀਆਂ ਕਿਸੇ ਫੀਲਡ ਬਾਰੇ ਰਾਜਨੀਤੀ ਬਾਰੇ ਮੀਡੀਆ ਬਾਰੇ ਕਿਸੇ ਇੰਡਸਟਰੀ ਬਾਰੇ ਤਾਂ ਫਿਰ ਸਮੇਂ ਤੋਂ ਬਾਅਦ ਲੋਕ ਬਦਲਾਅ ਕਰਦੇ ਨੇ ਚੇਂਜ ਤੋਂ ਬਾਅਦ ਕੋਈ ਹੈ ਜੋ ਲੋਕੋ ਕੋ ਚੈਂਟਰ ਹੋ ਜਾਂਦੇ ਨੇ ਜਿਹੜੇ ਉਹਨਾਂ ਦਾ ਜਿਹੜਾ ਪਰਸੈਪਸ਼ਨ ਕ੍ਰੀਏਟ ਹੋ ਜਾਂਦੀ ਆ ਸਮਾਜ ਦੇ ਵਿੱਚ ਤਾਂ ਉਹਨੂੰ ਬਦਲ ਦਿੰਦੇ ਨੇ ਰਾਜਨੀਤੀ 'ਚ ਤਾਂ ਬਹੁਤ ਵਾਰ ਹੋਇਆ ਇਹ ਪਹਿਲਾਂ ਵੀ ਹੋਇਆ ਚੱਲਦਾ ਰਿਹਾ ਤਾਂ ਜਦੋਂ ਲੋਕ ਫਿਰ ਆਪਦੇ ਵਿੱਚੋਂ ਲੋਕਾਂ ਨੂੰ ਉੱਥੇ ਭੇਜ ਦਿੰਦੇ ਨੇ ਜਿਹੜੇ ਬਹੁਤ ਅੰਕ ਕਰਦੇ ਆ ਉਹਨਾਂ ਨੂੰ ਤਾਂ ਫਿਰ ਉਹ ਉੱਥੇ ਪਹੁੰਚ ਕੇ ਫਰਜ਼ ਵੀ ਹੁੰਦਾ ਫਿਰ ਉੱਥੇ ਜਾ ਕੇ ਉਹ ਸਾਰੀ ਪਰਸੈਪਸ਼ਨ ਨੂੰ ਚੇਂਜ ਕਰ ਦਿੰਦੇ ਨੇ ਤਾਂ ਜਿਹੜੇ ਸਾਡੇ ਚਿੱਟੇ ਕੱਪੜੇ ਨੇ ਸਾਡੇ ਚਿੱਟੇ ਕੱਪੜਿਆਂ 'ਚ ਤੇ ਉਦੋਂ ਪਹਿਲਾਂ ਵਾਲੇ ਚਿੱਟੇ ਕੱਪੜਿਆਂ 'ਚ ਬੜਾ ਫਰਕ ਆ ਹੂੰ ਪਰ ਨਾਲੇ ਚਿੱਟੇ ਕੱਪੜੇ ਆ ਹੋਰ ਸੀ ਜਿਹੜੇ ਸਾਡੇ ਵਾਲੇ ਚਿੱਟੇ ਕੱਪੜੇ ਨੇ ਇਹ ਮੈਨੂੰ ਲੱਗਦਾ ਹੈ ਲੋਕਾਂ ਨੂੰ ਚੰਗੇ ਲੱਗਦੇ ਹੁਣ ਤਾਂ ਹੀ ਤਾਂ ਤੁਸੀਂ ਦੇਖਿਆ ਤਾਂ ਕਰੋ ਪਿੰਡਾਂ ਚ ਨਿਕਲ ਕੇ ਸਾਰੇ ਨੌਜਵਾਨਾਂ ਦੇ ਚਿੱਟੇ ਕੁੜਤੇ ਵੀ ਹਮੇ ਪੂਰੇ ਸੋਹਣੇ ਪਾਈ ਹੁੰਦੇ ਨੇ ਉਹ ਤਾਂ ਪਹਿਲਾਂ ਵੀ ਪਾਈ ਹੁੰਦੇ ਸੀ ਇਹ ਪਹਿਲਾਂ ਨਹੀਂ ਸੀ ਪਾਈ ਹੁੰਦੇ ਪਹਿਲਾਂ ਆਮ ਕਰਦੇ ਕਿੱਥੇ ਨੂੰ ਚਿੱਟਾ ਪਾਉਣ ਦਿੰਦੇ ਸੀ ਉਹ ਤਾਂ ਪਹਿਲਾਂ ਤਾਂ ਲੀਡਰਾਂ ਲੂਡਰਾਂ ਦੇ ਵੱਡਿਆਂ ਦੇ ਕਰੋੜਪਤੀਆਂ ਦੀ ਸਾਰਿਆਂ ਦੀ ਪਾਈ ਹੁੰਦੀ ਸੀ ਨਹੀਂ ਨਹੀਂ ਪਹਿਲਾਂ ਤਾਂ ਬਹੁਤ ਤਕੜੇ ਲੋਕਾਂ ਦੇ ਪਾਈ ਹੁੰਦੇ ਹੁਣ ਆਮ ਲੋਕ ਪਾਉਣ ਲੱਗੇ ਉਹਨਾਂ ਨੂੰ ਲੀਡਰ ਜਿਹਾ ਟੱਚ ਆ ਗਿਆ ਸਾਰਿਆਂ 'ਚ ਤੁਸੀਂ ਕੀ ਤੋਂ ਸਮਝਾਉ ਮੈਂ ਹੁਣ ਮੈਂ ਦੱਸਤਾ ਦੇਉਂਗਾ ਬਾਚੇ ਇਹਨਾਂ ਨੂੰ ਪੁੱਛਣ ਚੱਲ ਕੇ ਜੋ ਬਾਕੀਆਂ ਨੂੰ ਵੀ ਪੈਸੇ ਦਿੱਤੇ ਆ ਕਿ ਹਮੇ ਉਹ ਨਾਲ ਵੀ ਪੁੱਛਮਾ ਫੋਨ ਹੀ ਲਾ ਲੂੰਗਾ ਕੀ ਤੋਂ ਸੁਣੋਨੇ ਹੋ ਮੈਂ ਤੁਹਾਡੇ ਸ਼ਹਿਰ ਚ ਹੀ ਆ ਸਾਡਾ ਆਪਣਾ ਜੱਗਾ ਜੱਗਾ ਹੁੰਦਾ ਸੁਪਰ ਸ਼ਾਈਨ ਸੁਪਰ ਸ਼ਾਈਨ ਵਾਲੇ ਦਾ ਠੀਕ ਹੈ ਸਾਫਤਾ ਮੇਰਾ ਰਹਿੰਦਾ ਉਹਦੇ ਨਾਲ ਪੈਂਡਿੰਗ ਪਿਆ ਜਿੰਨੇ ਕ ਬਣਾਈ ਦੇ ਉਹਨੇ ਕੋ ਨੂੰ ਮੋੜਿਆਈਦਾ ਕਈ ਵਾਰ ਗਲਤ ਬਣਾ ਦਿੰਦਾ ਆ ਆ ਜਿਹੜੇ ਆ ਬਣਾਏ ਨੇ ਉਹਨੇ ਗਲਤ ਬਣਾ ਦਿੱਤੇ ਮੈਨੂੰ ਐ ਲੱਗਦਾ ਆਮ ਆਦਮੀ ਪਾਰਟੀ ਵਾਲਿਆਂ ਦੇ ਸਾਰਿਆਂ ਦੀ ਉਹ ਬਣਾਉਂਦਾ ਕਿ ਹਰੇਕ ਦੀ ਇੰਜ ਟੇਪ ਜਾ ਆਉਂਦਾ ਹੈਗਾ ਫੋਟੋ ਪਾਈ ਹੁੰਦੀ ਆ ਨਹੀਂ ਉਹ ਵਧੀਆ ਮੈਂ ਬਟ ਉਹਨੇ ਪਹਿਲੇ ਹੀ ਮੇਰੇ ਬਣਾ ਕੇ ਦਿੱਤੇ ਸੀਗੇ ਫਿਰ ਮੈਂ ਬੜੇ ਲੋਕਾਂ ਨੂੰ ਕਿਹਾ ਮੈਂ ਕਿਸੇ ਵੱਡੇ ਲੀਡਰ ਕੋਲ ਗਿਆ ਮੈਨੂੰ ਕਹਿੰਦੇ ਯਾਰ ਇਹ ਤੂੰ ਕੁਰਤੇ ਵੀ ਮੈਂ ਕਿੱਥੋਂ ਬਣਾਇਆ ਕਿਹਨੇ ਪੁੱਛੀ ਦੱਸ ਦਿਓ ਹੁਣ ਐਡੀ ਵੀ ਨਹੀਂ ਗੱਲ ਇੱਥੇ ਰਮੇਲਾ ਦਾ ਚਲੋ ਬਾਚ ਦਾਦਰ ਦਾਦਰ ਨਹੀਂ ਨਹੀਂ ਕੋਈ ਕਰਨੀ ਕੋਈ ਨਾ ਮੀਤ ਮੀਤ ਦੇ ਨਾਲ ਮੀਤ ਯਾਰ ਆਪਣੇ ਮੰਤਰੀ ਸਾਹਿਬ ਨੇ ਅੱਛਾ ਉਹ ਪਾ ਦੇ ਕਹਿੰਦੇ ਤਰੇ ਕੋਲਰ ਖੜਾ ਰਹਿੰਦਾ ਆ ਹਾਂ ਕਹਿੰਦੇ ਆਮਕੁੱਟ ਤੇ ਵੀ ਆ ਮੈਂ ਨਹੀਂ ਖੜਦਾ ਤੇਰਾ ਕਿਵੇਂ ਖੜਦਾ ਲੱਗ ਪਿੰਦੇ ਨੇ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਉੱਥੋਂ ਮਰੌਣਾ ਪੇਪਰ ਕੋਟਨ ਦਾ ਕੱਪੜਾ ਤੇ ਬੜੇ ਵਧੀਆ ਬਣਾ ਕੇ ਕਹਿੰਦਾ ਕਹਿੰਦੇ ਸਾਡੇ ਵੀ ਬਣਾ ਕੇ ਦੇ ਹੂੰ ਫਿਰ ਉਦੋਂ ਬਾਅਦ ਚੱਲਿਆ ਫਿਰ ਉਹ ਦੱਸਦੇ ਸੀ ਕਹਿੰਦੇ ਸਾਡੇ ਤੋਂ ਇੱਕ ਦੋ ਨੇ ਹੋਰ ਪੁੱਛਿਆ ਵੀ ਇਹ ਖੜੇ ਕੋਲਰਾਂ ਵਾਲੇ ਕਿਵੇਂ ਹਨਾ ਤੇ ਫਿਰ ਮੈਂ ਉਹ ਜੱਗੇ ਦਾ ਦਿੱਤਾ ਮੈਂ ਕਹੀ ਕਰੇ ਤੂੰ ਕਰ ਲਿਆ ਕਰੋ ਤੇ ਪਰ ਮੈਂ ਉਹਨੂੰ ਕਿਹਾ ਸੀ ਮੈਂ ਕਿਹਾ ਤੂੰ ਕੋਰਤੇ ਪਿਆ ਮੈਂ ਜਿਹਦੇ ਮਰਜ਼ੀ ਬਣਾ ਲੈ ਆ ਉਹਦਾ ਹਸਾਬਕਤਾ ਪੈਸੇ ਉਧਰ ਰੱਖੀ ਮੇਰੇ ਖਾਤੇ ਚ ਨਾ ਲਿਖੀ ਜਾ ਮੇਰੇ ਕੋਲ ਆ ਮੈਂ ਤਾਂ ਕੱਲੇ ਆਪਦੇ ਆਪ ਦੇ ਦੇ ਦੂੰਗਾ ਤੂੰ ਬਾਕੀ ਦੇਖੀ ਤਾਂ ਉਹਨੂੰ ਬਣਾਉਣੇ ਆ ਚਲੋ ਜਿਵੇਂ ਤੁਸੀਂ ਲਿਬਾਸ ਦੀ ਗੱਲ ਕੀਤੀ ਆ ਲਿਬਾਸ ਦੀ ਚਲੋ ਗੱਲ ਹੋ ਗਈ ਆ ਆਪਾਂ ਕਰਤਾਰ ਦੀ ਗੱਲ ਕਰਦੇ ਆ ਜਿਵੇਂ ਆਪ ਕਰ ਰਹੇ ਸੀ ਵੀ ਕਈ ਵਾਰੀ ਤੁਸੀਂ ਕਿਹਾ ਕਾਲੇ ਕੱਪੜਾ ਪਿੱਛੇ ਵੀ ਕਈ ਵਰੀ ਸਾਫਦਰ ਲੁਕਿਆ ਹੁੰਦਾ ਤੋੜਾ ਕਿਵੇਂ ਇੰਟਰਸਟ ਪਣਿਆ ਇੱਧਰ ਆਉਣ ਨੂੰ ਹਨਾ ਵੀ ਤੁਸੀਂ ਇੰਜੀਨੀਅਰਿੰਗ ਲਾਈਨ ਦੇ ਵਿੱਚ ਸੀਗੇ ਤੁਸੀਂ ਪੜ੍ਹਦੇ ਸੀ ਕਿਵੇਂ ਵੀ ਰਾਜਨੀਤੀ ਜਾਣਾ ਚਾਹੀਦਾ ਮੇਰੇ ਫਾਦਰ ਸਾਹਿਬ ਸਰਪੰਚ ਸੀ ਪਿੰਡ ਦੇ ਹੂੰ ਤੇ ਲਗਭਗ ਸਾਡੇ ਘਰੇ ਕਾਫੀ ਲੀਡਰ ਆਉਂਦੇ ਰਹਿੰਦੇ ਸੀ ਉਦੋਂ 90 92 95 97 ਦੇ ਵਿੱਚ ਉਹਨਾਂ ਟਾਈਮਾਂ ਦੇ ਵਿੱਚ ਤੇ ਉਦੋਂ ਅਸੀਂ ਵੀ ਮਿਲਦੇ ਰਹਿੰਦੇ ਸੀ ਸਾਨੂੰ ਇਹ ਤਾਂ ਪਤਾ ਸੀ ਵੀ ਇਹ ਐਮਐਲਏ ਹੁੰਦਾ ਇਹ ਮੰਤਰੀ ਹੁੰਦਾ ਹੂੰ ਇੱਕ ਦੋ ਸੀ ਜਾਂ ਵੀ ਘਰੇ ਆਏ ਹੂੰ ਤੇ ਤਾਂ ਮਤਲਬ ਮਾਹੌਲ ਠੀਕ ਲੱਗਦਾ ਸੀ ਪੋਲਿਟਿਕਲ ਸੀ ਆ ਤੇ ਜਦੋਂ ਵੀ ਕਰੇ ਗੱਲ ਹੁੰਦੀ ਸੀ ਹਮੇਸ਼ਾ ਰਾਜਨੀਤੀ ਦੀ ਹੁੰਦੀ ਸੀਗੀ ਹੂੰ ਪਰ ਉਸ ਤੋਂ ਬਾਅਦ ਫਾਦਰ ਸਾਹਿਬ ਨੇ ਇੱਕ ਟਰਮ ਸਰਪੰਚੀ ਕੀਤੀ ਫਿਰ ਉਸ ਤੋਂ ਬਾਅਦ ਉਹ ਉਹ ਨਾਲ ਕਹਿੰਦੇ ਮੈਂ ਕਰਨਾ ਨਹੀਂ ਕਿਉਂਕਿ ਘਰੇ ਜਿੰਮੇਵਾਰੀ ਸੀਗੀ ਭੈਣਾਂ ਨੇ ਮੇਰੀਆਂ ਵੱਡੀਆਂ ਤਿੰਨ ਤਿੰਨੇ ਹੀ ਵਿਆਹਣ ਵਾਲੀਆਂ ਹੋ ਗਈਆਂ ਸੀਗੀਆਂ ਤੁਸੀਂ ਸਾਰੇ ਤੋਂ ਛੋਟੇ ਹਾਂ ਮੈਂ ਸਭ ਤੋਂ ਛੋਟਾ ਹੂੰ ਫਿਰ ਫਾਦਰ ਸਾਹਿਬ ਪੋਲਿਟਿਕਸ ਤੋਂ ਸਾਈਡ ਤੇ ਚੱਲ ਗਏ ਮਤਲਬ ਆਪਣੇ ਕੰਮਾਂ 'ਚ ਬਿਜੀ ਹੋ ਗਏ ਫਿਰ ਭੈਣਾਂ ਦੇ ਵਿਆਹ ਉਹ ਕੀਤੇ ਤਾਂ ਉਹ ਮੇ ਫੈਮਿਲੀ ਦੇ ਵਿੱਚ ਸੀਗਾ ਬਟ ਜਿਹੜੀ ਨਵੀਂ ਇਹ ਹੋਣ ਵਾਲੀ ਮੇਰੇ ਵਾਲੀ ਲਾਈਨ ਆ ਤਾਂ ਮੈਨੇ ਉਹ ਵਿਚਾਲੇ ਉਹ ਬ੍ਰੇਕ ਹੋ ਗਈ ਮੈਂ ਜਦੋਂ ਚੰਡੀਗੜ੍ਹ ਪੜ੍ਹਨਾ ਆਇਆ ਫਿਰ ਪੜ੍ਹਨਾ ਕਿ ਇੱਥੇ ਗੱਲਾਂ ਬਾਤਾਂ ਕਰਨੀਆਂ ਤਾਂ ਉਹ ਟੱਚ ਰਾਜਨੀਤੀ ਵਾਲਾ ਸੀਗਾ ਨੌਲੇਜ ਸੀਗੀ ਕਈ ਚੀਜ਼ਾਂ ਦੇ ਤੇ ਜਦੋਂ ਕਿਤੇ ਯਾਰ ਦੋਸਤ ਬੈਠ ਕੇ ਗੱਲਾਂ ਕਰਦੇ ਤਾਂ ਮੈਂ ਦੱਸਦਾ ਤੋਂ ਮੈਨੂੰ ਕਹਿੰਦੇ ਸੀ ਕਹਿੰਦੇ ਤੇਰਾ ਤੂੰ ਕਾਫੀ ਰਾਜਨੀਤੀ ਦੀਆਂ ਗੱਲਾਂ ਕਰਦਾ ਤੇਰਾ ਕਾਫੀ ਐਕਸਪੀਰੀਅੰਸ ਆ ਵਿੱਚ ਤਾਂ ਇਦਾਂ ਕਰਦੇ ਕਰਦੇ ਫਿਰ ਕਾਲਜ ਲਾਈਫ ਆ ਗਈ ਕਾਲਜ ਚ ਇਲੈਕਸ਼ਨ ਲੜੇ ਜਿੱਤੇ ਵੀ ਫਿਰ ਯੂਨੀਵਰਸਿਟੀ ਚ ਆਨ ਲਾਗੇ ਪੀਯੂ ਜਾਣ ਲਾਗੇ ਉਥੇ ਇਲੈਕਸ਼ਨ ਕੰਪੇਨ ਕਰਦੇ ਸੀ ਉਥੇ ਵੀ ਬੜੇ ਦੋਸਤ ਜਿੱਤੇ ਫਿਰ ਉਸ ਤੋਂ ਬਾਅਦ ਜਿਹੜਾ ਫਿਰ ਆਮ ਆਦਮੀ ਪਾਰਟੀ ਆ ਗਈ ਹਮ ਆਮ ਆਦਮੀ ਪਾਰਟੀ ਦੇ ਵਿੱਚ ਐਂਟਰ ਹੋ ਗਏ ਇੱਥੇ ਜਨਸਾਰੀ 2014 15 ਦੇ ਵਿੱਚ ਵੀ ਵੱਡੇ ਅਹੁਦਿਆਂ ਤੇ ਕੰਮ ਕਰਨ ਦਾ ਮੌਕਾ ਮਿਲਿਆ ਮੈਂ 2014 ਦੇ ਵਿੱਚ ਪੰਜਾਬ ਦਾ ਕਿਸਾਨ ਵਿੰਗ ਦਾ ਜੁਆਇੰਟ ਸੈਕਟਰੀ ਬਣਿਆ ਹੂੰ ਉਸ ਤੋਂ ਬਾਅਦ ਫਿਰ ਯੂਥ ਵਿੰਗ ਚ ਖਜ਼ਾਂਚੀ ਖਜ਼ਾਂਚੀ ਬਣ ਗਿਆ ਤੇ ਫਿਰ ਸਪੋਕਸਪਰਸਨ ਬਣ ਗਿਆ ਹੂੰ ਫਿਰ ਇੱਕ ਸਟੇਟ ਟੀਮ ਬਣੀ ਉਹ ਚ ਆ ਗਿਆ ਬਿਜਲੀ ਅੰਦੋਲਨ ਦੀ ਜੀ ਚ ਪ੍ਰੋਫੈਸਰ ਸਾਧੂ ਸਿੰਘ ਜਸਟਿਸ ਜੋਰਾ ਸਿੰਘ ਆ ਗਏ ਵੱਡੇ ਵੱਡੇ ਲੀਡਰਸ਼ਿਪ ਮੇਰਾ ਉਹ ਚ ਨਾ ਆਇਆ ਜੀ ਫਿਰ ਉਹਦੇ ਮਿਲਦੇ ਗਏ ਐਵੇਂ ਕਰਕੇ ਬਟ ਜਿਹੜਾ ਪੋਲਿਟਿਕਸ ਦਾ ਮੇਨ ਦੋ ਰੀਜ਼ਨ ਨੇ ਵੱਡੇ ਔਨ ਦੇ ਹੂੰ ਇੱਕ ਤਾਂ इमोशनल ਜਾਂ ਟੱਚ ਆ ਇੱਕ ਕਿਸੇ ਦੋਸਤ ਨੇ ਕਿਹਾ ਹੂੰ ਮਤਲਬ ਜਦੋਂ ਮੈਂ 17 ਦੇ ਵਿੱਚ 16 17 ਦੇ ਵਿੱਚ ਜਦੋਂ ਕੈਂਪੇਨ ਮੈਨੇਜਰ ਕੈਂਪੇਨ ਕੈਂਪੇਨ ਇਨ ਚਾਰਜ ਸੀਗਾ ਬਾਕੀ ਪੁਰਾਣੇ ਤੋਂ ਉਦੋਂ ਮੈਨੂੰ ਮੀਤ ਹੇਰ ਨੇ ਅੱਜਕੱਲ ਮંત્રી ਨੇ ਪਰ ਸਾਡੇ ਦੋਸਤ ਨੇ ਉਹਨਾਂ ਨੇ ਕਿਹਾ ਮੈਨੂੰ ਕਹਿੰਦੇ ਤੂੰ ਕੀ ਚਾਹਣਾ ਤੂੰ ਐਮਐਲਏ ਬਾਨਾ ਮੈਂ ਕਿਹਾ ਹਾਂ ਯਾਰ ਵੀ ਐਮਐਲਏ ਵੀ ਕਹਿੰਦੇ ਫਿਰ ਛੱਡ ਦੇ ਚੰਡੀਗੜ੍ਹ ਮੈਨੂੰ ਕਹਿੰਦਾ ਮੀਤ ਨੇ ਆਪ ਸਿੱਧਾ ਕਿਹਾ ਕਹਿੰਦਾ ਫਿਰ ਛੱਡ ਦੇ ਚੰਡੀਗੜ੍ਹ ਕਹਿੰਦਾ ਕਾਰ ਲੈ ਜਾ ਕਹਿੰਦਾ ਜੇ ਬਾਨਾ ਤਾਂ ਕਹਿੰਦਾ ਫਿਰ ਉੱਥੇ ਲੋਕਾਂ ਚ ਚੱਲ ਇਹ ਤੇ ਚੰਡੀਗੜ੍ਹ ਰਹਿ ਕੇ ਨਹੀਂ ਬਣਾ ਜਾਣਾ ਫਿਰ ਮੈਂ ਉਹਦੀ ਗੱਲ ਧਿਆਨ ਚ ਲਾ ਕੇ ਮੈਂ ਕਿਹਾ ਠੀਕ ਆ ਫਿਰ ਮੈਂ ਚੱਲ ਗਿਆ ਫਿਰ ਮੈਂ ਇਥੋਂ ਬੈਗ ਬੂਕ ਇਕੱਠਾ ਕਰਕੇ ਸਾਰਾ ਬੂਟਾਂ ਦੀ ਡਿੱਗੀ ਭਰ ਕੇ ਸਾਰਾ ਕੁਝ ਲੈ ਕੇ ਕਾਦੀ ਡਿੱਗੀ ਸ਼ੂਜ਼ ਬੂਟ ਜਿੰਨੇ ਸੀ ਬੂਟ ਬਾਟ ਕਿਤਾਬਾਂ ਸਾਰਾ ਕੁਝ ਭਰ ਕੇ ਮੈਂ ਸੁਣਿਆ ਨੋਟਾਂ ਦੀ ਨਾ ਨੋਟਾਂ ਅੱਛਾ ਨੋਟਾਂ ਦੀ ਨਹੀਂ ਜੇ ਨੋਟਾਂ ਬੂਟਾਂ ਦੀ ਡਿੱਗੀ ਭਰ ਕੇ ਬੂਟਾਂ ਦੀ ਡਿੱਗੀ ਭਰ ਕੇ ਚੱਲ ਗਏ ਉੱਥੇ ਫਿਰ ਉਹ ਹੋ ਗਿਆ ਤੇ ਫਿਰ ਉੱਥੋਂ ਤਾਂ ਪੱਕਾ ਹੀ ਹੋ ਗਿਆ ਸੀਗਾ 2017 ਚ ਤਾਈ ਸੋਚ ਲਿਆ ਸੀ ਵੀ ਨਹੀਂ ਬਣਾ ਕੁਛ ਨਾ ਕੁਛ ਤੇ ਦੂਜਾ ਵੱਡਾ ਮਤਲਬ ਗੁੱਸਾ ਸੀਗਾ ਦੂਜੀਆਂ ਪਾਰਟੀਆਂ ਤੇ ਉਹ ਇਹ ਸੀ ਵੀ ਜਿਹੜੀ ਮੇਰੀ ਸਭ ਤੋਂ ਛੋਟੀ ਸਿਸਟਰ ਆ ਉਹਨਾਂ ਦੇ ਹਸਬੰਦ ਦੀ ਡੈਥ ਹੋ ਗਈ ਸੀ ਤੇ ਡੈਥ ਦਾ ਰੀਜ਼ਨ ਸੀਗਾ ਡਰੱਗ ਮਤਲਬ ਉਹਦੇ ਕਰਕੇ ਤੇ ਆਸਟ੍ਰੇਲੀਆ ਗਏ ਸੀ ਬਹੁਤ ਅੱਛਾ ਸੀਗਾ ਭਰਾ ਸਾਡਾ ਪੈਨ ਨਵੀ ਬਹੁਤ ਇੰਟੈਲੀਜੈਂਟ ਸੀ ਆਸਟ੍ਰੇਲੀਆ ਗਏ ਵਾਪਸ ਆਏ ਕਿਉਂਕਿ ਦੋਵਾਂ ਨੂੰ ਗਵਰਨਮੈਂਟ ਜੌਬ ਮਿਲ ਗਈ ਸੀ ਆਸਟ੍ਰੇਲੀਆ ਛੱਡ ਕੇ ਆ ਗਏ ਸੀਗੇ ਇੱਧਰ ਤਾਂ ਫਿਰ ਉਹਦੇ ਡੈਥ ਹੋਈ ਤਾਂ ਉਹ ਮਾਹੌਲ ਜਾਂ ਪਰਿਵਾਰ ਦਾ ਥੋੜਾ ਜਿਹਾ ਗੜਬੜਾ ਗਿਆ ਤੇ ਮੈਂ ਇੱਕ ਦਿਨ ਵੈਸੇ ਹੀ ਖਿਜਿਆ ਖਿਜਿਆ ਮੈਂ ਧਰਮਕੋਟ ਉੱਥੋਂ ਦੇ ਇੱਕ ਵੱਡੇ ਲੀਡਰ ਕਾਂਗਰਸੀ ਕੋਲ ਚੱਲ ਗਿਆ ਮੈਂ ਉਹਨੂੰ ਕਿਹਾ ਮੈਂ ਕਿ ਅੰਕਲ ਜੀ ਵੀ ਡਰਗ ਮਾੜੀ ਚੀਜ਼ ਆ ਵੀ ਤੁਸੀਂ ਮੈਨੂੰ ਪਤਾ ਫਲਾਣੇ ਫਲਾਣੇ ਬੰਦੇ ਸੀ ਜਿਹੜੇ ਉਹ ਮੇਰੇ ਉਹਨੂੰ ਸਾਡੇ ਭਰਾ ਨੂੰ ਡਰਗ ਦਿੰਦੇ ਸੀ ਇਹ ਤੋਂ ਮੇਰੀ ਮਤਤ ਕਰੋ ਉਹਨਾਂ ਨੂੰ ਫੜ ਉਹਨਾਂ ਨੂੰ ਤਾ ਉਹਨੇ ਮੇਰੀ ਗੱਲ ਨਹੀਂ ਸੁਣੀ ਧਿਆਨ ਹੀ ਨਹੀਂ ਲਿਆਗਾ ਮਤਲਬ ਮੇਰੀ ਕੋਈ ਉਹਨੇ ਆਖਿਆ ਜੇ 50 ਤੁਰੇ ਫਿਰਦੇ ਨੇ ਕੀ ਫਰਕ ਪੈਂਦਾ ਤਾਂ ਫਿਰ ਮੈਨੂੰ ਫਿਰ ਕਿਹਾ ਥੋੜਾ ਜ ਮੈਂ ਤਲਖੀ ਚ ਗਿਆ ਕਿਉਂਕਿ ਦੁੱਖ ਸੀਗਾ ਮੈਂ ਕਿਹਾ ਜੀ ਤੁਸੀਂ ਫੜਦੇ ਨਹੀਂ ਬੰਦੇ ਮਰੀ ਜਾਣਗੇ ਇਹ ਹੋਈ ਜਾਊਗਾ ਤਾਂ ਉਹ ਕਹਿੰਦਾ ਯਾਰ ਮੈਨੂੰ ਨਹੀਂ ਪਤਾ ਜਿਹੜਾ ਕੋਈ ਕਰਨਾ ਕਰ ਲੂਗਾ ਤੁਹਾਨੂੰ ਕੀ ਪਤਾ ਕਹਿੰਦਾ ਐਮਐਲਏ ਕੀ ਹੁੰਦਾ ਹੂੰ ਉਦੋਂ ਬਾਅਦ ਮਤਲਬ ਜਦੋਂ ਉਹ ਇੱਕ ਗੁੱਸਾ ਜਿਹਾ ਆ ਗਿਆ ਮਨ 'ਚ ਤੇ ਫਰ ਜਦੋਂ ਕਿਤੇ ਤਰਨੇ ਤੁਰਨੇ ਚ ਜਾਣਾ ਡਰਗ ਦੇ ਅਗੇਂਸਟ ਜਾਣਾ ਕੋਈ ਰੈਲੀਆਂ ਕੱਢਦੇ ਸੀ ਕਿਤੇ ਜਾਂਦੇ ਸੀਗੇ ਫਿਰ ਇਹ ਸੀਗਾ ਵੀ ਆਰ ਇਹ ਹੋਰ ਕਿਸੇ ਨਾਲ ਹੋ ਜੇ ਕਿਉਂਕਿ ਜਿਹੜਾ ਜਦੋਂ ਹੱਸਦਾ ਖੇਡਦਾ ਪਰਿਵਾਰ ਹੋਵੇ ਵਧੀਆ ਆਪਾਂ ਆਪਣੇ ਨਾਰਮਲ ਪਰਿਵਾਰਾਂ ਚ ਕੀ ਹੁੰਦਾ ਆਪਾਂ ਕੱਲਾ ਕੱਲਾ ਸਾਫ ਲੋੜਿਆ ਇਸ ਵਾਰਾ ਖੇਤੀ ਆ ਗਈ ਇਹ ਚੋਂ ਇੰਨੇ ਪੈਸੇ ਬਚ ਜਾਣਗੇ ਇਹਦਾ ਆਪਾਂ ਇਹ ਲਿਆਵਾਂਗੇ ਇਸ ਤੋਂ ਦੋ ਲੋਕਾਂ ਬੱਜੂਇਦ ਕੀ ਟੋਨੇ ਜੋ ਬਚਾ ਕੇ ਜੀ ਤੇ ਆਪਾਂ ਆ ਕਮਰਾ ਪਾਲਾਂਗੇ ਰੈਨੋਵੇਟ ਕਰ ਲਾਂਗੇ ਜਾਂ ਕਾਰ ਛੋਟੀ ਵੱਡੀ ਕਾਰ ਲੈ ਆਵਾਂਗੇ ਇਹ ਜਿਹੀਆਂ ਹੁੰਦੀਆਂ ਜਦੋਂ ਇਹ ਜੇ ਆਮ ਜੇ ਪਰਿਵਾਰ ਤੇ ਇੱਕ ਇਹ ਜਿਹੀ ਸੱਟ ਪੈ ਜੇ ਜਿਹੜੀ ਸੋਚੀ ਨਹੀਂ ਕਦੇ ਵੀ ਆਪਣੀ ਤਾਂ ਬੱਚੀ ਭੈਣ ਵੀ ਉਹ ਇਹ ਹੋ ਗਿਆ ਹਨਾ ਤਾਂ ਉਹ ਸਾਰਾ ਸਿਸਟਮ ਹਿੱਲੇ ਜਾਂਦਾ ਫਿਰ ਤੁਹਾਡੇ ਤੁਹਾਡੀ ਜਿਹੜੀ ਰੁਪਈਆ ਰੁਪਈਆ ਦੀ ਮੈਨੇਜਮੈਂਟ ਹੁੰਦੀ ਆ ਤੁਹਾਡੀ ਜਾਂ ਇਹ ਕਰ ਲੋ ਤੁਸੀਂ ਇੱਕ ਲਾਈਨ ਜੀ ਖਿੱਚੀ ਹੁੰਦੀ ਆ ਵੀ ਮੈਂ ਇੰਨੇ ਟਾਈਮ ਚ ਇਹ ਕਰਨਾ ਇਹ ਕਰਨਾ ਨੌਕਰੀ ਲਗਵਿਆਂ ਕਰੂੰ ਬਾਹਰ ਜਾਣਾ ਕਿਸੇ ਨੇ ਕੁਝ ਵੀ ਉਹ ਸਾਰਾ ਕੁਝ ਹਿੱਲੇ ਜਾਂਦਾ ਤੁਹਾਡੇ ਮਾਪੇ ਉਹ ਦੀ ਸੇਤਾ ਲੈ ਜਾਂਦੀ ਆ ਘਰ ਦਾ ਮਾਹੌਲ ਬਦਲ ਜਾਂਦਾ ਤਾਂ ਉਹ ਚੀਜ਼ ਨੇ ਵੀ ਬੜਾ ਉਹ ਕੀਤਾ ਮਤਲਬ ਜਦੋਂ ਕਦੇ ਥੱਕ ਕੇ ਬੈਠ ਜਾਂਦਾ ਸੀਗਾ ਮੈਂ ਕਰੇ ਕਿਉਂਕਿ ਰਾਜਨੀਤੀ ਚ ਇਹ ਹੁੰਦਾ ਵੀ ਤੁਸੀਂ ਰੋਜ਼ ਚੜ੍ਹਦੀ ਕਲਾ 'ਚ ਨਹੀਂ ਰਹਿੰਦੇਗੇ ਹਮ ਕਦੇ ਕਦੇ ਤੁਹਾਨੂੰ ਇਨਸਾਨ ਇਹੋ ਜਿਹਾ ਮਿਲ ਜਾਂਦਾ ਜਿਹੜਾ ਬਿਲਕੁਲ ਨੈਗੇਟਿਵ ਕਰਕੇ ਤੁਹਾਨੂੰ ਘਰੇ ਬਿਠਾ ਦਿੰਦਾ ਜਾਂ ਕਦੇ ਕਦੇ ਇਹੋ ਜਿਹਾ ਹੋ ਜਾਂਦਾ ਵੀ ਤੁਸੀਂ ਆਮ ਤੌਰ ਤੇ ਹੁੰਦਾ ਰਹਿੰਦਾ ਰੇਲੀਆਂ 'ਚ ਵੀ 500 ਬੰਦਾ ਲੈ ਕੇ ਗਏ ਉੱਥੇ ਕੋਈ ਸਟੇਜ ਤੇ ਵੀ ਨਹੀਂ ਚੜ੍ਹ ਦਿੰਦਾ ਫਿਰ ਅਗਲੇ ਨੂੰ ਇਹ ਹੁੰਦਾ ਯਾਰ ਮੈਂ ਇੰਨਾ ਜ਼ੋਰ ਲਾ ਕੇ ਆਇਆ ਤੇ ਕਿਸੇ ਨੇ ਪੁੱਛਿਆ ਨਹੀਂ ਫਿਰ ਉਹ ਟੁੱਟ ਜਾਂਦੇ ਸੀ ਟੁੱਟ ਟੁੱ ਕਰੇ ਬੈਠ ਕੇ ਇੱਕ ਦੋ ਦਿਨ ਚ ਫਿਰ ਫਿਰ ਰੈਲਾਈਜ਼ ਹੁੰਦਾ ਰੈਲਾਈਜ਼ ਹੁੰਦਾ ਸੀ ਵੀ ਯਾਰ ਤੂੰ ਐਡਾ ਮਾੜਾ ਤਾਂ ਨਹੀਂ ਟੁੱਟ ਕੇ ਬਹਿ ਗਿਆ ਵੀ ਤੂੰ ਤਾਂ ਕਰਨਾ ਕੁਝ ਨਾ ਕੁਝ ਵੀ ਇਹ ਜੇ ਕੰਮ ਨੇ ਤਾਂ ਉਹ ਚੀਜ਼ਾਂ ਤਾਂ ਫਿਰ ਤੁਹਾਨੂੰ ਪਾਵਰ ਦਿੰਦਿਆਂ ਨੇ ਐਵੇਂ ਖੜਾ ਹੁੰਦਾ ਹੁੰਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਫਿਰ ਤਾਂ ਫੂਲ ਪੋਲਿਟਿਕਸ 'ਚ ਆ ਗਏ ਤੇ ਹੁਣ ਤੁਹਾਡੇ ਸਾਹਮਣੇ ਆ ਤੇ ਹੁਣ ਉਹ ਚੀਜ਼ਾਂ ਯਾਦ ਨੇ ਸਾਰੀਆਂ ਉਹਨਾਂ ਨੂੰ ਧਿਆਨ ਚ ਰੱਖ ਕੇ ਕੰਮ ਕਰਦੇ ਆ ਕਦੇ ਭੈਣਾ ਨੇ ਰੋਕਿਆ ਨਹੀਂ ਵੀ ਕੱਲਾ ਕੱਲਾ ਭਰਾ ਹਨਾ ਵੀ ਇਹ ਕਿਹੜਾ ਕੰਮ ਆ ਰਾਜਨੀਤੀ ਮਤਲਬ ਲੜਾਈ ਵਾਲਾ ਕੰਮ ਹੀ ਆ ਜੇ ਮੰਨ ਲਓ ਜਦੋਂ ਵਿਰੋਧੀ ਧਿਰ ਚ ਹਨਾ ਮਤਲਬ ਕੁਝ ਵੀ ਨਹੀਂ ਸੀਗੇ ਪ੍ਰੋਟੈਸਟ ਕਰਦੇ ਸੀ ਜਾਂ ਜਨਾਂ ਦੇ ਅਗੇਂਸਟ ਬੋਲਦੇ ਸੀ ਕਿਸੇ ਨਾ ਉਹ ਦੇਖੋ ਕਰਦੇ ਤੋਂ ਜਨੇ ਮਰਜ਼ੀ ਰੋਕਣਾ ਬਾਪੂ ਜਿੰਨੀਆਂ ਮਰਜ਼ੀ ਗਾਲਾਂ ਕੱਢੇ ਮਾਤਾ ਜਿੰਨੇ ਮਰਜ਼ੀ ਕਰੇ ਡੈਡੀ ਦਾ ਇਹੀ ਹੁੰਦਾ ਤੂੰ ਪੈਸੇ ਲੈ ਗਿਆ ਯਾਰ ਤੂੰ ਆ 20000 ਫੋ ਗਿਆ 30000 ਲੈ ਗਿਆ ਬੈਨਰਗੇ ਨੂੰ ਆਉਂਦਾ ਵੀ ਤੂੰ ਪੜ ਲਾ ਕੋਈ ਨੌਕਰੀ ਕਰ ਲਾ ਵੀ ਤੂੰ ਕਿੱਧਰ ਤੁਰਿਆ ਫਿਰਦਾ ਬਟ ਜੇ ਉਹਨਾਂ ਨੂੰ ਆਪਣੇ ਬੱਚੇ ਤੇ ਯਕੀਨ ਹੋਵੇ ਉਹਨਾਂ ਨੂੰ ਦਿਲੋਂ ਐ ਦਿਲੋਂ ਖੁਸ਼ੀ ਹੁੰਦੀ ਹੈ ਨਾ ਉਹਨਾਂ ਨੂੰ ਐ ਹੁੰਦਾ ਵੀ ਠੀਕ ਆ ਸਾਡਾ ਭਰਾ ਟੀਵੀ ਤੇ ਆਉਂਦਾ ਵੀ ਚੰਗੀ ਗੱਲ ਆ ਹਨਾ ਦਿਲੋਂ ਤਾਂ ਖੁਸ਼ੀ ਹੁੰਦੀ ਸੀ ਉੱਪਰੋਂ ਕੋਈ ਵਾਰ ਕਹਿ ਜਾਂਦੇ ਸੀ ਵੀ ਇਹ ਕੀ ਆ ਜਾਂ ਮੈਨੂੰ ਹੁਣ ਕਦੇ ਕਦੇ ਐ ਲੱਗਦਾ ਹੁੰਦਾ ਵੀ ਉਹ ਮੈਨੂੰ ਹੋ ਸਕਦਾ ਚੈੱਕ ਕਰਦੇ ਸੀ ਮੇਰੇ ਘਰ ਦੇ ਵੀ ਮੇਰੇ ਫਾਦਰ ਸਾਹਿਬ ਜਦੋਂ ਮੈਂ ਜਾਂਦਾ ਸੀ ਕਹਿੰਦਾ ਜੀ ਕੁਝ ਨਹੀਂ ਹੋਣਾ ਯਾਰ ਤੂੰ ਕਿੱਧਰ ਤੁਰਿਆ ਫਿਰਦਾ ਹੋ ਸਕਦਾ ਉਹ ਮੈਨੂੰ ਸਟਰੋਂਗ ਕਰਦੇ ਹੋਣ ਤਕੜਾ ਕਰਦੇ ਹੋਣ ਹਨਾ ਜਾ ਹੋ ਸਕਦਾ ਉਹ ਮੈਨੂੰ ਜੱਜ ਕਰਦੇ ਹੁਣ ਵੀ ਤੂੰ ਬਣ ਸਕਦਾ ਕਿ ਨਹੀਂ ਕਿਤੇ ਇਹ ਨਾ ਹੋਵੇ ਮੈਂ ਹੀ ਤੈਨੂੰ ਕਹਤਾ ਤੇ ਤੂੰ ਗੇਟ ਤੇ ਹੀ ਰੁਕ ਜਾ ਇੱਥੇ ਤੇ ਬਟਨ ਨਾਲ ਦੀ ਨਾਲ ਪੈਸੇ ਹਾਸੇ ਵਾਲੀ ਗੱਲ ਆ ਸਾਡੇ ਘਰੇ ਇੱਕ ਪੈਸੇ ਵਾਲੇ ਨਹੀਂ ਨਾਰਮਲ ਸੀ ਵਾਲੇ ਥੋੜੇ ਵੀ ਨਹੀਂ ਵਾਲੇ ਜ਼ਿਆਦਾ ਵੀ ਨਹੀਂ ਨਾਰਮਲ ਜੇ ਸੀਗੇ ਵੀ 20-50000 ਰੁਪਏ ਮਿਲ ਜਾਂਦਾ ਸੀ ਆਰਾਮ ਨਾਲ ਤੇ ਇਹ ਨਹੀਂਗਾ ਵੀ ਚੱਕ ਪੁੱਤ ਜਿੰਨੇ ਮਰਜ਼ੀ ਲੈ ਜਾ ਤੇ ਮੈਂ ਬਾਪਾ ਜੀ ਨੂੰ ਕਹਿਣਾ ਵੀ ਬਾਪਾ ਜੀ ਮੈਂ ਨਾ ਆਹ ਰੈਲੀ ਆ ਫਲਾਣੇ ਤਾਂ ਪ੍ਰੋਗਰਾਮ ਜਾਣਾ ਪੰਜ ਗੱਡੀਆਂ ਪਰਕੇ ਲੈ ਕੇ ਜਾਣਾ ਵੀ ਪੈਸੇ ਦਿਓ ਉਹਨਾਂ ਨੇ ਮੇ ਤੋਂ ਨਹੀਂ ਪੈ ਦਿੱਤੇ ਜਾਂਦੇ ਤੂੰ ਕਮਾਉਣਾ ਕਿੰਨੇ ਆ ਕਮਾਇਆ ਕਦੇ ਮੈਂ ਗੁੱਸੇ ਜੇ ਹੋ ਜਾਣਾ ਫਿਰ ਐਂ ਕਹਿ ਕੇ ਉਹ ਬਾਹਰ ਲੰਘ ਜਾਂਦੇ ਗੇਟੋਂ ਤੇ ਸਾਡੇ ਘਰੇ ਇੱਕ ਬੜੀ ਪੁਰਾਣੀ ਅਲਮਾਰੀ ਜੀ ਪਈ ਆ ਇੱਕ ਵੱਡੀ ਸਾਰੀ ਉਹਦੇ ਚ ਜਿੰਨੇ ਕ ਬਾਪੂ ਕੋਲ ਪੈਸੇ ਹੁੰਦੇ 10 20 50000 ਹਜ਼ਾਰ ਕਰਦੀ ਆਪਣੇ ਉੱਥੇ ਰੱਖੇ ਹੁੰਦੇ ਫਿਰ ਮੈਨੂੰ ਚਾਬੀ ਵੀ ਪਤਾ ਹੁੰਦੀ ਸੀ ਕਿੱਥੇ ਰੱਖੀ ਆ ਫਿਰ ਮੈਂ ਤਾਂ ਤੋਂ ਚਾਬੀ ਲਾਹਣੀ ਮੈਂ ਕੱਢ ਕੇ ਆਪਦਾ 20000 ਰੁਪਿਆ ਲੈ ਜਾਣਾ ਤੇ ਨਾਲੇ ਹੁਣ ਮੈਨੂੰ ਪਤਾ ਲੱਗਦਾ ਮੈਨੂੰ ਡੈਡੀ ਨੂੰ ਪਤਾ ਹੁੰਦਾ ਸੀ ਵੀ ਇਹਨੂੰ ਪੈਸੇ ਚਾਹੀਦੇ ਆ ਤਾਂ ਜੇ ਨਾ ਉਹਨਾਂ ਨੇ ਦੇਣੇ ਹੁੰਦੇ ਤਾਂ ਅਗਲੇ ਦਿਨ ਚਾਬੀ ਲੈ ਕੋਲ ਲੈਂਦੇ ਪਰ ਉਹ ਪੰਜ ਚਾਰ ਸਾਲਾਂ ਚਾਬੀ ਉੱਥੇ ਹੀ ਪਈ ਰਹੀ ਤਾਂ ਹਰ ਵਾਰ ਲੜਦੇ ਹਰ ਵਾਰ ਮੈਂ ਉੱਥੇ ਪੈਸੇ ਲੈ ਕੇ ਜਾਂਦਾ ਉਹਦੇ ਚੋਂ ਹੀ ਤਾਂ ਫਿਰ ਹੁਣ ਕਿਉਂਕਿ ਜਿਹੜੇ ਆਪਣੇ ਪੁਰਾਣੇ ਆ ਨਾ ਬਜ਼ੁਰਗ ਨੇ ਉਹ ਉਹਨਾਂ ਨੂੰ ਜ਼ਿੰਦਗੀ ਦਾ ਤਜਰਬਾ ਬਹੁਤ ਐਕਸਪੀਰੀਅੰਸ ਬਹੁਤ ਆ ਸਮ ਟਾਈਮਜ਼ ਉਹ ਆਪ ਨੂੰ ਗਾਲਾਂ ਕੱਢ ਰਹੇ ਹੁੰਦੇ ਨੇ ਪਰ ਉਹਨਾਂ ਚੋਂ ਸਿੱਖਣ ਨੂੰ ਕੁਝ ਹੁੰਦਾ ਸਮ ਟਾਈਮਜ਼ ਉਹ ਆਪ ਨੂੰ ਮੋਟੀਵੇਟ ਕਰ ਰਹੇ ਹੁੰਦੇ ਨੇ ਤਾਂ ਉਹਦੇ ਵਿੱਚ ਸਿੱਖਣ ਨੂੰ ਬਹੁਤ ਕੁਝ ਹੁੰਦਾ ਤੁਹਾਨੂੰ ਮੈਂ ਇੱਕ ਦੇਸੀ ਜਿਹਾ ਐਗਜ਼ਾਮਪਲ ਦੱਸਦਾ ਮੇਰਾ ਘਰ ਆ ਪਿੰਡ ਦੀ ਫਿਰਨੀ ਤੇ ਆ ਮੈਨੂੰ ਇੱਕ ਵਾਰ ਮੇਰੇ ਡੈਡੀ ਕਹਿੰਦੇ ਕਹਿੰਦੇ ਉਹ ਤੁਹਾਨੂੰ ਮੈਂ ਕੁਝ ਦੱਸਾਂ ਮੈਂ ਕਿਹਾ ਜੀ ਦੱਸੋ ਕਹਿੰਦੇ ਜਦੋਂ ਵੀ ਸੜਕ ਤੇ ਤੁਰਨਾ ਨਾ ਕਦੇ ਪਿੱਛੇ ਮੁੜ ਕੇ ਨਹੀਂ ਦੇਖਣਾਗਾ ਮੈਂ ਕਿਹਾ ਜੀ ਕਿਉਂ ਕਹਿੰਦੇ ਜਿਹੜਾ ਬੰਦਾ ਪਿੱਛੇ ਮੁੜ ਕੇ ਦੇਖਦਾ ਨਾ ਉਹ ਕਾਮਯਾਬ ਨਹੀਂ ਹੁੰਦਾਗਾ ਜ਼ਿੰਦਗੀ 'ਚ ਕਦੇ ਵੀ ਮੈਂ ਕਿਹਾ ਇਹ ਕੀ ਗੱਲ ਆ ਨਾ ਪਿੱਛੇ ਮੁੜ ਕੇ ਤਾਂ ਬੰਦਾ ਨੋਰਮਲ ਦੇਖ ਸਕਦਾ ਪਰ ਜਦੋਂ 2 ਸਾਲ 5 ਸਾਲ 10 ਸਾਲ ਲੰਗੇ ਇਹ ਮੈਨੂੰ ਉਹਨਾਂ ਨੇ ਉਦੋਂ ਕਿਹਾ ਸੀ ਜਦੋਂ ਮੈਂ ਪਲੱਸ 2 ਚ ਹੁੰਦਾ ਸੀਗਾ 12ਵੀਂ ਕਲਾਸ ਚ ਸੀਗਾ ਤੇ ਹੁਣ ਮੈਨੂੰ ਰਿਅਲਾਈਜ਼ ਹੋਈਆਂ ਉਹ ਚੀਜ਼ਾਂ ਤਾਂ ਹੁਣ ਜਿਹੜੇ ਮੇਰੇ ਕੋਲ بڑے ਲੋਕ ਰੋਲੇ ਆਉਂਦੇ ਨੇ ਜਾਂ ਆਮ ਤੌਰ ਤੇ ਕਿੱਥੋਂ ਰੋਲਾ ਪੈਂਦਾ ਮੰਨ ਲਓ ਆਪਣੀਆਂ ਪਿੰਡ ਚ ਕੋਈ ਮਾਵਾ ਭੈਣਾ ਤੁਰੀਆਂ ਜਾਂਦੀਆਂ ਨੇ ਜੇ ਮੂਰੀ ਉਹਨਾਂ ਦੇ ਕੋਈ ਬੰਦਾ ਚੱਲ ਜਾਂਦਾ ਜੇ ਬੰਦਾ ਪਿੱਛੇ ਮੋੜ ਮੋੜ ਕੇ ਦੇਖੀ ਜਾਵੇ ਤਾਂ ਉਹ ਬੜਾ ਅਜੀਬ ਲੱਗਦਾ ਹੂੰ ਤਾਂ ਉੱਥੇ ਤੁਹਾਡਾ ਕਿਰਦਾਰ ਪਛਾਣਿਆ ਜਾਂਦਾ ਵੀ ਤੁਸੀਂ ਕਿਸ ਕਿਰਦਾਰ ਦੇ ਮਾਲਕ ਹੋ ਵੀ ਤੁਸੀਂ ਪਿੱਛੇ ਮੁੜ ਮੁੜ ਦੇਖਦੇ ਹੋ ਵੀ ਕੌਣ ਆ ਰਿਹਾ ਤਾਂ ਮੇਰੇ ਫਾਦਰ ਨੇ ਮੈਨੂੰ ਕਿਹਾ ਵੀ ਤੂੰ ਪਿੱਛੇ ਮੁੜ ਕੇ ਦੇਖਣਾ ਤੂੰ ਸਿੱਧਾ ਹੀ ਦੇਖਣਾ ਤਾਂ ਉਹ ਚੀਜ਼ ਮੇਰੇ ਦਿਮਾਗ 'ਚ ਹਿੱਟ ਕੀਤੀ ਵੀ ਠੀਕ ਆ ਤਾਂ ਉਹਨਾਂ ਦੀਆਂ ਨਿੱਕੀਆਂ ਗੱਲਾਂ 'ਚੋਂ ਬਹੁਤ ਵੱਡੇ ਮਤਲਬ ਨਿਕਲੇ ਤਾਂ ਉਦੋਂ ਬਾਅਦ ਜਦੋਂ ਇਹ ਚੀਜ਼ਾਂ ਦਾ ਫਾਇਦਾ ਮੈਨੂੰ ਬਾਅਦ 'ਚ ਹੋਇਆ ਮਤਲਬ ਜਦੋਂ ਫਾਇਦਾ ਜਦੋਂ ਮੈਨੂੰ ਇਲੈਕਸ਼ਨ ਮੈਨੂੰ ਟਿਕਟ ਮਿਲ ਗਈ ਤਾਂ بڑے ਪੱਤਰਕਾਰ ਸਾਡੇ ਪਿੰਡ ਆਏ ਉਹਨੇ ਪੁੱਛਿਆ ਕਹਿੰਦੇ ਵੀ ਠੀਕ ਆ ਕਹਿੰਦੇ ਪਰਚੰਡੀਗੜ੍ਹ ਪੜਿਆ ਹੂੰ ਤੇ ਪਿੰਡ ਵੀ ਰਿਆ ਉਹਨਾਂ ਨੂੰ ਆਇਆ ਸੀ ਵੀ ਕੋਈ ਰੌਲਾ ਕਹਿੰਦੇ ਪਿੰਡ ਦੇ ਸਾਡੇ ਮਾਮਾ ਭੈਣਾਂ ਤੋਂ ਪੁੱਛਣਾ ਵੀ ਇਹ ਕਰੈਕਟਰ ਵਾਈਜ਼ ਕਿਸ ਜਾ ਕਰਦਾਰ ਕੇ ਜਾ ਮੁੰਡੇ ਦਾ ਤਾਂ ਮੇਰੇ ਸਾਰੇ ਪਿੰਡ ਦੇ ਲੋਕ ਕਹਿੰਦੇ ਤਾਂ ਬਹੁਤ ਚੰਗਾ ਮੁੰਡਾ ਕਹਿੰਦੇ ਉਹ ਤਾਂ ਕਦੇ ਪਿੱਛੇ ਮੁੜ ਕੇ ਨਹੀਂ ਸੀ ਜਾਂਦਾ ਹੂੰ ਕਹਿੰਦੇ ਉਹਨਾਂ ਨੇ ਤਾਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਹ ਮੁੰਡੇ ਨੇ ਤਾਂ ਵੀ ਇੰਨਾ ਚੰਗਾ ਮੁੰਡਾ ਤਾਂ ਉਹ ਦੇਖੋ ਗੱਲ ਛੋਟੀ ਸੀ ਬਟ ਉਹ ਚੀਜ਼ ਨੇ ਮੇਰਾ ਕਰਦਾਰ ਬਣਾਇਆ ਨਾ ਬਾਪੂ ਨੇ ਇੰਡਾਇਰੈਕਟਲੀ ਸਿਖਾਇਆ ਹੂੰ ਤਾਂ ਉਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਤਾਂ ਤੁਹਾਡਾ ਜਿਹੜਾ ਸਵਾਲ ਉਹ ਹੀ ਸੀਗਾ ਮੈਂ ਕਿਹਾ ਵੀ ਅ ਤਰੀਕੇ ਨਾਲ ਸਮਝਾਉਂਦੇ ਸੀ ਵੀ ਲਿਮਟ ਚ ਰਵੇ ਬਟ ਉਹਨਾਂ ਨੂੰ ਦਿਲੋਂ ਸੀਗਾ ਵੀ ਬਣੂਗਾ ਕੁਝ ਨਾ ਕੁਝ ਕਿਉਂਕਿ ਆਪਣੇ ਬੱਚਿਆਂ ਨੂੰ ਬੱਚਿਆਂ ਤੇ ਘਰਦਿਆਂ ਨੂੰ ਪਤਾ ਹੁੰਦਾ ਵੀ ਇਹ ਚੰਗਾ ਕਿ ਮਾੜਾ ਕਿਹਜਾ ਪਰ ਹੁਣ ਮੈਨੂੰ ਦੱਸਦੇ ਹੁੰਦੇ ਆ ਕਹਿੰਦੇ ਸਾਨੂੰ ਪਹਿਲੇ ਦਿਨ ਪਤਾ ਸੀ ਵੀ ਕੁਝ ਨਾ ਕੁਝ ਬਣੂਗਾ ਤਾਂ ਸਪੋਰਟ ਸੀ ਉਹਨਾਂ ਦੀ ਹਮੇਸ਼ਾ ਡਰਗ ਦੀ ਜਿਵੇਂ ਤੁਸੀਂ ਗੱਲ ਕੀਤੀ ਹੈ ਨਾ ਵੀ ਇੱਕ ਇੱਕ ਤਾਂ ਇਮੋਸ਼ਨਲ ਕਿਹਾ ਵੀ ਜੁੜਿਆ ਹੋਇਆ ਸੀ ਦੂਜਾ ਵੀ ਡਰਗ ਵੀ ਇੱਕ ਕਾਰਨ ਸੀਗਾ ਵੀ ਮੈਨੂੰ ਪੁਸ਼ ਕਰੀ ਗਈ ਵੀ ਹਾਂ ਵੀ ਕੁਝ ਕਰਨਾ ਜ਼ਿੰਦਗੀ ਚ ਵੀ ਹਾਂ ਵੀ ਬੀਇੰਗ ਅ ਪੋਲੀਟੀਸ਼ੀਅਨ ਵਿਚਰ ਕੇ ਤੁਹਾਨੂੰ ਲੱਗਦਾ ਸੀ ਵੀ ਡਰੱਗ ਰੋਕੀ ਜਾ ਸਕਦੀ ਆ ਮਤਲਬ ਹਾਲਾ ਕਿ ਆਪਾਂ ਪੋਲੀਟੀਕਲ ਗੱਲਾਂ ਅੱਗੇ ਵੀ ਕਰਦੇ ਆ ਇੰਟਰਵਿਊਸ 'ਚ ਵੀ ਆਪਣੀਆਂ ਲਾਸਟ ਟਾਈਮ ਹਨਾ ਆਪਾਂ ਮਿਲੇ ਜਦੋਂ ਉਹ ਇੰਟਰਵਿਊ ਹੋਈ ਉਦੋਂ ਵੀ ਕੀਤੀਆਂ ਹਲਕੇ ਓਵਰਆਲ ਜੇ ਪੰਜਾਬ ਦੀ ਗੱਲ ਕਰੀਏ ਆਪਾਂ ਸੰਖੇਪ 'ਚ ਉੱਤਰ ਮੰਗਾ ਦਿਓ ਫਿਰ ਆਪਾਂ ਅੱਗੇ ਵਧਦੇ ਆ ਡਰੱਗ ਰੋਕ ਰਹੀ ਆ ਜਾਂ ਰੋਕਣ ਨੂੰ ਲੈ ਕੇ ਥੋੜੇ ਕੋਲੇ ਹੈਗਾ ਪੇਪਰ ਪਲਾਨ ਕੀ ਕਰ ਰਹੇ ਹੋ ਦੋ ਤਰੀਕੇ ਨੇ ਪਹਿਲੀ ਗੱਲ ਤਾਂ ਜਿਹੜਾ ਡਰਗ ਦੀ ਫਾਰਮ ਚੇਂਜ ਹੋ ਜਾਂਦੀ ਆ ਵੀ ਜਿਹੜੇ ਮਕਸਦ ਨਾਲ ਤੁਸੀਂ ਆਏ ਸੀ ਮੇਰੇ ਪੁੱਛਣ ਦਾ ਮਕਸਦ ਇਹ ਆ ਦੇਖੋ ਜਿੰਨੀ ਮੇਰੇ ਕੋਲ ਪਾਵਰ ਆ ਮਤਲਬ ਮੇਰੇ ਕੋਲ ਇਕੱਲੇ ਬਾਗੇ ਪੁਰਾਣੇ ਦੀ ਪਾਵਰ ਆ ਮੈਂ ਕੋਈ ਬਾਲਾ ਵੱਡਾ ਲੀਡਰ ਨਹੀਂ ਕਾ ਤਾਂ ਮਹਿਮਾਨ ਨਾਲ ਕਹਿ ਸਕਦਾ ਵੀ ਬਾਗੇ ਪੁਰਾਣੇ ਦੇ ਵਿੱਚ ਜਿਹੜੀ ਨਸ਼ਾ ਉਹ ਬਾਕੀ ਨਾਲੋਂ ਜਗ੍ਹਾ ਨਾਲੋਂ ਘੱਟ ਆ ਬਹੁਤ ਜਗ੍ਹਾ ਦੂਜੀ ਗੱਲ ਜੇ ਕੋਈ ਡਰਗੀ ਹੈ ਵੀ ਬਾਗੇ ਪੁਰਾਣੇ ਜਾਂ ਕੋਈ ਵੇਚਣ ਵਾਲਾ ਤਾਂ ਉਹਦੇ ਇੱਕ ਵਾਰ ਹੱਥ ਕੰਬਦੇ ਆ ਲਗਭਗ ਪਿਛਲੇ ਤੈਂ ਤੋਂ 4 ਮਹੀਨਿਆਂ ਚ ਮੈਂ ਅਣਗਿਣਤ ਪਰਚੇ ਕਰਾਏ ਅਣਗਿਣਤ ਲੋਕਾਂ ਨੂੰ ਸਮਝਾਇਆ ਜਿਹੜੇ ਖਾਂਦੇ ਸੀ ਉਹਨਾਂ ਨੂੰ ਸਮਝਾਇਆ ਜਿਹੜੇ ਵੇਚਦੇ ਸੀ ਉਹਨਾਂ ਨੂੰ ਨਹੀਂ ਸਮਝਾਇਆਗਾ ਕਿਉਂਕਿ ਉਹ ਸਮਝਣ ਦੇ ਲਾਇਕ ਨਹੀਂ ਹੁੰਦੇਗੇ ਤਾਂ ਉਹਨਾਂ ਦੇ ਬੜੇ ਪਰਚੇ ਦੇ ਉੱਤੇ 10 10 20 20 ਬੰਦੇ ਸੀ ਇਕੱਠੇ ਚੱਕੇ ਮਤਲਬ ਬਾਗੇ ਪਰਾਨੇ ਦੇ ਵਿੱਚ ਅਸੀਂ ਪੂਰਾ ਲੱਕ ਤੋੜਿਆ ਪਰ ਇੱਕ ਸਚਾਈ ਇਹ ਵੀ ਆ ਵੀ ਖੇਡਾਂ ਕਰਕੇ ਡਰਗ ਖਤਮ ਹੋਊਗੀ ਐਜੂਕੇਸ਼ਨ ਕਰਕੇ ਡਰਗ ਖਤਮ ਹੋਊਗੀ ਜਿਹੜੇ ਇਹ ਨੇ ਇਹ ਤਰੀਕੇ ਨੇ ਡਰ ਖਤਮ ਕਰਨ ਦੇ ਇਹ ਇਦਾਂ ਜਿਵੇਂ ਹੋਮੋਪੈਥੀ ਦੀ ਗੋਲੀ ਆ ਹੂੰ ਵੀ ਹੌਲੀ ਹੌਲੀ ਖਤਮ ਹੋਊ ਪਰ ਆਪਾਂ ਤੁਸੀਂ ਦੇਖੋ ਕਦੇ ਸਿਰ ਦੁਖਦਾ ਹੋਵੇ ਆਪਾਂ ਹੋਮੋਪੈਥੀ ਦੀ ਗੋਲੀ ਨਹੀਂ ਲੈਂਦੇ ਆਪਣਾ ਇਹ ਹੁੰਦਾ ਵੀ ਕਿ ਇਹ ਜੀ ਗੋਲੀ ਕੱਢ ਜਿਹਦੇ ਨਾਲ ਹੁਣੇ ਠੀਕ ਹੋ ਜੇ ਤਾਂ ਜਿਹੜੇ ਲੋਕ ਨੇ ਉਹ ਚਾਹੁੰਦੇ ਨੇ ਵੀ ਹੁਣੇ ਖਤਮ ਹੋ ਜੇ ਟੈਂਪਰੇਰੀ ਸੋਲੂਸ਼ਨ ਪਾਲਦੇ ਨੇ ਵੀ ਤੁਸੀਂ ਇਹ ਕਰ ਦਿਓ ਜੀ ਉਹ ਕਰ ਦਿਓ ਬਟ ਇਹ ਤਾਂ ਇਹ 8-10 ਸਾਲ ਦਾ ਲੰਬਾ ਉਹ ਆ ਜਿਹੜਾ ਅਸੀਂ ਕਰ ਰਹੇ ਆ ਉਹਨਾਂ ਸਪੋਰਟਸ ਦੇ ਵਿੱਚ ਨਰਸਰੀਆਂ ਬਣਾਈਆਂ ਨੇ 1000 ਨਰਸਰੀ ਪੰਜਾਬ ਚ ਮਿਲੂਗੀ ਗਰਾਊਂਡ ਬਣਾਵਾਂਗੇ ਸਾਰਾ ਕੁਝ ਕਰਾਂਗੇ ਇਹਦੇ ਨਾਲੇ ਨਸ਼ੇ ਤੇ ਕੰਟਰੋਲ ਹੋਊਗਾ ਬਟ ਨਾਲ ਦੀ ਨਾਲ ਜਿਹੜੇ ਵੇਚਦੇ ਨੇ ਉਹਨਾਂ ਨੂੰ ਰੋਕਣਾ ਬੜਾ ਜ਼ਰੂਰੀ ਆ ਤਾਂ ਇਹ ਦੋਵੇਂ ਚੀਜ਼ਾਂ ਤੇ ਚੰਗੀ ਤਰ੍ਹਾਂ ਕੰਮ ਕਰ ਰਹੇ ਆ ਰਿਜ਼ਲਟ ਆਉਣਗੇ ਕਿਉਂਕਿ ਵਿਜ਼ਨ ਆ ਚਾਹਣੇ ਆ ਮਤਲਬ ਵੱਡੀ ਗੱਲ ਹੈ ਚਾਹਣੇ ਆ ਇੱਕ ਜਿਹੜਾ ਸਭ ਤੋਂ ਵੱਡਾ ਇਹਦਾ ਇਹ ਹੋ ਗਿਆ ਫਰਕ ਪਹਿਲਾਂ ਨਾਲੋਂ ਵੀ ਹੁਣ ਕਿਸੇ ਪੋਲੀਟੀਸ਼ੀਅਨ ਨੂੰ ਨਸ਼ਾ ਨੇ ਪੈਸੇ ਨਹੀਂ ਜਾਂਦੇ ਉਹਦੇ ਅੱਗੇ ਸ਼ੌਂਕ ਨਾਲ ਲੋਕ ਕੰਮ ਕਰਨੀ ਧੰਦਾ ਸੀ ਅੱਗੇ ਹੁਣ ਤਾਂਗਾ ਧੰਦਾ ਨਹੀਂਗਾ ਹੁਣ ਲੋਅਰ ਲੈਵਲ ਤੇ ਨੇ ਮਤਲਬ ਲੋਕਾਂ ਨੂੰ ਪਤਾ ਵੀ ਇਹ ਤਾਂ ਚਿੱਟੇ ਬਿਨਾ ਰਹਿ ਨਹੀਂ ਸਕਦਾ ਇਹਨਾਂ ਛਿਪੜਿਆਂ ਰਹਿ ਨਹੀਂ ਸਕਦਾ ਫਿਰ ਉਹਨਾਂ ਨੂੰ ਸਪਲਾਈ ਕਰਦੇ ਨੇ ਮਤਲਬ ਨਵੇਂ ਨਹੀਂ ਲੱਗ ਰਹੇਗੇ ਜਿਹੜੇ ਪੁਰਾਣੇ ਲੱਗੇ ਹੋਇਆ ਉਹ ਨੱਕ ਚੱਲੀ ਜਾਂਦੇ ਨੇ ਹੌਲੀ ਹੌਲੀ ਠੀਕ ਹੋ ਜਾਣਗੇ ਉਹ ਖੇਡਾਂ ਦੀ ਗੱਲ ਕੀਤੀ ਆ ਤੁਸੀਂ ਹਨਾ ਕਰੈਕਟ ਖੇਡਦੇ ਹੋ ਤੁਸੀਂ ਹੁਣ ਖੇਡਦੇ ਹੋ ਹਾਂ ਹੁਣ ਵੀ ਖੇਡਦੇ ਆ ਆ ਪਿਛਲੇ ਦਿਨੀ ਅੱਤ ਦਾ 10 ਦਿਨ ਪਹਿਲਾਂ ਪੀਸੀਐਚ ਮੈਚ ਸੀਗਾ ਅੱਛਾ ਹਾਂ ਉਹ ਦੋਨੋਂ ਵਧੀਆ ਸਕੋਰ ਕੀਤੇ ਹਮ ਠੀਕ ਹੈ ਉਹ ਉਧਰ ਕ੍ਰਿਕਟਰ ਬਰਨ ਦਾ ਨਹੀਂ ਕਦੇ ਸੀਗਾ ਸੁਪਨਾ ਕਿ ਵੈਸੀ ਨਹੀਂ ਕ੍ਰਿਕਟ ਜਿਹੜੇ ਸ਼ੌਕ ਨੂੰ ਖੇਡਦੇ ਆਪਣੇ ਹਨਾ ਪ੍ਰੋਫੈਸ਼ਨ ਨਹੀਂ ਖੇਡਦੇ ਮਤਲਬ ਪ੍ਰੋਫੈਸ਼ਨਲੀ ਨਹੀਂ ਖੇਡਦੇ ਆਪਣੇ ਪਿੰਡ ਦੀ ਬੰਦਾ ਕੀ ਚਾਹੁੰਦੀ ਸੀ ਜ਼ਿੰਦਗੀ ਚ ਛੋਟੇ ਹੁੰਦੇ ਬੰਦਾ ਕਹਿੰਦਾ ਵੀ ਮੈਂ ਡਾਕਟਰ ਬਣੂੰਗਾ ਮੈਂ ਵਕੀਲ ਬਣੂੰਗਾ ਕੀ ਬਣਨਾ ਚਾਹੁੰਦੇ ਸੀ ਮੈਨੂੰ ਮੈਂ ਲੀਡਰ ਜਾ ਬਣਨਾ ਚਾਹੁੰਦਾ ਸੀ ਵੀ ਕਿਸੇ ਦੇ ਅੰਦਰ ਜੇ ਨਾ ਕੰਮ ਜਾ ਕਰਨਾ ਪਵੇ ਅੱਛਾ ਤੇ ਇਹੋ ਜਿਹਾ ਕਰਨਾ ਪੈਂਦਾ ਇਹੋ ਜਿਹਾ ਕੋਈ ਹੋਵੇ ਮਾਹੌਲ ਹੁਣ ਹੁਣ ਅੰਡਰ ਕਰਨਾ ਪੈਂਦਾ ਕਿ ਨਹੀਂ ਕਰਨਾ ਪੈਂਦਾ ਨਹੀਂ ਹੁਣ ਨਹੀਂ ਕਰਨਾ ਪੈਂਦਾ ਮੈਨੂੰ ਪਤਾ ਲੱਗਿਆ ਹੁਣ ਵੀ ਮਤਲਬ ਹਾਂ ਵੀ ਨਹੀਂ ਇੱਕ ਟੀਮ ਵਰਕ ਲੱਗ ਚੀਜ਼ ਹੁੰਦੀ ਹੈ ਇੱਕ ਤਾਂ ਕਿਸੇ ਨੇ ਆਪਣਾ ਰੋ ਮਾਰਤਾ ਵੀਰ ਤੂੰ ਆ ਕਰੈ ਇੰਨੇ ਟਾਈਮ ਤੇ ਥੋੜਾ ਕਰਾਈਂ। ਤੁਸੀਂ ਤਾਂ ਪਰ ਗੁੱਟ ਲਿਸਟ ਚੋਂ। ਮਤਲਬ ਕਾਹਦੀ ਗੁੱਟ ਲਿਸਟ ਚ ਮੈਨੇ? ਮਤਲਬ ਹਾਂ ਸੀਐਮ ਸਾਹਿਬ ਦੀ ਗੁੱਟ ਲਿਸਟ ਚੋਂ ਤੁਸੀਂ। ਅੱਛਾ ਚਲੋ ਚੰਗੀ ਗੱਲ ਹੈ ਬਟ ਮੈਨੂੰ ਪਤਾ ਨਹੀਂ। ਨਹੀਂ ਤੁਹਾਨੂੰ ਵੀ ਪਤਾ ਹੈ? ਨਹੀਂ ਨਹੀਂ ਮੈਨੂੰ ਨਹੀਂ ਸੀ ਪਤਾ ਤੁਸੀਂ ਤਾਂ। ਕੰਗਿਆਂ ਨੂੰ ਤਾਂ ਨਹੀਂ ਝੜਕ ਝੁੜਕ ਦਿੰਦੇ ਮੈਨੂੰ ਪਤਾ ਹੈ। ਅੱਛਾ ਤੁਹਾਡੇ ਨੀਡਲ ਦੇ ਸੰਗੀਆਂ ਸਾਥੀਆਂ ਨੂੰ ਝੜਕ ਦਿੰਦੇ ਆ। ਪਤਾ ਨਹੀਂ ਮਤਲਬ ਮੈਨੂੰ ਤਾਂ ਮੈਨੂੰ ਜਿੰਨੇ ਵਾਰ ਮਿਲਿਆ ਤਾਂ ਉਹਨਾਂ ਨੇ ਐਂ ਕਿਹਾ ਕਹਿੰਦੇ ਵਧੀਆ ਕੰਮ ਕਰਦਾ ਤੂੰ ਲੱਗਿਆ ਰਹਿ। ਹੂੰ ਤਾਂ ਦਾ ਅਸੀਂ ਉਹ ਗੁੱਡ ਲਿਸਟ ਕਹਿੰਦੇ ਤਾਂ ਪਤਾ ਨਹੀਂ ਮੈਨੂੰ ਤੁਹਾਨੂੰ ਸਾਰਾ ਪਤਾ ਈ ਇਹਨੂੰ ਜਿਹੜੀ ਹੁਣ ਤੁਸੀਂ ਕਰ ਰਹੇ ਉਹਨੂੰ ਡਿਪਲੋਮੇਸੀ ਕਹਿੰਦੇ ਚਲ ਹਾਂ ਮਤਲਬ ਗੁੱਡ ਲਿਸਟ ਚ ਆਉਣ ਲਈ ਤੁਹਾਨੂੰ ਬੜੀ ਮਿਹਨਤ ਕਰਨੀ ਪੈਂਦੀ ਆ ਬਹੁਤ ਕੁਝ ਕਰਨਾ ਪੈਂਦਾ ਹਾਂ ਜਾਂ ਕਰੋ ਜਾਂ ਫਿਰ ਤੁਸੀਂ ਚੰਗਾ ਕੰਮ ਕਰੀ ਜਾਓ ਆਪੇ ਹੀ ਮਤਲਬ ਜੋ ਤੁਹਾਡਾ ਜਮੀਰ ਜਾਗ ਜਾਦਾ ਨਾ ਜੇ ਤੁਹਾਡਾ ਜਮੀਰ ਕਹੇ ਵੀ ਕਿਸੇ ਤੋਂ ਕਰਾਪਸ਼ਨ ਨਹੀਂ ਕਰਨੀ ਤਾਂ ਫਿਰ ਨਾ ਕਰੋ ਮੈਂ ਵੋਟਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀਗਾ ਵੀ ਆਪਣੇ ਦਿਲ ਨੂੰ ਪਤਾ ਹੁੰਦਾ ਮੈਂ ਚੰਗਾ ਕਰਦਾ ਜਾਂ ਮਾੜਾ ਕਰਦਾ ਹਾਂ ਤੇ ਬਟ ਆਪਾਂ ਕਈ ਵਾਰ ਲਾਲਚ ਵਸ ਪੈ ਕੇ ਦਿਲ ਦੀ ਸੁਣਦੇ ਨਹੀਂ ਨੀਗੇ ਹਣਾ ਤਾਂ ਕਰ ਦਿੰਨੇ ਆ ਲਾਲਚ ਦੇ ਲਈ ਵੀ ਕੁਝ ਨਹੀਂ ਹੁੰਦਾ ਯਾਰ ਹੈ ਤਾਂ ਮਾੜਾ ਖਿੱਚਦੇ ਹੋ ਫਟੇ ਕੁਝ ਨਹੀਂ ਹੁੰਦਾ ਪਰ ਜੇ ਬੰਦਾ ਜ਼ਮੀਰ ਦੀ ਗੱਲ ਸੁਣ ਲੱਗ ਜਾਏ ਆਪਦੇ ਦੀ ਤਾਂ ਮੈਨੂੰ ਲੱਗਦਾ ਉਹ ਕਾਮਯਾਬ ਰਹਿੰਦਾ ਫਿਰ ਉਹਨੂੰ ਪਹਿਲਾਂ ਤਾਂ ਨਹੀਂ ਮੈਨੂੰ 6 ਮਹੀਨੇ 7 7-8 ਮਹੀਨੇ ਪਹਿਲਾਂ ਮੈਂ ਕੋਈ ਨਹੀਂ ਸੀ ਕਹਿੰਦਾਗਾ ਮੈਨੂੰ ਲੱਗਦਾ ਮੈਂ ਗੈਂਤੀ ਚ ਵੀ ਨਹੀਂ ਸੀ ਆਉਂਦਾ ਮੈਂ ਉਹਨਾਂ ਐਮਐਲਆਂ ਦੇ ਵਿੱਚੋਂ ਸੀਗਾ ਲੋਕ ਕਹਿੰਦੇ ਜਿਹਨੂੰ ਐਵੇਂ ਜੱਤ ਕੇ ਆ ਗਏ ਇਹ ਵੀ ਤੁਰੇ ਫਿਰਦੇ ਨੇ ਮਤਲਬ ਜਿੰਨਾਂ ਦਾ ਨਾਂ ਜਾਣੀ ਨਾ ਪਤਾ ਹੁੰਦਾ ਵੀ ਇਹਦਾ ਤੇਰਾ ਨਾਂ ਕੀ ਆ ਐਂ ਕਹਿੰਦੇ ਆ ਮੈਨੂੰ ਪਹਿਲਾਂ ਕਈ ਲੋਕ ਕਹਿੰਦੇ ਹੁੰਦੇ ਸੀਗੇ ਹੁਣ ਨਹੀਂ ਕਹਿੰਦੇ ਨਹੀਂ ਹੁਣ ਪਤਾ ਨਹੀਂ ਹੁਣ ਹੌਲੀ ਹੌਲੀ ਜਾ ਕੇ ਕਹਿਣ ਲੱਗੇ ਤਾਂ ਮੈਨੂੰ ਇਹ ਲੱਗਦਾ ਵੀ ਮੈਂ 5 6 ਮਹੀਨਿਆਂ ਦੇ ਵਿੱਚ 7 ਮਹੀਨਿਆਂ ਚ ਇੱਕ ਪ੍ਰੋਗਰੈਸ ਦਿਖਾਈ ਆ ਪ੍ਰੋਗਰੈਸ ਕੀਤੀ ਆ ਤੇ ਉਹ ਪ੍ਰੋਗਰੈਸ ਕੋਈ ਮੈਂ ਬਾਲਾ ਜ਼ੋਰ ਲਾ ਕੇ ਨਹੀਂ ਕੀਤੀ 네ਗੇਟਿਵਿਟੀ ਚ ਨਹੀਂ ਕੀਤੀ ਗੀ ਤਾਂ ਉਹ ਹੌਲੀ ਹੌਲੀ ਕਰਕੇ ਇਦਾਂ ਹੀ ਜਿਵੇਂ ਮੀਡੀਆ ਨੂੰ ਪਤਾ ਲੱਗ ਗਿਆ ਵੀ ਠੀਕ ਆ ਯਾਰ ਬੰਦਾ ਕਹਿੰਦੇ ਨੇ ਸਾਰੇ ਜਾਂ ਬਿਊਰੋਕ੍ਰੇਸੀ ਨੂੰ ਪਤਾ ਲੱਗ ਗਿਆ ਵੀ ਉਹ ਠੀਕ ਆ ਜਾਂ ਕਿਤੇ ਲੋਕ ਕਹਿ ਦਿੰਦੇ ਨੇ ਆਮ ਲੋਕ ਗੱਲਾਂ ਕਰ ਦਿੰਦੇ ਨੇ ਵੀ ਯਾਰ ਠੀਕ ਆ ਐਂ ਕਰਦੇ ਕਰਦੇ ਜੇ ਵਿਰੋਧੀ ਵੀ ਕਹਿ ਦਿੰਦੇ ਆ ਵਿਰੋਧੀ ਵੀ ਕਹਿੰਦੇ ਨੇ ਵਿਰੋਧੀ ਤਾਂ ਐ ਕਹਿੰਦੇ ਨਾ ਵੀ ਹਾਂ ਵੀ ਮਤਲਬ ਚੈਲ ਜਾ ਕੇ ਵਿਆਹ ਕਰਾਇਆ ਮੁੰਡੇ ਨੇ ਇੰਨੇ پیسے ਕਿੱਥੋਂ ਆ ਗਏ ਉਹ ਵੀ ਦੱਸ ਦਿਓ ਮੜਾ ਜੀ ਨਹੀਂ ਜਦੋਂ ਮੁੰਡਾ ਕੋਈ ਜਦੋਂ ਆਪਾਂ ਬਰਾਤ ਲੈ ਕੇ ਜਾਂਦੇ ਆ ਕਿਤੇ ਉਹ ਮੁੰਡੇ ਵਾਲੇ پیسے ਖਰਚ ਕਰਦੇ ਹੁੰਦੇ ਆ ਮਤਲਬ ਮੈਨੂੰ ਕਨਫਿਊਜ਼ਨ ਮੈਨੂੰ ਕਿਸੇ ਨੇ بڑے ਵੱਡੇ ਬੰਦੇ ਨੇ ਕਹਿਤਾ ਕਹਿੰਦਾ ਇੰਨੇ ਪੈਸੇ ਕਿੱਥੋਂ ਆ ਗਏ ਤੂੰ ਤਾਂ ਆਮ ਜਿਹਾ ਕਹਿੰਦਾ ਕਹਿੰਦਾ ਤੂੰ ਚਾਲ ਕੁਫਰੀ ਕਹਿੰਦਾ ਕਿੱਥੇ ਮੈਰੀਟ ਬੁੱਕ ਕੀ ਕੀ ਕੀਤਾ ਕਹਿੰਦਾ ਤੇ ਮੈਂ ਕਿਹਾ ਯਾਰ ਮੈਂ ਮੈਂ ਕਿਹਾ ਇਹ ਤਾਂ ਮੈਂ ਪੈਸੇ ਖਰਚ ਕਰਨੇ ਮੈਂ ਕਿਹਾ ਮੈਨੂੰ ਤਾਂ ਪਤਾ ਹੀ ਨਹੀਂਗਾ ਕਹਿੰਦਾ ਕਿਵੇਂ ਮੈਂ ਕਿਹਾ ਮੇਰੇ ਤਾਂ ਪੈਸੇ ਸਹੁਰਿਆਂ ਨੇ ਖਰਚ ਕੀਤੇ ਸਾਰਿਆਂ ਨੇ ਹਾਂ ਕਹਿੰਦਾ ਕਿ ਮੈਂ ਕਿਹਾ ਜਦੋਂ ਆਪਾਂ ਬਰਾਤ ਲੈ ਕੇ ਜਾਂਦੇ ਆ ਕਿਸੇ ਆਪਣੇ ਆਪਣੀ ਭੈਣ ਦੀ ਜਾਂ ਬੇਟੀ ਦੀ ਤੇ ਮੈਂ ਕਿਹਾ ਫਿਰ ਆਪਾਂ ਮੁੰਡੇ ਵਾਲਿਆਂ ਤੋਂ ਪੈਸੇ ਲੈਣੇ ਹੁੰਦੇ ਆ ਵੀ ਭਾਈ ਲਿਓ ਹਮ 5 ਲੱਖ 10 ਲੱਖ 50 ਲੱਖ ਰੋਪਿਆ ਹਮ ਤੇ ਮੈਂ ਕਹ ਉਹ ਤਾਂ ਮਿੰਤਾ ਲੱਗਦਾ ਵੀ ਕੁੜੀ ਵਾਲੇ ਕਰਦੇ ਮੈਂ ਕਹ ਜੇ ਕੁੜੀ ਵਾਲੇ ਹੁਣ ਕਹਿ ਦਿੰਦੇ ਵੀ ਭਾਈ ਤੂੰ ਰਿਸ਼ਤਾ ਪੱਕਾ ਹੋ ਗਿਆ ਜੇ ਤਾਂ ਵਿਆਹ ਕਰਨਾ ਹੈ ਤਾਂ ਲੰਡਨ ਕਰਨਾ ਹਾਂ ਤੇ ਮੈਂ ਕਹ ਮੈਨੂੰ ਕਿਹਾ ਮੈਂ ਨਾਲ ਦੇ ਯਾਰਾਂ ਦੋਸਤਾਂ ਨੂੰ ਕਹ ਜਾਂਦਾ ਵੀ ਜਿਹਦੇ ਚ ਕਪੈਸਿਟੀ ਹੈਗੀ ਆ ਵੀ ਆ ਜਾਓ ਵੀਰੇ ਲੰਡਨ ਚੱਲੋ ਅਗਲੇ ਕਹਿੰਦੇ ਵੀ ਅਸੀਂ ਤਾਂ ਆਨੰਦ ਉੱਥੇ ਦੇਣੇ ਆ ਤੇ ਆਪਾਂ ਇੱਥੋਂ ਚੱਲ ਜਾਂਦੇ ਹੁਣ ਮੇਰੇ ਸਹੁਰੇ ਕਹਿੰਦੇ ਕਹਿੰਦੇ ਵੀ ਸਾਡਾ ਸੁੱਖਿਆ ਹੋਇਆ ਸੀਗਾ ਚੈਰ ਗੁਰਦੁਆਰਾ ਸਾਹਿਬ ਹਾਂ ਮਤਲਬ ਮੇਰੇ ਜਿਹੜੇ ਦਾਦਾ ਸਹੁਰਾ ਨੇ ਸੰਤ ਨੇ ਪੱਖੀ ਵਾਲ ਤਾਂ ਉਹ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਅਸੀਂ ਆਪਣੇ ਪੋਤੇ ਦਾ ਵਿਆਹ ਉੱਥੇ ਕਰਨਾ ਚਾਹੁੰਦੇ ਸੀਗੇ ਹੂੰ ਤੇ ਬਟ ਉਦੋਂ ਸਰਦੀਆਂ ਸੀਗੀਆਂ ਹੂੰ ਤੇ ਇੱਥੇ ਬਹੁਤ ਸੀ ਉੱਥੇ ਤਾਂ ਉਦੋਂ ਵੀ ਡਬਲ ਟਰਨ ਸੀ ਕਹਿੰਦੇ ਫਿਰ ਉਹ ਹੋ ਨਹੀਂ ਸਕਿਆ ਹੂੰ ਕਹਿੰਦੇ ਫਿਰ ਜਦੋਂ ਆਪਣਾ ਹੋਇਆ ਕਹਿੰਦੇ ਸਾਨੂੰ ਇਹ ਲੱਗਿਆ ਵੀ ਆਪਾਂ ਨੂੰ ਉੱਥੇ ਆਨੰਦਕਾਰਜ ਬੇਟੀ ਦੇ ਉੱਥੇ ਕਰਨੇ ਚਾਹੀਦੇ ਆ ਹੂੰ ਤਾਂ ਉਹ ਬਹੁਤ ਗੁਰਦੁਆਰਾ ਸਾਹਿਬ ਸਿੰਪਲ ਗੁਰਦੁਆਰਾ ਕੋਈ ਵੱਡੀ ਬਿਲਡਿੰਗ ਨਹੀਂਗੀ ਹੂੰ ਤਾਂ ਫਿਰ ਉਹਨਾਂ ਨੇ ਮੈਨੂੰ ਕਿਹਾ ਤਾਂ ਕਹਿੰਦੇ ਉੱਥੇ ਨਾ ਕਰ ਲਈਏ ਤੇ ਇਤ ਗਰਮੀਆਂ 'ਚ ਵਿਆਹ ਸੀਗਾ ਹੂੰ ਤੇ ਮੈਨੂੰ ਵੀ ਲੱਗਿਆ ਮੈਂ ਕਿ ਇੱਥੇ ਗਰਮੀਆਂ ਨੇ ਇੱਥੇ ਜਿਵੇਂ ਧੁੱਪੇ ਹੋ ਲੋਕ ਤੰਗ ਹੋਣਗੇ ਇੰਨਾ ਪ੍ਰਬੰਧ ਏਸੀਆਂ ਵਾਲਾ ਹੋਣਾ ਨਹੀਂਗਾ ਮੈਂ ਕਿਹਾ ਜੀ ਹਾਂ ਠੀਕ ਆਪਾਂ ਉੱਥੇ ਕਰਦੇ ਆ ਫਿਰ ਉਹ ਉੱਥੇ ਹੋ ਗਿਆ ਹੂੰ ਤੇ ਨਹੀਂ ਵਾਵਾ ਗੱਲ ਚੱਲੀ ਚਲੋ ਗੱਲ ਤਾਂ ਚੰਗੀ ਚੱਲਣੀ ਚਾਹੀਦੀ ਹੈ ਬੜੀ ਚਲਾਈ ਹੋ ਹੈਨਾ ਨਹੀਂ ਵਧੀਆ ਕਿਉਂਕਿ ਉੱਥੇ ਮੈਨੂੰ ਇਹ ਲੱਗਦਾ ਵੀ ਮੈਨੂੰ ਜਿਹੜੇ ਸਾਡੇ ਪਾਰਟੀ ਦੇ ਲੀਡਰ ਨੇ ਵੱਡੇ ਨੇ ਜਾਂ ਸੀਨੀਅਰ ਨੇ ਉਹ ਮੈਨੂੰ ਬੱਚਿਆਂ ਨੂੰ ਟ੍ਰੀਟ ਕਰਦੇ ਆ ਬੜਾ ਪਿਆਰ ਕਰਦੇ ਆ ਤਾਂ ਉਹ ਮੈਨੂੰ ਪਹਿਲਾਂ ਕਹਿੰਦੇ ਹੁੰਦੇ ਸਾਡੀਆਂ ਮੀਟਿੰਗਾਂ 'ਚ ਗੱਲਾਂ ਚੱਲਦੀਆਂ ਸੀ ਤੁਸੀਂ ਦੇਖਿਆ ਹੋਣਾ ਜਦੋਂ ਕੋਈ ਵੀ ਵੱਡਾ ਪ੍ਰੋਗਰਾਮ ਜਿੱਥੇ ਸਾਰੇ ਇਕੱਠੇ ਹੁੰਦੇ ਤਾਂ ਉਹ ਮੈਨੂੰ ਤੇ ਮੀਤ ਹਰ ਨੂੰ ਸਾਨੂੰ ਦੋਵਾਂ ਨੂੰ ਕਹਿੰਦੇ ਵੀ ਤੁਹਾਡੇ ਵਿਆਹ ਕਦੋਂ ਨੇ ਤੁਸੀਂ ਵੀ ਕਰਾ ਕਰੂ ਲੋ ਨਹੀਂ ਐਨਾ ਰਹਿ ਜਾ ਤਾਂ ਜਦੋਂ ਫਿਰ ਉਹ ਮੈਂ ਉਹਨਾਂ 'ਚੋਂ ਇੱਕ ਸੀਗਾ ਫੇਵਰਟ ਬੰਦਿਆਂ 'ਚੋਂ ਤੇ ਜਦੋਂ ਫਿਰ ਮੇਰਾ ਵਿਆਹ ਆਇਆ ਤਾਂ ਸਾਰਿਆਂ ਨੇ ਬੜੀ ਸੈਲੀਬ੍ਰੇਟ ਕੀਤਾ ਖੁਸ਼ੀ-ਖੁਸ਼ੀ ਸਾਰੇ ਗਏ ਫਿਰ ਉਦੋਂ ਮਤਲਬ ਉਹ ਕਹਿੰਦੇ ਵੀ ਯਾਰ ਸਾਡੇ ਤਾਂ ਪਰਵਾਹ ਕਰਦਾ ਵਿਆਹ ਏ ਵੀ ਅਸੀਂ ਤੇਰੇ ਵਿਆਹ ਤੇ ਇੰਜੋਏ ਕਰਨਾ ਤਾਂ ਕਰਕੇ ਉਹ ਜਿਆਦਾ ਵਾਇਰਲ ਹੋ ਗਿਆ ਨਹੀਂ ਅਦਰਵਾਇਜ਼ ਮਹਿੰਗੇ ਤਾਂ ਮੇਥੋਂ ਵੀ ਵਿਆਹ ਜਿਆਦਾ ਮਹਿੰਗੇ ਹੋਏ ਨੇ ਹਾਂ ਤੇ ਬਟ ਚਲੋ ਵਧੀਆ ਜੋ ਹੋਇਆ ਵਧੀਆ ਹੋਇਆ ਲਾਮੇ ਰਜਾ ਤੁਹਾਡੀ ਨਹੀਂ ਮੈਨੂੰ ਕਿਸੇ ਨੇ ਕਿਹਾ ਹੀ ਲਾਮੇ ਰਜਾ ਨਹੀਂ ਨਹੀਂ ਮੇਰੀ ਜੇ ਲਾਮੇ ਮੈਰਜ ਕਰਾਉਣੀ ਹੁੰਦੀ ਫਿਰ ਮੈਂ 32 33 ਸਾਲ ਥੋੜੀ ਡਿੱਗਦਾ ਫਿਰ ਤਾਂ ਪਹਿਲਾਂ ਲਾਮੇ ਮੈਰਜ ਨਾ 24 25 26 ਸਾਲ ਤੱਕ ਹੋ ਜਾਂਦੀਆਂ ਨੇ ਅੱਛਾ ਉਹ ਬੰਦਾ 33 33 ਟੱਪ ਜੇ ਫਿਰ ਉਹਦੇ ਵਾਲਾ ਮੈਰਜ ਨਹੀਂ ਹੁੰਦੀਗੀ ਹੂੰ ਇਹ ਤਾਂ ਹੋਇਆ ਬਹੁਤ ਜਲਦੀ ਬਸ ਹੂੰ ਮਤਲਬ ਹੋਇਆ ਜਲਦੀ ਤੇ ਹੋਇਆ ਇਦਾਂ ਮੈਂ ਕਿਤੇ ਆਪਣਾ ਦੋਸਤ ਆ ਇੱਕ ਆਮ ਆਮਾਦੀਨ ਪਾਰਟੀ ਦੇ ਵਿੱਚ ਆ ਬਠਿੰਡੇ ਤੋਂ ਰਾਜਨ ਤੇ ਉਹ ਮੈਂ ਉਹਦੇ ਕੋਲ ਗਿਆ ਸੀ ਵੈਸੇ ਕੰਮ ਕਰਨ ਉਹ ਮੈਨੂੰ ਕਹਿੰਦਾ ਕਹਿੰਦਾ ਵਿਆਹ ਕਰਾ ਲਾ ਮੈਂ ਸਾਨੂੰ ਸਾਰਿਆਂ ਕਹਿੰਦੇ ਸੀ ਵਿਆਹ ਨਹੀਂ ਕਰਾਉਂਦੇ ਵਿਆਹ ਨਹੀਂ ਕਰਾਉਂਦੇ ਤੇ ਅਸੀਂ ਪੱਕ ਗਏ ਸੀ ਤਿੰਨ ਚਾਰ ਸਾਲਾਂ ਤੋਂ ਵੀ ਇੱਕ ਹੀ ਗੱਲ ਕਰਨੀ ਵੀ ਚੱਲ ਤੂੰ ਕਰਾ ਦੇ ਰਿਸ਼ਤਾ ਫਿਰ ਹਾਂ ਨਾ ਆਪਾਂ ਇਹੀ ਕਹਿੰਦੇ ਹਾਂ ਵੀ ਕਰਾ ਦੇ ਯਾਰ ਤੂੰ ਕਰਾ ਦੇ ਹਾਂ ਤੇ ਉਹ ਮੈਨੂੰ ਕਹਿੰਦਾ ਬਈ ਵਿਆਹ ਕਰਾਉ ਤੂੰ ਮਰਾ ਮੈਂ ਕਿਹਾ ਯਾਰ ਤੂੰ ਕਰਾ ਦੇ ਜੇ ਤੈਨੂੰ ਇੰਨੀ ਟੈਨਸ਼ਨ ਆ ਮੇਰੀ ਉਹ ਕਹਿੰਦਾ ਪਰਿਵਾਰ ਵਧੀਆ ਮੈਂ ਕਰਾ ਦਿਆਂ ਮੈਂ ਕਿਆ ਕਰਾ ਦੇ ਤੇ ਇਹ ਚ ਬੜੀ ਇੰਟਰਸਟਿੰਗ ਗੱਲ ਆ ਮੈਨੂੰ ਕਹਿੰਦਾ ਚੱਲ ਠੀਕ ਆ ਮੈਂ ਲੱਭਦਾ ਦੂਜੇ ਦਿਨ ਉਹਦੇ ਮੈਨੂੰ ਕਾਲ ਆ ਗਈ ਕਹਿੰਦਾ ਇੱਕ ਐ ਕਰਕੇ ਬਹੁਤ ਵਧੀਆ ਪਰਿਵਾਰ ਆ ਮੈਂ ਪੁੱਛ ਲਿਆ ਮੈਂ ਕਿ ਕਿਵੇਂ ਕਿਵੇਂ ਵੀ ਕੀ ਕਰਦੀ ਆ ਕੁੜੀ ਕੀ ਕਰਦੀ ਆ ਤਾਂ ਉਹਨੂੰ ਦੱਸਤਾ ਮੈਂ ਕਿਹੜੀ ਫੈਮਿਲੀ ਉਹਨਾਂ ਦੱਸਿਆ ਫੈਮਿਲੀ ਤਾਂ ਮੈਨੂੰ ਕਹਿੰਦਾ ਮਿਲਣਾ ਉਹਦੇ ਘਰ ਦਿਆ ਨੇ ਮੈਂ ਉਹਨੂੰ ਕਿਹਾ ਮੈਂ ਕਿਹਾ ਮੈਂ ਨਹੀਂ ਮਿਲਣਾ ਹੂੰ ਕਹਿੰਦਾ ਕਿਉਂ ਤੇ ਮੈਗਾ ਵੀ ਮੈਨੂੰ ਤੂੰ ਪੰਜ ਦਿਨ ਦੇ ਪਹਿਲਾਂ ਮੈਨੂੰ ਤੂੰ ਪਤਾ ਕਰ ਲੈਣ ਦੇ ਵੀ ਕੌਣ ਕੀ ਨੇ ਹੂੰ ਕਹਿੰਦਾ ਇਹਦਾ ਕੀ ਰੀਜਨ ਕਹਿੰਦਾ ਤੂੰ ਇੱਕ ਵਾਰ ਚਾਹ ਤਾਂ ਪੀ ਲਾ ਤੇ ਕਹਿੰਦਾ ਵੀ ਤੂੰ ਜੇ ਨਾਲ ਲੱਗਿਆ ਠੀਕ ਤਾਂ ਤੂੰ ਬਾਅਦ ਚ ਆਪਣਾ ਡਿਸੀਜਨ ਦੇ ਦੇ ਵੀ ਕੋਈ ਕਾਲੀ ਨਹੀਂ ਹੂੰ ਤਾਂ ਫਿਰ ਮੈਨੂੰ ਗੱਲ ਜਿਆਦਾ ਜਦੋਂ ਮੇਰੀਆਂ ਤਿੰਨ ਭੈਣਾਂ ਸੀ ਨਾ ਅਸੀਂ ਜਦੋਂ ਰਿਸ਼ਤਾ ਦੇਖਣ ਜਾਂਦੇ ਸੀ ਮੁੰਡੇ ਵਾਲੇ ਦੇਖਣ ਆਉਂਦੇ ਸੀ ਤਾਂ ਕਈ ਵਾਰ ਇਹ ਹੁੰਦਾ ਸੀਗਾ ਵੀ ਜਾਂਦੇ ਕਾਰ ਤਿਆਰ ਹੋ ਕੇ ਜਾਂਦੇ ਉੱਥੇ 5-6 ਘੰਟੇ ਗੱਲਾਂ ਕਰਦੇ ਉਦੋਂ ਬਾਅਦ ਆਮ ਤੌਰ ਤੇ ਹੁੰਦਾ ਬੜਾ ਭੜੀ ਗੱਲ ਲੱਗਦੀ ਹੈ ਹੁਣ ਹੀ ਨਹੀਂ ਚਾਹੀਦੀ ਆਮ ਤੌਰ ਤੇ ਕੀ ਉਦੋਂ ਬਾਅਦ ਮੁੰਡੇ ਵਾਲਿਆਂ ਵਾਲੇ ਪਾਸੋਂ ਕੋਈ ਫੋਨ ਨਹੀਂ ਆਉਂਦਾਗਾ ਹੂੰ ਵੀ ਆਪਾਂ ਫੋਨ ਕਰਦੇ ਆ ਵਿਚੋਲਣ ਪਹੁੰਚਦੇ ਆ ਵੀ ਕੀ ਬਣਿਆ ਭਾਈ ਆਪਾਂ ਗਏ ਸੀ ਤਾਂ ਉਹ ਕਹਿੰਦੇ ਵੀ ਨਹੀਂ ਕੋਈ ਨਾ ਜੀ ਅੱਜ ਦੱਸਣਗੇ ਦੱਸਣਗੇ ਐ ਕਰਦੇ ਉਹ ਮਹੀਨਾ ਦੋ ਮਹੀਨਾ ਖੜਦੇ ਪਰ ਉਦੋਂ ਪਤਾ ਲੱਗ ਜਾਂਦਾ ਵੀ ਨਹੀਂ ਵੀ ਉਹਨਾਂ ਨੇ ਕਰਨਾ ਨਹੀਂ ਉਹ ਇੱਕ ਰਿਜੈਕਸ਼ਨ ਹੁੰਦੀ ਆ ਹਨਾ ਤਾਂ ਉਹ ਮੇਰੇ ਘਰੇ ਸੀਗਾ ਮੇਰੇ ਘਰੇ ਇੱਕ ਦੋ ਵਾਰ ਹੋਇਆ ਸੀ ਹੂੰ ਤਾਂ ਮੈਨੂੰ ਉਹ ਇੱਕ ਕੁੜੀ ਦੀ ਫੈਮਲੀ ਦੀ ਫੀਲਿੰਗ ਪਤਾ ਸੀ ਵੀ ਐਵੇਂ ਕਿਵੇਂ ਹੋ ਸਕਦਾ ਕੋਈ ਮੁੰਡਾ ਆਵੇ ਪਰਿਵਾਰ ਆਵੇ 20 ਜਣੇ ਆਉਣ ਖਾਣ ਪੀਣ ਗੱਲਾਂ ਕਰਨ ਉੱਥੇ ਹੱਸਣ ਵੀ ਬਹੁਤ ਵਧੀਆ ਭਾਈ ਕੁੜੀ ਚੰਗੀ ਆ ਉਦੋਂ ਬਾਅਦ ਜਾ ਕੇ ਫੋਨ ਨਾਲ ਚੱਕਣ ਉਹ ਕਿੱਡੀ ਘਟੀਆ ਚੀਜ਼ ਹੈ ਨਾ ਤਾਂ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਨਹੀਂ ਐਵੇਂ ਨਹੀਂ ਹੋਣਾਗਾ ਮੈਂ ਪਤਾ ਕਰੂੰਗਾ ਸਭ ਕੁਝ ਕਰੂੰਗਾ ਜੇ ਮੈਂ ਉਹਨਾਂ ਨਾਲ ਬੈਠ ਗਿਆ ਚਾਹ ਪੀ ਲਈ ਕੌਫੀ ਪੀ ਲਈ ਤਾਂ ਇਟ ਮੀਨ ਮੇਰੀ ਹਾਂ ਵੀ ਜਾਵੇਂ ਆਉਂਦਾ ਹੀ ਨਹੀਂਗਾ ਜੇ ਆਇਆ ਤਾਂ ਇਹ ਕੰਮ ਨਹੀਂ ਹੋਣਾਗਾ ਉਹ ਕਹਿੰਦਾ ਚਲ ਠੀਕ ਹੈ ਤੂੰ 5-7 ਦਿਨ ਲੈ ਲੈ ਤਾਂ ਜਿੰਨਾ ਆਪਾਂ ਪੁੱਛਦੇ ਹੁੰਨੇ ਆ ਵੀ ਫੈਮਿਲੀ ਕਿਵੇਂ ਜੋ ਕੁਛ ਇਹ ਤਾਂ ਮੈਂ ਉਹਨਾਂ ਨੂੰ ਕਹਤਾ ਮੈਂ ਕਹ ਵੀ ਮੈਂ ਹੁਣ ਚਾਹ ਪੀਊਗਾ ਜਦੋਂ ਚਾਹ ਪੀਤੀਓ ਕਹਿੰਦੇ ਕਾਕਾ ਜੀ ਕੀ ਮੈਂ ਕਹ ਜੀ ਕੁਛ ਨਹੀਂ ਬਸ ਹਾਂ ਕਹਿੰਦੇ ਨਾ ਕੋਈ ਡਿਮਾਂਡ ਮੈਂ ਕੋਈ ਡਿਮਾਂਡ ਨਹੀਂ ਮੈਂ ਕਹ ਤੁਸੀਂ ਆਪਣੀ ਪਹਿਲਾਂ ਕੁੜੀ ਤੋਂ ਪੁੱਛ ਲਿਆ ਕਿਉਂਕਿ ਮੇਰੀ ਵਾਈਫ ਉਹ ਪੀਆਰ ਆ ਹੂੰ ਕੈਨੇਡਾ ਹੂੰ ਤੇ ਮੈਂ ਕਹ ਉਹ ਤਾਂ ਕੈਨੇਡਾ ਬੈਠੀ ਆ ਬ੍ਰਾਮਟਨ ਉੱਥੇ ਵੀ ਉਹ ਪਿੰਡ ਕਿਵੇਂ ਰਹੇ ਭੂਆ ਕੇ ਵੀ ਮੇਰੇ ਕੋਲ ਤਾਂ ਕੋਈ ਬਾਲਾ ਉਹ ਵੀ ਨਹੀਂ ਹੈਨੀ ਜੀ ਤੇ ਮੈਂ ਕਿ ਤੁਸੀ ਇੱਕ ਵਾਰ ਉਹ ਤੋਂ ਪੁੱਛ ਲਓ ਉਹ ਤੋਂ ਪੁੱਛ ਕੇ ਫਿਰ ਤੁਸੀਂ ਮੈਨੂੰ ਦੱਸ ਦਿਓ ਤਾਂ ਉਹਨਾਂ ਨੇ ਪੁੱਛਿਆ ਉਥੋਂ ਉਹਨਾਂ ਨੂੰ ਕਹਿੰਦੇ ਵੀ ਠੀਕ ਆ ਫਿਰ ਪੰਜ ਸੱਤ ਦਿਨਾਂ ਚ ਸ਼ਗਨ ਪੈ ਗਿਆ ਸ਼ਗਨ ਤੋਂ ਬਾਅਦ 15 20 ਦਿਨਾਂ ਚ ਮੇਲਾ ਦਾ ਮਹੀਨੇ ਚ ਵਿਆਹ ਹੋ ਗਿਆ ਵਿਆਹ ਰੱਖ ਲਿਆ ਮਤਲਬ ਜਿਹੜੀ 32 33 ਸਾਲਾਂ ਦੀ ਵੇੜ ਸੀ ਫਿਰ ਉੱਥੇ ਲੱਗਦਾ ਜੀ ਸੰਜੋਗ ਸੀ ਹਨਾ ਪਰਮਾਤਮਾ ਨੇ ਜੀ ਨਹੀਂ ਬੰਦਾ ਬੜਾ ਕੁਝ ਕਰਦਾ ਲਵ ਦਾ ਲੜਦੇ ਆ ਬੁਰੇ ਹਾਲ ਹੁੰਦੇ ਨੇ ਤਾਂ ਆਪਣਾ ਮਹੀਨੇ ਚ ਦੋ ਮਹੀਨਿਆਂ ਚ ਹੋ ਗਿਆ ਤਾਂ ਉਹ ਚੰਗਾ ਲੱਗਿਆ ਜੋ ਕੁਝ ਹੋਇਆ ਬਟ ਬਹੁਤ ਵਧੀਆ ਕੀਤਾ ਪਰਮਾਤਮਾ ਨੇ ਸਾਰੇ ਤੁਹਾਡੇ ਬਾਬਾ ਨੇੜੇ ਕਰ ਲੀਆਂ ਦੇ ਹਨਾ ਨੇ ਉਹ ਇੱਕ ਵੱਡੀ ਫੈਮਿਲੀ ਆ ਤੇ ਉਹਨਾਂ ਦੇ ਆਲਮੋਸਟ ਵੀ ਕਿਉਂਕਿ ਜਿਹੜੀ ਅਸੋਚਨਾ ਆਪਣੇ ਉਹ 벨ਟ ਉਹ 벨ਟ ਆ ਜਿਹੜੀ ਸਾਰੀ ਉਹ ਸਾਰੇ ਲੀਡਰ ਨੇ ਮੁਕਸਰ ਉਹ ਫਰੋ ਰਿਪੋਰਟਰ ਜਲਾਲਾਬਾਦ ਉਹ ਸਾਰੀ ਜਿਹੜੀ 벨ਟ ਆ ਉਹ ਸਾਰੀ ਲੀਡਰ ਨੇ ਮਤਲਬ ਆਪਣੇ ਵਾਲਿਆਂ ਨੂੰ ਤਾਂ ਆਪਣੇ ਇਧਰਲੇ ਮਾਲਵੇ ਤੁਸੀਂ ਵੀ ਹੁਣ ਮੇਰੇ ਪਿੰਡਾਂ ਦੇ ਹੋ ਆਪਣੇ ਵਾਲੇ ਪਿੰਡਾਂ ਚ ਕੋਈ ਸਰਪੰਚ ਬਣ ਜੇ ਤਾਂ ਐਂ ਕਰਦਾ ਮੈਂ ਸਰਪੰਚ ਆ ਐਂ ਕਰਦਾ ਉਧਰ ਮੰਤਰੀ-ਮੰਤਰੀ ਸੀਐਮ ਸਾਹਿਬ ਬਹੁਤ ਨੇੜੇ ਹੁੰਦੇ ਨੇ ਸਾਰਿਆਂ ਦੇ ਮੁੱਖ ਮੰਤਰੀ ਨੇੜੇ ਨੇ ਤਾਂ ਉਹ ਉਧਰ ਸਾਰੇ ਲੀਡਰ ਨੇ ਤਾਂ ਉਸੇ ਤਰ੍ਹਾਂ ਇਹ ਆਪਣੇ ਨਿਊਟਰਲ ਜਿਹੇ ਬੰਦੇ ਨੇ ਮੈਨੂੰ ਲੱਗਦਾ ਮੇਰੇ ਸਾਰੇ ਹੂੰ ਤਾਂ ਉਹਨਾਂ ਨੂੰ ਸਾਰੇ ਜਾਣਦੇ ਹੁਣ ਜਿਵੇਂ ਵਿਆਹ ਚ ਵੀ ਅਕਾਲੀ ਵੀ ਆਏ ਕਾਂਗਰਸੀ ਵੀ ਆਏ ਭਾਜਪਾਲੇ ਵੀ ਆਏ ਚਲਾਵਾਦੀ ਪਾਰਟੀ ਵਾਲ ਤਾਂ ਆਪਣੇ ਦੋਨੇ ਆਉਣਾ ਸੀਗਾ ਤਾਂ ਉਹ ਸਾਂਝੇ ਜਿਹੇ ਬੰਦੇ ਨੇ ਐਦਾਂ ਮਤਲਬ ਲਾਈਨ ਨਹੀਂ ਖਿੱਚੀ ਹੋਈ ਕੋਈ ਹੋਰ ਵਧੀਆ ਚੱਲ ਰਿਹਾ ਕਮਾਉਣ ਕਮਾਉਣ ਲੈ ਜਾਂਦੇ ਹੋ ਭਾਬੀ ਜੀ ਹੋਰਾਂ ਨੂੰ ਕਿ ਲੱਗਦਾ ਟਾਈਮ ਕਿ ਨਹੀਂ ਲੱਗਦਾਗਾ ਇਹ ਵੀ ਪੁੱਛਣਾ ਹੁਣ ਮੈਂ ਘੱਟ ਲੱਗਦਾ ਨਹੀਂ ਲੱਗਦਾ ਘੱਟ ਲੱਗਦਾ ਕਿਤਾ ਨਹੀਂ ਕਰਦੇ ਹੈਗੀਆਂ ਨੇ ਸ਼ਿਕਾਇਤਾਂ ਅੱਛਾ ਫਿਰ ਉਹ ਚੰਡੀਗੜ੍ਹ ਮੀਟਿੰਗ ਹੁੰਦੀ ਆ ਹਫਤੇ ਚ ਅੱਛਾ ਜੀ ਤੇ ਉਹ ਜੋ ਤਿੰਨ ਕਿ ਦਿਨ ਹੋ ਜਾਂਦੇ ਪਿੰਡ ਕ ਚਾਰ ਦਿਨ ਬੋਰ ਫਿਰ ਮੈਂ ਕਹਿੰਦਾ ਨਾ ਚੰਡੀਗੜ੍ਹ ਹੁਣ ਸੁਖਾਨੰਦੋਂ ਚੰਡੀਗੜ੍ਹ ਹੀ ਸ਼ਿਮਲੇ ਵਰਗਾ ਲੱਗਦਾ ਫਿਰ ਇੱਥੇ ਦੋ ਦਿਨ ਜੀ ਮੀਟਿੰਗਾਂ ਹੁੰਦੀਆਂ ਦੋ ਦਿਨ ਬੈਠ ਜਾਂਦੇ ਆ ਹਮ ਇਹਨਾਂ ਨੂੰ ਉਹ ਆਪਣਾ ਕੋਈ ਆ ਇੱਥੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਜਾਇਆ ਹੁੰਦੇ ਆ ਫਿਰ ਦੋਸਤ ਨੇ ਮੇਰੇ ਜੀ ਤੇ ਉਹਨਾਂ ਦੇ ਨਾਲ ਅਸੀਂ ਇੱਕ ਦਿਨ ਡਿਨਰ ਡਿਨਰ ਕਰ ਲੈਨੇ ਆ ਇਵੇਂ ਕਰਕੇ ਉਹ ਫਿਰ ਦੋ ਦਿਨ ਸੈਲੀਬ੍ਰੇਟ ਕਰਕੇ ਹਮ ਫਿਰ 5 ਦਿਨ ਫਿਰ ਸੁਖਨਾਂੰਦਾ ਮੰਤਰੀ ਸਾਹਿਬ ਦਾ ਕੰਮ ਹੋ ਰਿਹਾ ਵਿਆਹ ਮੰਤਰੀ ਸਾਹਿਬ ਦਾ ਹੋ ਜਾਣਾ ਚਾਹੀਦਾ ਮੈਨੂੰ ਲੱਗਦਾ ਨਹੀਂ ਤੁਹਾਨੂੰ ਪਤਾ ਹੋਊਗਾ ਨੇੜੇੋਂ ਤੁਸੀਂ ਨਹੀਂ ਹੋਜੂਗਾ ਨੇੜੇ ਲੱਗ ਜੂ ਸਾਰਿਆਂ ਨੂੰ ਪਤਾ ਅੱਛਾ ਹਮ ਅਰਦਾਸ ਕਰਦੇ ਹਾਂ ਪ੍ਰਮਾਤਮਾ ਕਿ ਜਲਦੀ ਹੋ ਜਾਏ ਇਹ ਕਈ ਵੀ ਕਹੀ ਜਾਂਦੇ ਨੇ ਵੀ ਆਮ ਆਦਮੀ ਪਾਰਟੀ ਵਾਲੇ ਸਾਰੇ ਵਿਆਹ ਹੀ ਕਰਾਈ ਜਾਂਦੇ ਐ ਐਮਐਲਏ ਜਿਹੜੇ ਨਵੇਂ ਬਣੇ ਆ ਕਾ ਕਾਫੀਆਂ ਦੇ ਹੋਗੇ ਨਾ ਥੋੜਾ ਹੋ ਗਿਆ ਹਰਜੋਤ ਬੈਂਸਰਾਂ ਦਾ ਹੋ ਗਿਆ ਨਹੀਂ ਨਾ ਕਰਾਈਏ ਨਹੀਂ ਮਤਲਬ ਮਤਲਬ ਵਿਆਹ ਤਾਂ ਮੈਨੂੰ ਇਹ ਵੀ ਸਮਝ ਨਹੀਂ ਲੱਗਦੀ ਬੜਾ ਫੇਵਰਿਟ ਕੁਐਸਚਨ ਆ ਬੜੇ ਲੋਕਾਂ ਦਾ ਸਾਰੇ ਵਿਆਹ ਹੁਣ ਬੰਦਾ ਯਾਰ 23 ਸਾਲ ਤੋਂ ਲੈ ਕੇ 32 33 ਸਾਲ ਤੱਕ ਵਿਚਾਲੇ ਤਾਂ ਵਿਆਹ ਹੀ ਹੁੰਦੇ ਹੁੰਦੇ ਨੇ ਇਸ ਉਮਰਸ ਦਾ ਵਿਆਹ ਹੀ ਹੁੰਦੇ ਆ ਤਾਂ ਸਾਡੇ ਵਾਲੇ ਫਿਰ ਇਹ ਉਮਰ ਦੇ ਕਾਫੀ ਸੀ ਬਹੁਤਿਆਂ ਦੇ ਹੋ ਗਏ ਤਾਂ ਮੈਨੂੰ ਤਾਂ ਲੱਗਦਾ ਚੰਗੀ ਗੱਲ ਆ ਵਿਆਹ ਕੋਈ ਮਾੜੀ ਗੱਲ ਨਹੀਂ ਹਾ ਗੁੱਸਾ ਆ ਜਾਂਦਾ ਕਈ ਵਾਰ ਮੇਰੇ ਵਿਆਹ 'ਚ ਵੀ ਆਇਆ ਹੋਇਆ ਵੀ ਇੱਕ ਬੜਾ ਵੱਡਾ ਲੀਡਰ ਆਇਆ ਤੇ ਸਮਸਤੀ ਤੇ ਬੈਠਾ ਸੀ ਮੈਨੂੰ ਐ ਅਸ਼ੀਰਵਾਦ ਦਿੱਤਾ ਉਹਨੇ ਬਹੁਤ ਕਹਿੰਦਾ ਕਾਕਾ ਤੂੰ ਬਹੁਤ ਨਾਈਸ ਬੱਚਾ ਤੇ ਮੈਂ ਵਿਧਾਨ ਸਭਾ ਚ ਤੈਨੂੰ ਦੇਖਦਾ ਬਹੁਤ ਵਧੀਆ ਐਵੇਂ ਬੋਲਿਆ ਉਹ ਤੇ ਬੇਟੀ ਤਾਂ ਸਾਡਾ ਘਰ ਦਾ ਪਰਿਵਾਰ ਆ ਐ ਕਰਕੇ ਪੂਰੇ ਪ੍ਰਮਾਤਮਾ ਕਹਿੰਦੇ ਅਰਦਾਸ ਆ ਕਹਿੰਦੇ ਵੀ ਤੁਸੀਂ ਜਿਉਂਦੇ ਰਹੋ ਤਰੱਕੀਆਂ ਬਖਸ਼ ਬਹੁਤ ਵਧੀਆ ਹੋਇਆ ਮੇਰੇ ਡਾਡੀ ਵਰਗਿਆਂ ਨੂੰ ਵੀ ਉਹਨਾਂ ਦੇ ਡਾਡੀ ਵਰਗਿਆਂ ਨੂੰ ਵੀ ਉਹਦੇ ਮੈਡਮ ਦੇ ਤੇ ਵੀ ਬਹੁਤ ਤੁਸੀਂ ਕਰਮ ਵਾਲੇ ਐ ਕਰਦੇ ਜਾਂਦੇ ਹੋਏ ਬਿਆਨ ਦੇਗੇ ਲੈ ਕਹਿੰਦੇ ਇੱਕ ਨੇ ਹੋਰ ਵਿਆਹ ਕਰਾ ਲੈ ਕਹਿੰਦੇ ਤਾਂ ਮੈਨੂੰ ਗੁੱਸਾ ਆਇਆ ਮੈਂ ਕਿਹਾ ਪਹਿਲਾਂ ਤੂੰ ਮੈਨੂੰ ਭਾਈ ਅਸ਼ੀਰਵਾਦ ਦੇ ਗਿਆ ਉਦੋਂ ਫਿਰ ਆਏ ਨਾ ਜਾਂਦੇ ਹੋਏ ਫਿਰ ਕਹਿ ਗਏ ਆਹ ਉਹੀ ਬੰਦਾ ਬਾਅਦ ਚ ਕਹੀ ਜਾਂਦਾ ਸੀ ਉਦੋਂ ਪਾਸ ਉਦੋਂ ਪਰਸਨਲੀ ਸਗਨ ਮੇਣਾ ਆਏ ਸੀਗੇ ਠੀਕ ਹੈ ਨਾ ਬਾਹਰ ਫਿਰ ਪੋਲੀਟੀਕਲੀ ਇੱਕ ਦਿਨ ਵੀਡੀਓ ਚ ਕਹੀ ਜਾਵੇ ਕਹਿੰਦਾ ਇਹ ਦੇਖਿਓ ਤੁਸੀਂ ਕਹਿੰਦਾ ਹੁਣ ਤਾਂ ਵਿਆਹ ਖੋਈ ਜਾਂਦੇ ਆ ਕਹਿੰਦਾ ਇਹਨਾਂ ਦੇ ਕਹਿੰਦਾ ਜਦੋਂ ਇਹਨਾਂ ਦੀ ਸਰਕਾਰ ਨਾ ਰਹੀ ਕਹਿੰਦਾ ਦੇਖੋ ਸਾਰਿਆਂ ਦੇ ਟੁੱਟਣਗੇ ਉਹ ਮੇਰੇ ਮਨ ਚ ਵੜ ਆ ਮੈਂ ਕਿਹਾ ਯਾਰ ਇਹਦਾ ਮਤਲਬ ਤੂੰ ਗੁਰੂ ਦਾ ਸਤਕਾਰ ਵੀ ਨਹੀਂ ਕਰਦਾ ਮੈਂ ਤਾਂ ਆਨੰਦ ਕਾਰਜ ਕੀਤੇ ਨੇ ਵੀ ਤੂੰ ਆਨੰਦ ਮੇਰੇ ਆਨੰਦ ਕਾਰਜ ਤੇ ਤੂੰ ਮੈਨੂੰ ਅਸ਼ੀਰਵਾਦ ਦੇ ਕੇ ਕਈ ਜਾਂਦੀ ਪ੍ਰਮਾਤਮਾ ਦੀ ਹਜ਼ੂਰੀ ਚ ਹੋਇਆ ਜੀ ਅਰਦਾਸ ਹੋਈ ਆ ਨਾ ਵੀ ਇੱਥੇ ਤੂੰ ਅਸ਼ੀਰਵਾਦ ਦੇ ਗਿਆ ਤੇ ਬਾਹਰ ਜਾ ਕੇ ਤੂੰ ਇਹ ਦੁਆ ਕਰ ਲਈ ਵੀ ਟੁੱਟ ਵੀ ਜਾਵੇ ਛੇਤੀ ਤਾਂ ਉਹ ਔਕਵਰਡ ਜਿਹਾ ਲੱਗਦਾ ਬਟ ਹੁਣ ਯੂਜ਼ਡ ਹੋ ਗਿਆ ਐਡਾ ਕੋਈ ਫਰਕ ਨਹੀਂ ਪੈਂਦਾਗਾ ਕੰਮ-ਕਮ ਕਰਾ ਰਹੇ ਹਾਂ ਹਲਕੇ ਚ ਹਾਂ ਹਲਕੇ ਚ ਲੋਕ ਸੈਟੀਸਫਾਈ ਨੇ ਤੇ ਹੋ ਰਹੇ ਨੇ ਕੰਮ ਵਧੀਆ ਐਸ ਕੰਪੇਅਰਡ ਟੂ ਬਾਕੀ ਵਧੀਆ ਹੋ ਰਹੇ ਨੇ ਥੋੜੇ ਹਸਪੀਟਲ ਦਾ ਬੜਾ ਮਾੜਾ ਜਿਹਾ ਹਾਲ ਆ ਸਿਪਲ ਹਸਪੀਟਲ ਦਾ ਹਾਂ ਉੱਥੇ ਉਹਦੀ ਪ੍ਰੋਬਲਮ ਹੈਗੀ ਆ ਕਿਉਂਕਿ ਜਦੋਂ ਅਸੀਂ ਫਸਟ ਫੇਜ ਦੇ ਵਿੱਚ ਸਰਕਾਰ ਦਿੰਦੀ ਆ ਤਾਂ ਸਰਕਾਰ ਜ਼ਿਆਦਾਤਰ ਡਿਸਟ੍ਰਿਕਟ ਹੈਡ ਤੇ ਠੀਕ ਕਰਦੀ ਆ ਮੁਰੰਮਤ ਕਰਦੀ ਆ ਜਾਂ ਡਿਸਟ੍ਰਿਕਟ ਹੈਡ ਤੇ ਟੀਚਰ ਹੋਣ ਜਾਂ ਡਾਕਟਰ ਹੋਣ ਤਾਂ ਜ਼ਿਲ੍ਹੇ ਚ ਦਿੰਦੀ ਆ ਤੇ ਇਸੇ ਤਰ੍ਹਾਂ ਹੀ ਸਾਡੇ ਅਜੇ ਸਾਲ ਹੋਇਆ ਸਰਕਾਰ ਦੀ ਜਿਹੜੀ ਫਸਟ ਪ੍ਰੈਫਰੈਂਸ ਆ ਉਹ ਮੁਗਾ ਲੋਕਲ ਹਸਪੀਟਲ ਆ ਵੱਡਾ ਤਾਂ ਸਾਡੇ ਇੱਕ ਵੱਡਾ ਹਸਪੀਟਲ ਵੀ ਆ ਰਿਹਾ ਤਾਂ ਮੁਗੇ ਲੋਕਲ ਤੇ ਜ਼ਿਆਦਾ ਧਿਆਨ ਦਿੱਤਾ ਮੈਡੀਕਲ ਕਾਲਜ ਵੀ ਆ ਰਿਹਾ ਹੈ ਮੈਡੀਕਲ ਕਾਲਜ ਹਾਂ ਮੈਡੀਕਲ ਕਾਲਜ ਉਹਦਾ ਕੰਮ ਕਿੱਥੇ ਜੇ ਖੜਾ ਮੇਰੇ ਨਾਲ ਤਾਂ ਉਹਦੇ ਪੇਪਰ ਵਰਕ ਸਾਰਾ ਆਲਮੋਸਟ ਕੰਪਲੀਟ ਹੋ ਗਿਆ ਉਹਦਾ ਫੰਡ ਅਲੋਕੇਟ ਹੋਣ ਵਾਲਾ ਹੋ ਜਾਣਾ ਜਲਦੀ ਤਾਂ ਉਹਦਾ ਕੰਮ ਸਟਾਰਟ ਹੋ ਜਾਊਗਾ ਤਾਂ ਫਿਰ ਜਦੋਂ ਡਿਸਟ੍ਰਿਕਟ ਲੈਵਲ ਤੇ ਹਸਪੀਟਲ ਹੋ ਜਾਊਗਾ ਫਿਰ ਉਸ ਤੋਂ ਬਾਅਦ ਸਾਡੀ ਜਿਹੜੇ ਬਲੌਕ ਲੈਵਲ ਤੇ ਨੇ ਫਿਰ ਇਹਨਾਂ ਦੀ ਵਾਰੀ ਆ ਜਾਊਗੀ ਇੱਕ ਐਨਆਰਆਈਸ ਮਿਲਣ ਸੱਦਿਆ ਸੀ ਤੁਸੀਂ ਕੋਈ ਇਨਵੈਸਟਮੈਂਟ ਹੋਈ ਆ ਹਲ ਹਾਂ ਐਨਆਰਆਈ ਸਮੇਲਨ ਬਹੁਤ ਮਤਲਬ ਬੜਾ ਪੋਜ਼ਿਟਿਵ ਗਿਆ ਉਹ ਤਾਂ ਉਹਦੇ ਤੇ ਲਗਭਗ ਉਹ ਦੋ ਚ ਦੋ ਰੀਜਨ ਸੀਗੇ ਉਹਦੇ ਐਨਆਰਆਈ ਐਨਆਰਆਈ ਬੜੇ ਫੋਨ ਬਹੁਤ ਕਰਦੇ ਨੇ ਵੀ ਅਸੀਂ ਜੀ ਪੰਜਾਬ ਲਈ ਇਹ ਕਰਨਾ ਅਸੀਂ ਪਿੰਡਾਂ ਲਈ ਕੁਝ ਕਰਨਾ ਚਾਹੁੰਦੇ ਆ ਤਾਂ ਉਦੋਂ ਸੀ ਜਨ ਇਹ ਜਿਹਾ ਸੀ ਵੀ ਐਨਆਰਆਈ ਜਿਆਦਾ ਆਏ ਹੋਏ ਸੀਗੇ ਤਾਂ ਮੈਂ ਸਾਰਿਆਂ ਨੂੰ ਬੁਲਾ ਕੇ ਨਾਲ ਤਾਂ ਉਹਨਾਂ ਦਾ ਧੰਨਵਾਦ ਕੀਤਾ ਮੈਂ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੀ ਸਪੋਰਟ ਕੀਤੀ ਸਾਡੀ ਫਿਰ ਮੈਂ ਉਹਨਾਂ ਨੂੰ ਦੱਸੇ ਤਰੀਕੇ ਦੱਸੇ ਮੈਂ ਕਹ ਵੀ ਤੁਸੀਂ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਸਾਡੀ ਮਤ ਪੈਸੇ ਦੇ ਕੇ ਕਰਨੀ ਆ ਹੂੰ ਬੜੇ ਐਨਆਰਆਈ ਸੋਚਦੇ ਆ ਵੀ ਅੱਛਾ ਐਮਐਲਏ ਨੂੰ ਫੰਡ ਦੇ ਦੋ 50000 ਰੁਪਏ ਮਤ ਹੋ ਗਈ ਹਾਂ ਜਾਂ ਮੈਨੂੰ ਕੱਲ ਹੀ ਸਾਡੇ ਇੱਕ ਐਨਆਰਆਈ ਆਇਆ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਬਾਈ ਜੀ ਮੈਂ ਨਾ ਸੋਚ ਲਿਆ ਮੈਂ ਵਿਆਹਾਂ ਤੇ 5100 ਰੁਪਏ ਦਿਆ ਕਰੂੰ ਮੈਂ ਕਿਹਾ ਵਿਆਹਾਂ ਤੇ ਤੂੰ 5100 ਸਰਕਾਰ 51000 ਦਿੰਦੀ ਆ ਵਿਆਹਾਂ ਤੇ ਹਨਾ ਤੇ ਫਿਰ ਉਹਨੂੰ ਕਹਿੰਦਾ ਫਿਰ ਮੈਂ ਕਿਹਾ ਤੂੰ ਟੀਚਰ ਦੇ ਦੇ ਦੋ ਤਾਂ ਮੈਨੂੰ ਇਹ ਸੀਗਾ ਵੀ ਮੈਂ ਉਹਨੂੰ ਸਹੀ ਡਾਇਰੈਕਸ਼ਨ ਚ ਲੈ ਜਾ ਤਾਂ ਮੈਂ ਉੱਥੇ ਵੱਡਾ ਇਕੱਠ ਸੀਗਾ ਬਹੁਤ ਵੱਡਾ ਇਕੱਠ ਹੋਇਆ ਮਤਲਬ ਮੈਨੂੰ ਮੀਸੀ 2-300 ਐਨਆਰਆਈ ਆਊਗਾ ਬਟ ਉੱਥੇ 1000 ਪਲੱਸ ਬੰਦਾ ਆਇਆ ਉਹ ਕੱਲਾ ਬਾਗੇਪੁਰਾ ਨੇ ਦਾ ਸੱਦਿਆ ਸੀ ਮੈਂ ਉੱਥੇ ਸਾਡੇ ਪੂਰੇ ਜ਼ਿਲ੍ਹੇ ਦੇ ਆਸੇ ਪਾਸੇ ਵੀ ਲੋਕ ਐਨਆਰਆਈ ਆ ਗਏ ਤਾਂ ਫਿਰ ਮੈਂ ਉਹਨਾਂ ਨੂੰ ਕਾਰਨ ਦੱਸੇ ਤਰੀਕੇ ਵੀ ਤੁਸੀਂ ਐਵੇਂ ਵੀ ਮਤ ਕਰ ਸਕਦੇ ਤੁਸੀਂ ਨਰੇਗਾ ਚ ਪੈਸੇ ਲਾ ਸਕਦੇ ਹੋ ਤੁਸੀਂ ਆਪਦੇ ਪਿੰਡ ਦੀ ਡਿਵੈਲਪਮੈਂਟ ਕਰਾ ਸਕਦੇ ਹੋ ਤਾਂ ਤੁਸੀਂ ਜੇ ਪੈਸੇ ਦੇਣੇ ਆ ਪੱਕੇ ਤਾਂ ਤੁਸੀਂ ਪ੍ਰਾਈਵੇਟ ਬੱਚਿਆਂ ਨੂੰ ਟੀਚਰ ਰੱਖ ਲਓ ਸਕੂਲਾਂ ਚ ਜਿੰਨਾ ਟਾਈਮ ਅਸੀਂ ਨਹੀਂ ਦੇ ਸਕੇ ਉਹਨਾਂ ਟਾਈਮ ਤੁਸੀਂ ਸਾਲ ਦੋ ਸਾਲ ਰੱਖ ਲਓ ਉਸ ਤੋਂ ਬਾਅਦ ਸਰਕਾਰ ਦੇ ਦ ਤਾਂ ਉਹ ਬੜਾ ਵਧੀਆ ਹੋਇਆ ਫਿਰ ਮੈਂ ਉਹਨਾਂ ਨੇ ਇਹ ਵੀ ਕਿਹਾ ਮੈਂ ਕਿਹਾ ਤੁਸੀਂ ਬਿਜ਼ਨਸ ਇੱਥੇ ਕਾਹ ਤੋਂ ਨਹੀਂ ਕਰਦੇਗੇ ਹਮ ਮਤਲਬ ਬੜੀ ਇੰਟਰਸਟਿੰਗ ਗੱਲ ਆ ਕੈਨੇਡਾ ਚ ਬੁਰਾ ਹਾਲ ਹੋਇਆ ਵਾ ਬਹੁਤ ਬੱਚਿਆਂ ਨੂੰ ਜੌਬ ਨਹੀਂ ਮਿਲਦੀਆਂ ਗਿਆ ਉੱਥੋਂ ਦੀ ਗਰੋਥ ਰੇਟ ਆ 1.2% ਤੇ ਪੰਜਾਬ ਦੀ ਗਰੋਥ ਰੇਟ ਆ 14-15% ਹਮ ਮਤਲਬ ਕੈਨੇਡਾ ਦੇ ਕੰਪੈਰੀਜ਼ਨ ਚ ਜੇ ਉੱਥੇ ਤੁਸੀਂ ਕਰੋੜ ਰੁਪਇਆ ਲਾਉਨੇ ਹੋ ਮਤਲਬ 100 ਰੁਪਇਆ ਲਾਤਾ ਤਾਂ ਤੁਹਾਨੂੰ ਮਹੀਨੇ ਬਾਅਦ 102 ਰੁਪਏ ਬਣ ਗਏ ਜੇ ਪੰਜਾਬ ਤੁਸੀਂ 100 ਰੁਪਇਆ ਲਾਉਨੇ ਹੋ ਤੁਹਾਨੂੰ ਮਹੀਨੇ ਬਾਅਦ 114 ਰੁਪਏ ਬਣ ਗਏ ਇੱਥੇ ਤਾਂ ਮੈਂ ਉਹਨਾਂ ਨੂੰ ਇਹ ਚੀਜ਼ਾਂ ਆਈਡੀਆ ਦਿੱਤੇ ਸੀਗੇ ਵੀ ਤੁਸੀਂ ਇੱਥੇ ਬਿਜ਼ਨਸ ਉਹਦੇ ਉਹਨੂੰ ਦੇਖ ਕੇ ਮੇਰੀਆਂ ਗੱਲਾਂ ਬਾਤਾਂ ਸੁਣ ਕੇ ਤੇ ਮੈਂ ਉਹਨਾਂ ਨੂੰ ਇਨਸ਼ੋਰ ਕੀਤਾ ਸੀ ਆਪਦੇ ਵੱਲੋਂ ਮੈਂ ਕਿਹਾ ਤੁਹਾਡੇ ਮੈਂ ਪੈਸੇ ਨਹੀਂ ਲੱਗਣ ਦਿੰਦਾ ਜਿਹੜਾ ਤੁਸੀਂ ਕਹਿੰਦੇ ਨਾ ਇੱਥੋਂ ਦਾ ਸਿਸਟਮ ਮਾੜਾ ਜੀ ਤਾਂ ਕਰਕੇ ਜੀ ਐਨਓਸੀਆਂ ਲੈਣੀਆਂ ਪੈਂਦੀਆਂ ਜੀ ਪੈਸੇ ਮੰਗਦੇ ਨੇ ਲੀਡਰ ਬਲੈਕਮੇਲ ਕਰਦੇ ਨੇ ਮੈਂ ਕਹਿੰਦਾ ਇਹ ਨਹੀਂ ਮੈਂ ਹੋਣ ਦਿੰਦਾ ਤਾਂ ਇਹ ਐਨਓਸੀਆਂ ਮੈਂ ਮੁਫਤ ਚ ਲੈ ਕੇ ਦਿੱਤੀਆਂ ਬੰਦਿਆਂ ਨੂੰ ਤਾਂ ਮੈਸ਼ ਪਾਰਸ਼ ਅਪਗਟਿਵ ਹੁਣ ਗਿਦਾ ਵੀ ਸਾਡਾ ਬਹੁਤ ਵਧੀਆ ਬੰਦਾ ਇਹਦਾ ਕੰਮ ਕਰੋ ਸਾਰਾ ਕੁਝ ਲੈ ਕੇ ਦਿੱਤਾ ਤਾਂ ਉਹਦੇ ਚ ਮੇਰੇ ਹਲਕੇ ਦੇ ਵਿੱਚ ਲਗਭਗ 300 ਕਰੋੜ ਇਨਵੈਸਟ ਹੋ ਰਿਹਾ ਇਨਵੈਸਟਮੈਂਟ ਹੋਗੀ ਹੋਗੀ ਹੁਣ ਤੱਕ ਹਾਂ ਪ੍ਰੋਜੈਕਟ ਬਣ ਜਾਂਦੇ ਆ ਉਹ ਹੈ ਪ੍ਰਾਈਵੇਟ ਮੈਂ ਨਹੀਂ ਕਹਿੰਦਾ ਵੀ ਕੋਈ ਸਰਕਾਰੀ ਬਣ ਗਿਆ ਡਾਇਰੈਕਟਲੀ ਇਨਡਾਇਰੈਕਟਲੀ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਬਟ ਉਹਦੇ ਨਾਲ ਆਫਟਰ ਆਲ ਮੇਰੇ ਹਲਕੇ ਦਾ ਸਟੇਟਸ ਤਾਂ ਹੁੰਦਾ ਹੀ ਆ ਨਾ ਵੀ ਜਿੱਥੋਂ ਮਰਜੀ ਆਇਆ ਉਹ 300 ਕਰੋੜ ਰੁਪਇਆ ਡਿੱਗਦਾ ਬੱਗੇ ਪੁਰਾਣੇ ਚ ਪਿਆ ਨਾ ਉੱਥੇ ਕੋਈ ਲੇਬਰ ਕਰੂਗਾ ਕੋਈ ਕੁਛ ਵੀ ਕਰੂਗਾ ਬਾਗੇ ਪ੍ਰਾਣੇ ਚ 300 ਕਰੋੜ ਰੁਪਏ ਅੱਗੇ ਪ੍ਰਾਣੇ ਦੀ ਹੱਦ ਦੇ ਵਿੱਚ 300 ਕਰੋੜ ਡਿੱਗ ਪਿਆ ਉਹ ਜੇ ਸਾਡੇ ਗਵਾਂਡ ਚ ਡਿੱਗਿਆ ਤਾਂ ਕਿਸੇ ਨੂੰ 10 20 50 ਰੁਪਏ ਹੌਲੀ ਹੌਲੀ ਬਣ ਗਈ ਮਿਲਣ ਗਈ ਤਾਂ ਉਹ ਸਾਡਾ ਪੋਜੀਟਿਵ ਗਿਆ ਬਹੁਤ ਫੇਵਰਟ ਜਗਾ ਕੀ ਧੀ ਹੈ ਅ ਫੇਵਰਟ ਪੰਜਾਬ ਚ ਪੁੱਛਦੇ ਹੋ ਕਿ ਪੰਜਾਬ ਜੀ ਬਚ ਗਿਆ ਪੰਜਾਬ ਚ ਮੈਂ ਯਾਰ ਐਵੇਂ ਜਾ ਹੈ ਨਹੀਂਗਾ ਕੋਈ ਮਾੜੀ ਮੇਰੀ ਫੇਵਰਟ ਜਗਾ ਜੇ ਇੱਥੇ ਵੀ ਜਾਵਾਂ ਇੱਥੇ ਰਹਿੰਦੇ ਹਾਂ ਚੰਡੀਗੜ੍ਹ ਵੀ ਸਾਰੀ ਫੇਵਰਟ ਆ ਚੰਡੀਗੜ੍ਹ ਨੂੰ ਸਾਰਾ ਜਾਣਦੇ ਆ ਬਟ ਜਿੱਥੇ ਇੱਕ ਥਾਂ ਹੁੰਦੀ ਨਾ ਜਿੱਥੇ ਬਹਿ ਕੇ ਬੰਦੇ ਨੂੰ ਸਕੂਨ ਮਿਲਦਾ ਵੀ ਆ ਥਾਂ ਬਹੁਤ ਵਧੀਆ ਇੱਕ ਥਾਂ ਲੱਗਦਾ ਮੈਂ ਸੋਨਾ ਸਾ ਮੱਥਾ ਟੇਕਣ ਜਾਣਾ ਗੁਰਦੁਆਰਾ ਸਾਹਿਬ ਜਦੋਂ ਮੈਂ ਉੱਥੇ ਮੈਂ ਲੰਬੇ ਸਮੇਂ ਤੋਂ ਜਾਣਾ ਤੇ ਕਿਉਂਕਿ ਮੈਂ ਨਾ ਇੱਥੇ ਜਦੋਂ ਮੈਂ ਪਲੱਸ 1 ਚ ਚੰਡੀਗੜ੍ਹ ਆਇਆ ਸੀ ਤਾਂ ਮੈਂ ਮੱਥਾ ਨਹੀਂ ਸੀ ਟੇਕ ਮੈਂ ਇੱਥੇ ਸ਼ੁਰੂ ਕੀਤਾ ਮੱਥਾ ਨਹੀਂ ਟੇਕਣਾ ਤੇ ਐਵੇਂ ਆਪਦਾ ਹੀ ਲੌਜਿਕ ਜਾ ਬਣਾ ਲਿਆ ਮੈਂ ਕਿਹਾ ਜਦੋਂ ਮੈਂ ਕਮਾਉਂਦਾ ਹੀ ਨਹੀਂ ਮੱਥਾ ਕਹਦਾ ਟੇਕਾ ਹਣਾ ਮੈਂ ਕਿਹਾ ਜਿਹੜਾ ਮੇਰਾ ਫਾਦਰ ਸਾਹਿਬ ਕਮਾਉਂਦੇ ਨੇ ਉਹ ਮੱਥਾ ਟੇਕ ਦਿੰਦੇ ਨੇ ਮੈਂ ਕਮਾਇਆ ਤਾਂ ਐ ਨਹੀਂ ਮੈਂ ਬਾਪੂ ਵਾਲੀ ਕਮਾਈ ਚੋਂ ਹੀ ਮੈਂ ਟੇਕੀ ਜਾਵਾਂ ਤਾਂ ਮੈਂ ਮੱਥਾ ਟੇਕਣੋਂ ਹਟ ਗਿਆ ਮੈਂ 5 ਸਾਲ ਮੱਥਾ ਨਹੀਂ ਟੇਕਿਆ ਮੇਰੇ ਨਾਲ ਦੇ ਕਹਿੰਦੇ ਹੁੰਦੇ ਸੀ ਤੂੰ ਮੱਥਾ ਨਹੀਂ ਟੇਕਦਾ ਯਾਰ ਤੇ ਮੈਂ ਕਿਹਾ ਨਹੀਂ ਜਦੋਂ ਕੁਝ ਬਣ ਗਿਆ ਤਾਂ ਟੇਕੂਗਾ ਫਿਰ 2013 ਦੇ ਵਿੱਚ ਮੈਂ ਇੱਥੇ ਸੁਖ ਸੁਖੀ ਸੀ ਗੈਸ ਏਜੰਸੀ ਦੇ ਡਰਾਪ ਆਈ ਸੀ ਮੈਂ ਇੱਥੇ ਸੁਖੀ ਸੀ ਪ੍ਰਮਾਤਮਾ ਮੈਨੂੰ ਗੈਸ ਏਜੰਸੀ ਕੱਢ ਤਾਂ ਫਿਰ ਉਦੋਂ ਤੋਂ ਮੇਰਾ ਬੜਾ ਮਨ ਬਣਿਆ ਤੇ ਫਿਰ ਮੈਂ ਜ਼ਿਆਦਾਤਰ ਜਾਣਾ ਫਿਰ ਅਸੀਂ ਹੁਣ ਤਾਂ ਸਬੰਧ ਕੱਢਦੇ ਹਾਂ ਹਾਂ ਹੁਣ ਤਾਂ ਸਬੰਧ ਕੱਢ ਹੁਣ ਤਾਂ ਜ਼ਿਆਦਾ ਕੱਢਦੇ ਹਾਂ ਹੂੰ ਹੁਣ ਤਾਂ ਚਲੋ ਜਿਹੜਾ ਦਸਬੰਧ ਹੁੰਦਾ ਉਹ ਦੱਸਣਾ ਨਹੀਂ ਚਾਹੀਦਾ ਸੁਣਾਉਣਾ ਨਹੀਂ ਚਾਹੀਦਾ ਬਟ ਹੁਣ ਜਿੰਨੀ ਕੁ ਪ੍ਰਮਾਤਮਾ ਨੇ ਮਿਹਰ ਕੀਤੀ ਮੈਨੂੰ ਲੱਗਦਾ ਉਹਦੇ ਵਿੱਚੋਂ ਮੈਂ ਬਹੁਤ ਕੱਢਦਾ ਜੀ ਇੱਥੇ ਆਪਣੇ ਮੀਤ ਹੇਰ ਜਦੋਂ ਇਹਨਾਂ ਨੂੰ 17 ਦੀ ਟਿਕਟ ਸੀ ਉਹ ਦੋ ਵੀ ਇੱਥੇ ਸੁਖ ਸੁਖੀ ਸੀ ਅਸੀਂ ਉਮੀਦ ਨੂੰ ਟਿਕਟ ਮਿਲ ਜੇ 17 ਚ ਫਿਰ ਜਿੱਤਨ ਦੀ ਵੀ ਸੁਖੀ ਸੀ ਵੀ ਜਿੱਤਨ ਦੀ ਮਿਲ ਜੇ ਹੁਣ ਮੰਤਰੀ ਵੀ ਕਿੱਥੇ ਸੁਖੀ ਆ ਮੰਤਰੀ ਦੀ ਨਹੀਂ ਸੁਖੀ ਗੀ ਮੈਂ ਇਹ ਸੁਖੀ ਫਿਰ ਆਪਦੀ ਵੀ ਇੱਥੇ ਸੁਖੀ ਸੀ ਐਮਐਲਏ ਵਾਲੀ ਵੀ ਇੱਥੇ ਸੁਖੀ ਸੀ ਮੈਨੂੰ ਜਿਤਾ ਦੇ ਤਾਂ ਫਿਰ ਉਹ ਵੀ ਕਿਹਦੀ ਹੁਣ ਫਿਰ ਉੱਥੇ ਪੋਡਕਾਸਟ ਤੋਂ ਬਾਅਦ ਹੀ ਜਾਣਾ ਨਹੀਂ ਜਾਣਾ ਚਾਹੀਦਾ ਨਹੀਂ ਉ ਤਾਂ ਅੱਗੇ ਮੈਂ ਜਾਣਾ ਮਤਲਬ ਸੁੱਖਾ ਚ ਸੁਖੂਗਾ ਜਾ ਕੇ ਮੈਂ ਨਹੀਂ ਉੱਥੇ ਤੁਹਾਡੀ ਨਾ ਪੋਜ਼ਿਟਿਵ ਪੋਜ਼ਿਟਿਵ ਹੋ ਜਾਂਦੇ ਤੁਸੀਂ ਮਤਲਬ એનર્ਜੀ ਆ ਜਾਂਦੀ ਹੈ ਜਿਵੇਂ ਆਪਾਂ ਤੁਸੀਂ ਦੇਖੋ ਹਰਮੰਦਰ ਸਾਹਿਬ ਜਾਣੇ ਆਪਾਂ ਟ੍ਰੈਫਿਕ ਜੀ ਦੇ ਵਿੱਚ ਦੇ ਜਾਣੇ ਆ ਜਦੋਂ ਹੀ ਅੰਦਰ ਆਪਾਂ ਐਂਟਰ ਕਰਦੇ ਆ ਤਾਂ ਸਾਹਮਣੇ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਨੇ ਤਾਂ ਤੁਹਾਡਾ ਸਾਰਾ ਮਾਈਂਡ ਉਹ ਹੋ ਜਾਂਦਾ ਕਿਉਂਕਿ ਉੱਥੇ ਪੋਜ਼ਿਟਿਵਿਟੀ ਬਹੁਤ ਬਹੁਤ 24 ਘੰਟੇ ਪਾਰਟ ਚੱਲਦਾ ਰਹਿੰਦਾ ਤਾਂ ਜੇ ਤੁਹਾਨੂੰ ਮਨ ਦੀ ਸ਼ਾਂਤੀ ਚਾਹੀਦੀ ਆ ਤਾਂ ਤੁਸੀਂ ਜੇ ਗੁਰਦੁਆਰਾ ਸਾਹਿਬ ਕਿਤੇ ਵੀ ਜਾਓ ਤਾਂ ਜਗ੍ਹਾ ਦੇ ਵਿੱਚ ਅੰਦਰ ਬਹੁਤ ਬੈਠੋ ਕਿਉਂਕਿ ਹੁਣ ਅੱਗੇ ਤਾਂ ਵਿਹਲੇ ਹੁੰਦੇ ਸੀਗੇ ਹੁਣ ਵਿਜੀ ਬਹੁਤ ਆ ਹੁਣ ਹੈਡੈਕ ਬਹੁਤ ਆ ਕੰਮ ਬਹੁਤ ਨੇ ਪ੍ਰੈਸ਼ਰ ਬਹੁਤ ਆ ਤਾਂ ਹੁਣ ਇਹ ਟਾਈਮ ਜ਼ਿਆਦਾ ਰਲੀਫ ਲੱਗਦਾ ਤਾਂ ਮੈਂ ਉਹ ਜਾਣਾ ਉੱਥੇ ਬੈਠ ਜਾ ਅੱਖਾਂ ਜਾਂ ਬੰਦ ਕਰਕੇ ਬੈਠ ਜਾਣਾ ਤਾਂ ਜੇ ਉੱਥੇ 5 ਮਿੰਟ ਵੀ ਤੁਸੀਂ ਬੈਠ ਜਾਓ ਤਾਂ ਉਹ ਬਹੁਤ ਪੋਜ਼ਿਟਿਵਿਟੀ ਦਿੰਦਾ ਬਾਕੀ ਗੁਰਦੁਆਰਾ ਸਾਹਿਬ ਸਾਰੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਸਾਰੇ ਕਿਤੇ ਪੋਜ਼ਿਟਿਵ ਹੀ ਆ ਪੋਜ਼ਿਟਿਵਿਟੀ ਮਿਲਦੀ ਆ ਤੇ ਜਾਣਾ ਜ਼ਰੂਰ ਚਾਹੀਦਾ ਮਤਲਬ ਮੇਰਾ ਨਿੱਜੀ ਐਕਸਪੀਰੀਅੰਸ ਆ ਜੇ ਤੁਸੀਂ ਘਰੋਂ ਲੜੇ ਲੁੜਿਓਂ ਬਹੁਤ ਔਖੇ ਹੋ ਕੁਝ ਵੀ ਆ ਤਾਂ ਜੇ ਤੁਸੀਂ ਕਿਤੇ ਵੀ ਦਰਬਾਰ ਸਾਹਿਬ ਜਾ ਕੇ ਬਹਿ ਜਾਓ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆ ਤਾਂ ਜੇ ਤੁਸੀਂ ਉੱਥੇ ਬਹਿ ਜਾਓ ਤਾਂ ਤੁਹਾਡ मतलब नेजी एक्सपीरियंस ਵੀ ਦਾਣਾ ਹੋਣਾ ਵੈਸੇ ਹੀ ਤੁਸੀਂ ਕਈ ਵਾਰ ਬਹੁਤ ਮਿਹਨਤ ਕਰਦੇ ਹੋ ਤੁਹਾਨੂੰ ਕੋਈ ਚੀਜ਼ ਨਹੀਂ ਮਿਲਦੀ ਜਾਂ ਤੁਸੀਂ ਕੁਝ ਕਰਦੇ ਹੋ ਵੀ ਯਾਰ ਇਹ ਹੋ ਜੇ ਉਹ ਨਹੀਂ ਹੁੰਦਾਗਾ ਹਨਾ ਤੇ ਜਾਂ ਵੈਸੇ ਹੀ ਤੁਸੀਂ ਕਈ ਵਾਰ ਬੰਦਾ ਪਿਆ ਪਿਆ ਥੱਕ ਜਾਂਦਾ ਵੀ ਯਾਰ ਕੁਝ ਕਰਤਾ ਰਿਹਾ ਨਹੀਂ ਜ਼ਿੰਦਗੀ ਦਾ ਕੀ ਫਾਇਦਾ ਤਾਂ ਨਰਾਸ਼ ਹੋ ਜਾਂਦਾ ਨਰਾਸ਼ ਹੋ ਜਾਂਦਾ ਮਨ ਨਰਾਸ਼ ਹੋ ਜਾਂਦਾ ਤੁਹਾਡਾ ਹੋਇਆ ਕਦੇ ਬਹੁਤ ਵਾਰ ਹੁੰਦਾ ਕਦਰ ਹੋਈ ਜ਼ਿੰਦਗੀ ਚ ਮੈਂ ਪਹਿਲਾਂ ਘਟਰ ਹੁੰਦਾ ਸੀ ਜਿਵੇਂ ਛੋਟਾ ਹੁੰਦਾ ਸੀ ਘਟਰ ਹੁੰਦਾ ਸੀਗਾ ਪਰ ਜਿਵੇਂ ਜਿਵੇਂ ਵੱਡਾ ਹੋ ਰਿਹਾ ਹੁਣ इमोशनल ਹੋ ਰਿਹਾ ਹੌਣ ਤਾਂ ਮੈਂ मतलब ਕਈ ਵਾਰ ਹੁਣ ਤਾਂ ਬਹੁਤ ਵਾਰ ਰੋਪ ਇੰਨਾ ਹੁਣ ਹੁੰਦਾ ਹਾਲੇ ਵੀ ਰੋਪ ਇੰਨ ਹਾਂ ਹੁਣ ਵੀ ਰੋਪ ਇੰਨਾ ਯਾਰ ਕਿੱਡੀ ਗੱਲ ਬੜੀਆਂ ਚੀਜ਼ਾਂ ਨੇ ਜਿੰਨਾ ਤੇ ਉਹ ਹੁੰਦਾ ਜਿਵੇਂ ਲਾਸਟ ਟਾਈਮ ਕਦ ਰੋਈ ਸੀ ਲਾਸਟ ਟਾਈਮ ਲਾਸਟ ਟਾਈਮ ਤਾਂ ਮੇਰੇ ਉੱਤੇ ਸੀ ਟੀਚਰ ਦਾ ਪ੍ਰੋਗਰਾਮ ਸੀਗਾ ਇੱਕ ਤੇ ਉਹਨਾਂ ਨੇ ਜਿਹੜਾ ਮਾਨ ਸਾਹਿਬ ਨੇ ਪੱਕੇ ਨਹੀਂ ਕੀਤੇਗੇ ਤੇ ਉਹਨਾਂ ਨੇ ਧੰਨਵਾਦ ਕਰਨ ਲਈ ਪ੍ਰੋਗਰਾਮ ਕੀਤਾ ਸੀ ਉੱਥੇ ਤਾਂ ਮੈਂ ਉਹਨਾਂ ਨੂੰ ਸੰਬੋਧਨ ਕਰ ਰਿਹਾ ਸੀ ਉਹਨਾਂ ਨੇ ਧੰਨਵਾਦ ਕੀਤਾ ਤਾਂ ਮੈਂ ਉਹਨਾਂ ਨੂੰ ਗੱਲਾਂ ਬਾਤਾਂ ਕਰ ਰਿਹਾ ਸੀ ਮੈਂ ਉੱਥੇ ਇੱਕ ਗੱਲ ਕਹਿਣ ਲੱਗਿਆ ਮੈਂ ਕਿਹਾ ਵੀ ਟੀਚਰ ਉਹ ਨਹੀਂ ਹੁੰਦਾਗਾ ਜਿਹਨੂੰ ਤਨਖਾਹ ਬਹੁਤ ਮਿਲਦੀ ਆ ਟੀਚਰ ਉਹ ਹੁੰਦਾ ਜਿਹੜਾ ਆਪਣੇ ਬੱਚਿਆਂ ਦੇ ਵਿੱਚੋਂ ਲੀਡਰਸ਼ਿਪ ਪਛਾਣ ਲੈਂਦਾ ਹੂੰ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਉਹ ਅਧਿਆਪਕ ਬਣੋ ਜਿਨ੍ਹਾਂ ਦੇ ਪੜਾਏ ਹੋਏ ਬੱਚੇ ਜ਼ਿੰਦਗੀ 'ਚ ਕੁਝ ਨਾ ਕੁਝ ਬਣਨ ਹੂੰ ਤੇ ਮੈਂ ਕਿਹਾ ਵੀ ਮੈਂ ਜਦੋਂ ਪਹਿਲੀ ਵਾਰ ਜਦੋਂ ਮੈਨੂੰ ਲੀਡਰਸ਼ਿਪ ਮਿਲੀ ਜਦੋਂ ਮੈਨੂੰ ਕਿਸੇ ਨੇ ਲੀਡਰ ਬਣਾਇਆ ਮੈਂ ਕਮੋਂਦੋ 3rd ਕਲਾਸ 'ਚ ਤੀਜੀ ਸੀਗਾ ਤੇ ਮੈਂ ਕਿਹਾ ਸਾਡਾ 5ਵੀਂ ਤੱਕ ਸਕੂਲ ਸੀਗਾ 5ਵੀਂ ਤੱਕ ਸਕੂਲ ਦੇ ਵਿੱਚ ਮੈਂ ਤੀਜੀ 'ਚ ਮੇਰੇ ਟੀਚਰ ਸੀ ਸ਼ਿਵਕਰਨ ਸਿੰਘ ਅ ਡਾਕਟਰ ਵੀ ਸੀਗੇ ਉਹ ਟੀਚਰ ਵੀ ਸੀ ਆਪਣੇ ਪਿੰਡਾਂ 'ਚ ਉਹ ਹੁੰਦੇ ਨੇ ਹਨਾ ਤਾਂ ਉਹਨਾਂ ਨੇ ਮੈਨੂੰ ਤੀਜੀ ਕਲਾਸ 'ਚ ਉੱਠ ਕੇ ਕਿਹਾ ਕਹਿੰਦੇ ਅਮਰਪਾਲ ਖੜਾ ਹੋ ਮੈਂ ਕਿਹਾ ਹਾਂਜੀ ਕਹਿੰਦੇ ਅੱਜ ਤੋਂ ਬਾਅਦ ਬੈਂਚ ਬਾਰ ਕਢਾਉਣ ਦੀ ਜ਼ਿੰਮੇਵਾਰੀ ਤੇਰੀ ਦਰਿਆ ਚੜਾਉਣੀਆਂ ਨੇ ਤੂੰ ਸਾਰਿਆਂ ਤੇ ਤੇਰੀ ਜ਼ਿੰਮੇਵਾਰੀ ਤੇ ਜਦੋਂ ਅੱਧੀ ਛੁੱਟੀ ਹੋਊਗੀ ਤੇ ਘੰਟੀ ਤੂੰ ਮਾਰ ਕੇ ਆਉਣੀ ਆ ਟਾਈਮ ਦੇਖ ਕੇ ਤੇ ਟਾਈਮ ਪੀਸ ਉਹ ਦਫਤਰ ਚ ਲੱਗਿਆ ਸੀ ਕਹਿੰਦੇ ਤੂੰ ਦਫਤਰ ਚ ਆਉਣਾ ਟਾਈਮ ਦੇ ਕੇ ਤੂੰ ਘੰਟੀ ਮਾਰਨੀ ਆ ਤਾਂ ਮੈਂ ਕਿਹਾ ਵੀ ਮੈਨੂੰ ਉਹ ਟੀਚਰ ਜਿਹੜਾ ਮੇਰਾ ਤੀਜੀ ਵਾਲਾ ਟੀਚਰ ਯਾਦ ਆ ਉਦੋਂ ਬਾਅਦ ਵਾਲੇ ਮੈਂ ਬੀਟੈਕ ਕੀਤੀ ਐਮਬੀਏ ਕੀਤੀ ਪਰ ਮੈਂ ਕਿਹਾ ਬਾਅਦ ਵਾਲੇ ਨਹੀਂ ਯਾਦ ਮੈਂ ਕਿਹਾ ਤੁਸੀਂ ਦੇਖੋ ਵੀ ਉਹਨਾਂ ਨੇ ਤੀਜੀ ਕਲਾਸ ਦੇ ਵਿੱਚ ਮੇਤੋਂ ਲੀਡਰਸ਼ਿਪ ਪਛਾਣੀ ਉਦੋਂ ਮੈਨੂੰ ਲੀਡਰਸ਼ਿਪ ਦਾ ਸ਼ੌਂਕ ਪੈ ਗਿਆ ਉਦੋਂ ਬਾਅਦ ਚੱਲਦਾ ਕਾਲ ਜਾਂ ਪ੍ਰਧਾਨ ਬਣ ਕਿੱਥੇ ਜਾ ਕੇ ਮੈਂ ਕਹਾਂ ਜੀ ਐਮਐਲਏ ਬਣ ਗਿਆ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਉਹ ਟੀਚਰ ਬਣੋ ਵੀ ਜਿਨ੍ਹਾਂ ਨੂੰ ਅੱਜ ਤੋਂ 20 ਸਾਲ ਦੀ ਮੈਂ ਕਿਹਾ ਮੇਰੇ ਉਹ ਮੇ ਲਗਭਗ 20 ਸਾਲ ਹੋ ਗਏ ਮਤਲਬ ਉਹਨਾਂ ਦੀ ਉਹਨਾਂ ਨੇ ਏਜ ਨਹੀਂ ਪੂਰੀ ਕੀਤੀ ਏਜ ਤੋਂ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਸੀ ਮੈਂ ਕਿਹਾ ਮੈਂ ਅੱਜ ਥੋੜੇ 75 ਬੰਦਿਆਂ ਦੇ ਵਿੱਚ ਬੈਠ ਕੇ ਇੱਕ ਬੰਦੇ ਦਾ ਨਾਮ ਲੈ ਰਿਆ ਨਾ ਮੈਂ ਕੋ ਤਾਂ ਲੈ ਰਿਆ ਕਿਉਂਕਿ ਮੈਨੂੰ ਪਤਾ ਪਹਿਲੀ ਵਾਰ ਉਹਨੂੰ ਪਤਾ ਲੱਗਿਆ ਵੀ ਅਮਰਤਪਾਲ ਕੋਈ ਚੀਜ਼ ਆ ਵੀ ਇਹ ਬਣ ਸਕਦਾ ਕੁਝ ਤੇ ਮੈਂ ਕਿਹਾ ਇਹੋ ਜਿਹੀ ਟੀਚਰ ਬਣੋ ਤਾਂ ਇਸ ਟੌਪਿਕ ਤੇ ਗੱਲ ਕਰਦੇ ਕਰ ਰਿਹਾ ਸੀ ਮਾਈਕ ਤੇ ਬੋਲ ਰਿਹਾ ਸੀ ਮੈਂ ਤੇ ਉੱਥੇ ਇਮੋਸ਼ਨਲ ਹੋ ਗਿਆ ਮਤਲਬ ਮੈਨੂੰ ਪੁਰਾਣੇ ਮੇਰੇ ਉਹ ਚਿੱਤੇ ਆਏ ਤੇ ਉਹਨਾਂ ਦਾ ਬੜਾ ਸੋਹਣਾ ਪਰਿਵਾਰ ਸੀਗਾ ਉਹਨਾਂ ਦਾ ਬੇਟਾ ਅ ਬੜਾ ਘੈਂਟ ਬੰਦਾ ਜਿਵੇਂ ਪਿੰਡਾਂ 'ਚ ਹੀਰੋ ਨਹੀਂ ਹੁੰਦੇ ਹੀਰੋ ਯਾਰ ਉਹ ਬੜਾ ਡੋਲੇ ਛੋਲੇ ਲੜਨ ਨੂੰ ਵੀ ਤੇਜ ਜਿਹੜਾ ਬਹੁ ਲਈ ਕੰਫੀਡੈਂਟ ਹੁੰਦਾ ਮਜ਼ਾਕ ਕਰਨ ਨੂੰ ਸਭ ਤੋਂ ਮੂਰੇ ਘਰਾਂ ਦੀਆਂ ਸਾਰੀਆਂ ਮਾਵਾਂ ਪਹਿਣਾ ਨੂੰ ਸਮਝਣ ਵਾਲਾ ਨਾ ਤਾਂ ਉਹ ਸੀ ਉਹਦੀ ਵੀ ਬੜੀ ਇੰਟਰਸਟਿੰਗ ਸਟੋਰੀ ਆ ਉਹਦੀ ਵੀ ਰਮਣਾ ਰਮਣਾ ਸੀ ਨਾਂ ਆ ਉਹਦਾ ਉਹ ਮੈਨੂੰ ਬੁਲਟ ਤੇ ਬਿਠਾ ਕੇ ਲੈ ਕੇ ਜਾਂਦਾ ਹੁੰਦਾ ਸੀ ਸਕੂਲ ਕਿਉਂਕਿ ਉਹਦਾ ਡੈਡੀ ਉੱਥੇ ਟੀਚਰ ਸੀਗੇ ਉਹ ਵੀ ਉੱਥੇ ਪੜਾਉਣ ਲੱਗ ਗਿਆ ਸੀ ਪਲੱਸ 2 ਕਰਕੇ ਤਾਂ ਮੈਨੂੰ ਉਹ ਮੈਂ ਬਿਠਾ ਲੈਂਦਾ ਪਿੱਛੇ ਬੁਲਟ ਤੇ ਉਦੋਂ ਬੁਲਟ ਦਾ ਬਹੁਤ ਸ਼ੌਂਕ ਹੁੰਦਾ ਸੀ ਤਾਂ ਉਹ ਉਹ ਮੈਂ ਉਹ ਪਰਿਵਾਰ ਨੂੰ ਚੇਤੇ ਕਰਕੇ इमोशनल ਹੋਇਆ ਨਾ ਰਮਣਾ ਉਹ ਸਪੇਨ ਚਲ ਗਿਆ 5 ਸਾਲ ਰਿਹਾ ਜਦੋਂ ਪੱਕਾ ਹੋਣਾ ਸੀ ਕੋਈ ਰੌਲਾ ਪੈ ਗਿਆ ਕੋਈ ਹੋਰ ਚਲ ਗਿਆ ਕਿਸੇ ਕੰਟਰੀ ਹੋਰ ਚਲ ਗਿਆ ਤਾਂ 14 ਸਾਲਾਂ 13 14 ਸਾਲ ਹੋ ਗਏ ਸੀ ਉਹਨੂੰ ਇੱਥੋਂ ਪਿੰਡ ਹੋ ਗਏ ਇਹਨੂੰ ਤੇ ਉਹ ਹਮੇਸ਼ਾ ਉਹਦੀ ਮੇਰੀ ਉਦੋਂ ਨੂੰ ਮੈਂ ਫੇਸਬੁੱਕ ਤੇ ਮੈਂ ਆ ਰਾਜਨੀਤੀ ਚਾਉਣ ਲੱਗਿਆ ਸੀ 12 13 ਚ ਉਹਨੇ ਮੈਨੂੰ ਟੀਵੀ ਟੂਵੀ ਤੇ ਦੇਖ ਕੇ ਉਹ ਮੈਨੂੰ ਮੈਸੇਜ ਕਰਦਾ ਹੁੰਦਾ ਸੀ ਵੀ ਅਮਰਤ ਕਿਵੇਂ ਆ ਤੂੰ ਐਡਾ ਵੱਡਾ ਹੋ ਗਿਆ ਯਾਰ ਇੱਥੋਂ ਮੈਂ ਤੂੰ ਨ ਤੇ ਤੂੰ ਟੀਵੀ ਤੇ ਦੇਖ ਦੇਖਦਾ ਮੈਂ ਤੈਨੂੰ ਤਾਂ ਮੈਂ ਆਉਣਾ ਇੰਡੀਆ ਆਉਣਾ ਪੰਜਾਬ ਆਉਂਗਾ ਪੰਜਾਬ ਆਉਂਗਾ ਮੈਂ ਉਹਨੂੰ ਕਹਿੰਦੇ ਮੈਂ ਬਾਈ ਮੇਰੇ ਕੋਲ ਚੰਡੀਗੜ੍ਹ ਆਈ ਹੁਣ ਮੈਂ ਚੰਡੀਗੜ੍ਹ ਪੜ੍ਹਦਾ ਇੱਥੇ ਰਹਿਣਾ ਉਹ ਕਹਿੰਦਾ ਸੀ ਆਉਂਗਾ ਆਉਂਗਾ ਇਵੇਂ ਕਰਦਾ ਤਾਂ ਉਹਦਾ ਮੈਨੂੰ ਐਸਾ ਕਹਿੰਦਾ ਅਮਰਪਾਲ ਮੈਂ ਨਾ ਪੱਕਾ ਹੋ ਗਿਆ ਤੇ ਪੱਕਾ ਹੋ ਕੇ ਮੇਰਾ ਪੀਆਰ ਆ ਜਾਣੀ ਆ ਜਿੱਦਨ ਮੇਰੀ ਪੀਆਰ ਆ ਗਈ ਕਹਿੰਦਾ ਮੈਂ ਉਦੋਂ ਪੰਜਾਬ ਦੀ ਟਿਕਟ ਲੈਣੀ ਆ ਹੂੰ ਮੈਂ ਕਿਹਾ ਠੀਕ ਆ ਤੇ ਉਹਦੀ ਪੀਆਰ ਆਈ ਤਾਂ ਮੈਂ ਉਹ ਤੇ ਫੇਸਬੁੱਕ ਤੇ ਦੇਖਿਆ ਵੀ ਉਹਦੀ ਡੈਥ ਹੋ ਗਈ ਮੈਨੂੰ ਕਿਸੇ ਨੇ ਦੱਸਿਆ ਕਹਿੰਦੇ ਵੀ ਜਦੋਂ ਉਹਨੂੰ ਪੀਆਰਆਈ ਨਾ ਉਹਨੂੰ ਇਹ ਲੱਗਿਆ ਮੈਂ 13-14 ਸਾਲਾਂ ਬਾਅਦ ਪਿੰਡ ਜਾਊਂਗਾ ਸੁਖਾਨੰਦ ਤੇ ਕਹਿੰਦਾ ਵੀ ਉਹਨੂੰ ਹਾਰਟ ਅਟੈਕ ਆ ਗਿਆ ਉਹਦੀ ਉੱਥੇ ਡੈਥ ਹੋ ਗਈ ਮਤਲਬ ਮੇਰਾ ਬਚਪਨ ਦਾ ਹੀਰੋ ਭਰਾ ਵਾਂ ਦਾ ਨਾ ਤੇ ਉਹ ਫਿਰ ਉਹਦੇ ਬਾਅਦ ਮੈਂ ਉਹਦੀ ਡੈੱਡ ਬੋਡੀ ਲੈਣ ਗਿਆ ਦਿੱਲੀ ਗਿਆ ਮੈਂ ਫੋਨ ਕਰਕੇ ਕਿਸੇ ਨੂੰ ਮਤਲਬ ਜਿਹੜਾ ਬੰਦਾ ਮੈਨੂੰ ਕਹਿੰਦਾ ਮੈਂ ਤੇਰੇ ਕੋਲ ਚੰਡੀਗੜ੍ਹ ਆਉਂਗਾ ਚਾ ਆ ਜਾਣੀ ਹੁੰਦਾ ਵੀ ਮੈਂ ਛੋਟਾ ਜਿਹਾ ਹੁੰਦਾ ਸੀ ਉਦੋਂ ਮੇਰਾ ਹੀਰੋ ਸੀਗਾ ਉਹ ਬੰਦਾ ਫਿਰ ਮੈਂ ਉਹਦੀ ਡੈੱਡ ਬੋਡੀ ਮਤਲਬ ਜਦੋਂ ਗਿਆ ਚਲੋ ਮੇਰੇ ਸੀਗੇ ਲਿੰਕ ਸੀ ਚਾਚਾ ਜੀ ਅਫਸਰ ਸੀਗੇ ਮੈਂ ਉਹਨਾਂ ਨੂੰ ਫੋਨ ਕੀਤਾ ਵੀ ਤੁਸੀਂ ਕਰੋ ਉਹਨਾਂ ਨੇ ਪ੍ਰਬੰਧ ਕੀਤਾ ਉੱਥੇ ਦਿੱਲੀਓ ਫਿਰ ਉਹਦਾ ਛੋਟਾ ਪ੍ਰਾਰম্ভਣੇ ਦਾ ਤੇ ਮੈਂ ਅਸੀਂ ਫਿਰ ਉਹਦੀ ਡੈੱਡ ਬੋਡੀ ਲੈ ਕੇ ਆਏ ਤਾਂ ਉਹ ਮਤਲਬ ਸਾਨੂੰ ਲੱਗਦਾ ਵੀ ਸਾਡੇ ਬੜੇ ਹੀਰੋ ਬਾਹਰ ਹੀ ਰਹਿ ਜਾਣਗੇ ਹਨਾ ਬੜੇ ਕਿ ਇੱਥੋਂ ਮੁੰਡੇ ਵਧੀਆ ਵਧੀਆ ਮੁੰਡੇ ਗਏ ਇੱਥੋਂ ਪਰ ਉਹ ਬਾਹਰ ਹੀ ਰਹਿ ਕੇ ਵਾਪਸ ਨਹੀਂ ਆਏ ਕਿਤੇ ਇਹਦਾਂ ਚੱਲਦਾ ਰਹਿੰਦਾ ਜਾਂਦਾ ਕਿਛ ਤਾਂ ਮੈਂ ਕਹਿੰਦਾ ਹੁਣ ਸਾਰਿਆਂ ਨੂੰ ਮੇਰੇ ਦੋਸਤ ਵੀ ਨੇੜੇ ਹੁਣ ਗਏ ਨੇ ਬਾਹਰ ਮੈਂ ਹੱਸਦੇ ਕਹਿ ਦਿੰਨੇ ਆ ਮੈਂ ਕਿਹਾ ਮੁੜਿਆ ਉਸ ਵਾਲਿਓ ਉੱਥੇ ਨਾ ਰਹਿ ਜਾਓ ਕਿਤੇ ਆਇਓ ਵਾਪਸ ਤੁਹਾਨੂੰ ਪਾਪ ਕੋ ਗਿਆਣਾ ਮਤਲਬ ਹਾਂ ਮੈਂ ਮੇਰੇ ਨਾਲ ਯਾਦ ਆ ਕਈ ਵਾਰੀ ਜਦ ਮੈਂ ਕਿਹਾ ਵੀ ਮੁੜੇ ਆਇਓ ਹਨਾ ਵੀ ਉੱਥੀ ਨਾ ਰਹਿ ਜਿਓ ਜਿਹੜੀ ਤੁਸੀਂ ਗੱਲ ਕੀਤੀ ਆ ਮਤਲਬ ਮੇਰੇ ਬਹੁਤ ਜਿਹੜੇ ਮੇਰੇ ਨਾਲ ਦੇ ਸੀ ਨਾ ਮੇਰੇ ਬਹੁਤ ਜਿਹੜੇ ਕਲੋਜ਼ ਫਰੈਂਡ ਸੀਗੇ ਸਾਰੇ ਬਾਹਰ ਆ ਪਲੱਸ 2 ਤੋਂ ਬਾਅਦ ਸਾਰੇ ਚਲ ਗਏ ਹਨਾ ਸਾਡੇ ਨਾਲ ਦੇ 12 ਸਾਰੇ ਵੀ ਕੁਛ ਚਲੋ ਮਰੀਆਂ ਕਰਦੀਆਂ ਮਜਬੂਰੀਆਂ ਸੀ ਵੀ ਹਾਂ ਕੁਛ ਮੇਰਾ ਉਹੀ ਨਹੀਂ ਰਹਿ ਜਾਣ ਸੀ ਜਾਣ ਦਾ ਮੈਂ ਜਾਣਾ ਹੀ ਨਹੀਂ ਹੁਣ ਸਾਡੇ ਵਾਲਾ ਛੋਟਾ ਤਿਆਰੀ ਕਰਦਾ ਸੀ ਉਹ ਪੇਪਰ ਹਨਾ ਉਹਦਾ ਨਿਕਲ ਵੀ ਜਾਣਾ ਸੀ ਮੈਂ ਕਿਹਾ ਨਹੀਂ ਮੈਂ ਤੂੰ ਇੱਥੇ ਰਹਿ ਮੈਂ ਪੀਸੀਐਸ ਦੀ ਤਿਆਰੀ ਕਰ ਮੈਂ ਉਹਨੂੰ ਕਹਾਂ ਮੈਂ ਤੂੰ ਇੱਥੇ ਰਹਿ ਕੇ ਤਿਆਰੀ ਕਰ ਮੈਂ ਅਟੈਂਪਟ ਕਰ ਜੇ ਹੋ ਗਿਆ ਕਲੀਅਰ ਠੀਕ ਆ ਨਾ ਹੋਇਆ ਮੈਂ ਤੈਨੂੰ ਬਾਹਰ ਭੇਜਦਾ ਨਾਲੇ ਉਦੋਂ ਨੂੰ ਮੈਂ ਕਹਿੰਦਾ ਡਵੈਲਪ ਹੋ ਜਾਂਦਾ ਬੱਚਾ ਮੈਚੂਰ ਹੋ ਜਾਂਦਾ ਬਟ ਮੇਰੇ ਨਾਲ ਦੇ ਸਾਰੇ ਬਾਹਰ ਹੁਣ ਵੀ ਮੇਰੀ ਗੱਲ ਹੁੰਦੀ ਜਿਹੜੇ ਮੇਰੇ ਬੈਸਟ ਫਰੈਂਡਸ ਨੇ ਹਨਾ ਜਾਂ ਜਿਹੜੇ ਇੱਥੇ ਚੰਡੀਗੜਾ ਆ ਕੇ ਮਿਲੇ ਉਹ ਵੀ ਬਾਹਰ ਜਾਵੜੇ ਜਿਹੜੇ ਬਹੁਤ ਕਲੋਸ ਸੀ ਨੇੜੇ ਸੀ ਤੇ ਮੈਂ ਪੋਡਕਾਸਟ ਕਰਦਾ ਸੀ ਰਿਵਰਸ ਮਾਈਗ੍ਰੇਸ਼ਨ ਤੇ ਮੈਂ ਤੁਹਾਨੂੰ ਅਜ ਕਹਿਣਾ ਆਪਣੀ ਪਹਿਲਾਂ ਵੀ ਗੱਲ ਹੋਈ ਸੀ ਬਾਹਰ ਨਾ ਜਾਈ ਤੁਸੀਂ ਨਾ ਜਾਇਓ ਬਾਹ ਉਹ ਤੁਹਾਡੇ ਦੋਸਤ ਆਉਣਗੇ ਕਿ ਇਹਦੇ ਕੋਲ ਹਾਂ ਹਨਾ ਬਿਲਕੁਲ ਤਾਂ ਮੈਂ ਮੇਰੀ ਸੀ ਮੈਂ ਪਾਸਪੋਰਟ ਨਹੀਂ ਸੀ ਬਣਾਇਆਗਾ ਹਾਂ ਮਤਲਬ ਮੈਂ ਪਾਸਪੋਰਟ ਹੀ ਨਹੀਂ ਬਣਾਇਆ ਸੀਗਾ ਆਪਦਾ ਮੈਂ ਹੁਣ ਜਾ ਕੇ ਥੋੜੇ ਟਾਈਮ ਹੋਇਆ ਮਤਲਬ 1 ਸਾਲ 1.5 ਸਾਲ ਹੋ ਗਿਆ ਹੁਣ ਪਾਸਪੋਰਟ ਬਣਾਇਆ ਤਾਂ ਬਹੁਤ ਵੱਡੀ ਯਾਰ ਉਹ ਹੋਆ ਮਤਲਬ ਐਡਾ ਦੁੱਖ ਹੁੰਦਾ ਵੀ ਕੁਝ ਨਹੀਂ ਹੁੰਦਾ ਯਾਰ ਇਹ ਪਤਾ ਕੀ ਨਾਲੇ ਉੱਥੇ ਬੈਠੇ ਰਹਿਣਗੇ ਕੈਨੇਡਾ ਨਾਲੇ ਕਰੀਏ ਕਿੰਨਾ ਯਾਰ ਪਿੰਡ ਬਿਨਾਂ ਤਾਂ ਨਹੀਂ ਸਵਾਰ ਨਹੀਂ ਹੁੰਦਾ ਨਹੀਂ ਸਰਦਾ ਆ ਜਾਓ ਯਾਰ ਇੱਥੇ ਕਿੱਡੀ ਗੱਲ ਆ ਬਿਲਕੁਲ ਬਿਲਕੁਲ ਕੀ ਇੱਥੇ ਤੁਹਾਨੂੰ ਕੋਈ ਮਾੜਾ ਸਿਸਟਮ ਨਹੀਂ ਮੈਂ ਆਪਾਂ ਰਹਿ ਰਹੇ ਆ ਤੁਸੀਂ ਵੀ ਰਹਿਣੋ ਮੈਂ ਵੀ ਰਹਿਣਾ ਵਧੀਆ ਜ਼ਿੰਦਗੀ ਇੰਜੋਏ ਕਰਦੇ ਆ ਮੈਨੂੰ ਲੱਗਦਾ ਸਭ ਤੋਂ ਵਧੀਆ ਸਿਹਤ ਸਿਸਟਮ ਹੈਲਥ ਸਿਸਟਮ ਸਭ ਤੋਂ ਵਧੀਆ ਆਪਣੇ ਆ ਹਨਾ ਬਹੁਤ ਵਧੀਆ ਅੱਛਾ ਸਾਰਾ ਤੇ ਹੋਰ ਆ ਬਾਕੀ ਜੇ ਯਾਰ ਜਿਨੇ ਕੁਝ ਕਰਨਾ ਨਾ ਉਹਨੇ ਇੱਥੇ ਕਰ ਹੀ ਲੈਣਾ ਤੇ ਬੜੇ ਕਹਣਗੇ ਮੈਂ ਕਈ ਵਾਰ ਫੇਸਬੁਕ ਤੇ ਦੇਖਦਾ ਉਹਨਾਂ ਕਹਣਗੇ ਤੁਹਾਡੀ ਮਾਨਸਿਕਤਾ ਗੁਲਾਮ ਆ ਤੁਸੀਂ ਇਹ ਨਹੀਂ ਕਰਦੇ ਮੈਂ ਕਹਾਂ ਯਾਰ ਮੈਂ ਮਰਜ਼ੀ ਨਾਲ ਉੱਠਦਾ ਮਰਜ਼ੀ ਨਾਲ ਖਾਂਦਾ ਹਾਂ ਮਰਜ਼ੀ ਨਾਲ ਖੇਡਦਾ ਮਰਜ਼ੀ ਦੇ ਕੰਮ ਕਰਾਉਣਾ ਸਾਰਾ ਕੁਝ ਮੇਰੀ ਮਾਨ ਤੁਸੀਂ ਉੱਥੇ ਸਾਰੇ ਜਿਹੜੇ ਮਸ਼ੀਨ ਬਣੇ ਹੋਣੇ ਮਸ਼ੀਨ ਬਣੇ ਹੋ ਤੁਹਾਡੀ ਮਾਨਸਿਕਤਾ ਗੁਲਾਮ ਆ ਕਿ ਮੇਰੀ ਠੀਕ ਆ ਤੁਸੀਂ ਜਾਓ ਯਾਰ ਤਰੱਕੀ ਲਈ ਜਾਓ ਉੱਥੇ ਪਰ ਤੁਸੀਂ ਉੱਥੇ ਪੈਸੇ ਕਮਾਉਣ ਗਏ ਉਹਨਾਂ ਦਾ ਪੈਸੇ ਕਮਾ ਕੇ ਆਜੋ ਉੱਥੇ ਰਹਿਣ ਥੋੜੀ ਗਏ ਪੱਕੇ ਥੋੜੀ ਗਏ ਉੱਥੇ ਮੈਂ ਉਹੀ ਮਤਲਬ ਅਸੀਂ ਨਾ ਰਿਵਰਸ ਮਾਈਗ੍ਰੇਸ਼ਨ ਤੇ ਗੱਲ ਕੀਤੀ ਹੈ ਨਾ ਤੇ ਰਿਵਰਸ ਮਾਈਗ੍ਰੇਸ਼ਨ ਦੇ ਉੱਤੇ ਪੌਡਕਾਸਟ ਕੀਤਾ ਬੜੇ ਜਣੇ ਨੇ ਮੈਨੂੰ ਫੋਨ ਆਏ ਉਸ ਤੋਂ ਪਹਿਲਾਂ ਵੀ ਪੌਡਕਾਸਟ ਤੋਂ ਬਾਅਦ ਵੀ ਹੈਨਾ ਵੀ ਕਈ ਗੱਲਾਂ ਇੱਕ ਉਹਦੇ 'ਚ ਮੈਂ ਗੱਲ ਕਹੀ ਵੀ ਮਹਾਰਾਜਾ ਦਲੀਪ ਸਿੰਘ ساری ਉਮਰ ਹਨਾ ਐਂ ਮਰ ਗਿਆ ਉਹ ਰੀਲ ਬਹੁਤ ਵਾਇਰਲ ਹੋਈ ਵੀ ਵੀ ਮੈਂ ਪੰਜਾਬ ਆ ਕੇ ਆਪਦੇ ਲੋਕਾਂ ਲਈ ਲੜਾਂ ਆਪਦੇ ਲੋਕਾਂ ਲਈ ਮਰਾਂ ਤੇ ਮੈਂ ਕਿਹਾ ਸਾਥੋਂ ਵੀ ਉਹਦੀਆਂ ਆਸਤੀਆਂ ਨਹੀਂ ਲਿਆਂਦੀਆਂ ਗਈਆਂ ਗਈਆਂ ਹਨਾ ਵੱਡੀ ਗੱਲ ਵੀ ਮਤਲਬ ਉਹ ਬਾਹਰ ਹੀ ਰਹਿ ਗਏ ਉਹ ਤਾਂ ਚਲੋ ਕਨਵਰਟ ਕਰ ਲਿਆ ਗਿਆ ਉਹਨਾਂ ਨੂੰ ਜਾਂ ਕੁਝ ਵੀ ਮੈਂ ਕੱਲ ਇੱਕ ਰੀਲ ਵੇਖ ਰਿਹਾ ਸੀ ਜਗਦੀਪ ਫਰੀਦ ਦੀ ਕੋਟਿਏ ਹੋਰਾਂ ਨੇ ਪਾਈ ਹੋਈ ਸੀ ਬਾਈ ਹੋਰਾਂ ਨੇ ਉਹ ਮੈਂ ਸ਼ੇਅਰ ਵੀ ਕੀਤੀ ਗੱਲ ਕੋਈ ਨਾ ਫੈਮਿਲੀ ਇੱਥੋਂ ਗਈ ਮਹਾਰਾਜਾ ਦਲੀਪ ਸਿੰਘ ਦਾ ਜਿੱਥੇ ਉਹ ਹੋ ਆ ਮਾੜਾ ਲੀਪ ਸਿੰਘ ਜਿੱਥੇ ਸਮਾ ਉਹ ਬਣੀ ਜਗ੍ਹਾ ਬਣਾਣਾ ਜਗ੍ਹਾ ਬਣੀ ਹੋਈ ਆ ਜਿਹੜਾ ਕਬਰਿਸਤਾਨ ਆ ਉਹ ਹਣਾ ਉੱਥੋਂ ਮਤਲਬ ਡੈੱਡ ਬੋਡੀ ਇੱਥੇ ਉਹਨਾਂ ਦੀ ਦਫਨਾਈ ਗਈ ਸੀ ਤਾਂ ਉੱਥੋਂ ਉਹਨਾਂ ਮਿੱਟੀ ਚੱਕ ਕੇ ਲਿਆਏ ਅੱਛਾ ਤੇ ਮਿੱਟੀ ਚੱਕ ਕੇ ਲਿਆ ਕੇ ਉਹਨਾਂ ਨੇ ਲਫਾਫੇ ਚ ਪਾ ਕੇ ਉਹ ਉੱਥੋਂ ਲੰਡਨ ਤੋਂ ਉਹ ਪੰਜਾਬ ਲੈ ਕੇ ਆਏ ਤੇ ਉਹ ਮਤਲਬ ਕੀਰਤਪੁਰ ਸਾਹਿਬ ਆਪਣੇ ਫੁੱਲ ਉਤਾਰਦੇ ਉਹਨਾਂ ਨੇ ਉੱਥੇ ਉਹ ਮਿੱਟੀ ਅੱਛਾ ਉਤਾਰੀ ਉਹ ਤੇ ਉਹ ਬੜਾ ਜਜ਼ਬਾਤੀ ਆ ਉਹ ਪੈਣ ਹੋਰਾਂ ਨੇ ਜਿਹੜੇ ਗਏ ਸੀ ਉਹਨਾਂ ਨੇ ਲਿਖਿਆ ਹੋਇਆ ਤੇ ਮੈਂ ਮੈਂ ਨਾ ਬੈਠਾ ਬੈਠਾ ਐ ਵੀ ਮੈਂ ਪੜਦਾ ਪੜਦਾ ਮਰੂਪਿਆ ਤੇ ਨਾਲੇ ਮੈਂ ਰੀਲ ਵੇਖੀ ਰੀਲ ਤੇ ਉਹ ਗਾਣਾ ਲੱਗਿਆ ਵਾ ਸਰਤਾਜ ਦਾ ਬਲੈਕ ਪ੍ਰਿੰਸ ਵਾਲਾ ਮੈਨੂੰ ਦਰਦਾਂ ਵਾਲਾ ਦੇ ਸਵਾਜਾਂ ਮਾਰਦਾ ਹਨਾ ਉਹ ਮੈਂ ਨਾਲੇ ਪੜੀ ਜਾਵਾ ਨਾਲੇ ਪਹਿਲਾਂ ਮੈਂ ਰੀਲ ਵੇਖੀ ਫਿਰ ਮੈਂ ਉਹ ਲਿਖਿਆ ਪੜਿਆ ਸਾਰ ਮਰੂਨ ਲੱਗ ਗਿਆ ਤੇ ਉਹ ਮੇਰੇ ਕੋਲੇ ਕੋਈ ਬੈਠਾ ਕਹਿੰਦਾ ਕਹਿੰਦਾ ਐਂ ਲੱਗਦਾ ਵੀ ਤੂੰ ਰੋਕੇ ਹਟਿਆ ਹੁੰਨਾ ਮੈਂ ਕਿਹਾ ਯਾਰ ਤੂੰ ਆਹ ਪੜ ਮੈਂ ਜਦੋਂ ਉਹਨੂੰ ਪੜਾਇਆ ਵੀ ਉਹ ਸੇਮ ਹਨਾ ਕਹਿੰਦਾ ਵੀ ਐਂ ਗੱਲ ਹਨਾ ਉਹ ਭਾਵਕ ਹੋ ਗਿਆ ਥੋੜੀ ਭਾਵਨਾ ਜੁੜੀ ਹੁੰਦੀ ਆ ਵੀ ਹਾਂ ਤੁਹਾਡੇ ਇਲਾਕੇ ਨਾਲ ਤੁਹਾਡੇ ਪਿੰਡ ਨਾਲ ਹਨਾ ਤੁਹਾਡੇ ਖੇਤਿਆਂ ਨਾਲ ਜਿਵੇਂ ਤੁਸੀਂ ਕਿਹਾ ਵੀ ਸੁਭਾਵਕ ਹੋ ਗਏ ਇਸ ਗੱਲ 'ਚ ਵੀ ਹਾਂ ਵੀ ਬਾਹਰ ਗਏ ਉਹ ਤਾਂ ਮੁੜੇ ਆਇਓ ਹੈਰਾਨੀ ਪਤਾ ਕੀ ਐ ਚ ਤੁਸੀਂ ਪੈਸੇ ਕਮਾਉਣ ਜਾਂਦੇ ਹੋ ਬਾਹਰ ਕਮਾਉਣੇ ਹੋ ਲੱਖਾਂ ਪਰ ਜਦੋਂ ਉੱਥੇ ਡੈਥ ਹੋ ਜਾਂਦੀ ਆ ਤਾਂ ਤੁਹਾਡੀ ਬੋਡੀ ਪਤਾ ਇਹ ਪੰਜਾਬ ਕਾਤੋਂ ਨਹੀਂ ਆਉਂਦੀ ਪੈਸੇ ਬਹੁਤ ਲੱਗਦੇ ਆ ਕਹਿੰਦੇ ਹਾਂ ਮਤਲਬ ਪੈਸੇ ਕਮਾਉਣ ਗਏ ਹੂੰ ਇੱਥੇ ਵਾਪਸ ਤਾਣੇ ਆਏ ਕਿਉਂਕਿ ਜਿਹਦੀ ਖਾਤਰ ਕਮਾਉਂਦੇ ਸੀ ਉਹ ਕਹਿੰਦਾ ਕਹਿੰਦਾ ਨਹੀਂ ਯਾਰ ਉੱਥੇ ਹੀ ਕਰ ਦਿਓ ਵੇੜ ਦਿਓ ਜੇ ਪੰਜਾਬ ਲੈ ਕੇ ਆਵਾਂਗੇ ਡੈੱਡ ਬੋਡੀ ਤਾਂ ਕਹਿੰਦੇ 20-25 ਲੱਖ ਰੁਪਏ ਲੱਗ ਜਾਂਦੇ। ਮਤਲਬ ਇਹ ਫੰਡਰੇਜ ਕਰਦੀ ਹੈ ਕਿ ਸਾਡੇ ਨੇੜੇ ਹੀ ਘਰਾਂ ਕੋਲੇ ਮੁੰਡਾ ਸੀ ਇਕੱਲਾ-ਕੱਲਾ ਮੁੰਡਾ ਸੀ ਹਨਾ ਕੋਈ ਡੈਥ ਹੋ ਗਈ ਵਿਚਾਰੇ ਦੀ ਉਹਦੇ ਵਾਸਤੇ ਮੁੜ ਕੇ ਫੰਡਰੇਜ ਕੀਤਾ। ਮਤਲਬ ਫਿਰ ਉਹਦੀ ਵਿਚਾਰੇ ਦੀ ਡੈੱਡ ਬੋਡੀ ਮਤਲਬ ਆਪਾਂ ਜੀ ਇੰਨੀ ਮਿਹਨਤ ਕਰਕੇ ਆਪਾਂ ਆਪਣੀ ਡੈੱਡ ਬੋਡੀ ਨੂੰ ਆਪਣੇ ਦੇਸ਼ ਦੀ ਮਿੱਟੀ ਤੱਕ ਲੈ ਜਾਣ ਵਾਸਤੇ ਜੋੜ ਨਹੀਂ ਸਕੇ। ਫਿਰ ਇਹ ਜੇ ਪਿਆਰਿਆਂ ਨਾਲ ਕਿ ਵੀ ਇਹ ਤਾਂ ਨਾ ਜਿੱਥੇ ਜੰਮਿਆ ਯਾਰ ਉੱਥੇ ਮਰੋ ਚੰਗੇ ਮਰੋ ਮਾੜੇ ਮਰੋ ਮਰੋ ਉੱਥੇ ਜਿਵੇਂ ਤੁਹਾਡੇ ਬਾਰੇ ਚਲੋ ਪਰਸੈਪਸ਼ਨਸ ਇੱਕ ਦੂਜੇ ਬਹੁਤ ਹੁੰਦੀਆਂ ਹਨਾ ਮੇਰੇ ਬਾਰੇ ਹੋਣਗੀਆਂ ਤੁਹਾਡੇ ਬਾਰੇ ਹੋਣਗੀਆਂ ਜਿਵੇਂ ਆਪਾਂ ਬੈਠੇ ਆ ਤੁਸੀਂ ਭਾਵੁਕ ਹੋਗੇ ਮੈਂ ਦੇਖਿਆ ਤੁਹਾਨੂੰ ਹਨਾ ਮਤਲਬ ਹਰ ਬੰਦਾ ਭਾਵੁਕ ਨਹੀਂ ਹੁੰਦਾ ਰਾਜਨੀਤਿਕ ਲੀਡਰ ਤਾਂ ਕਹਿੰਦੇ ਕੋਈ ਨਹੀਂ ਹੁੰਦੇਗੇ ਮਤਲਬ ਇੰਨੀ ਸੈਂਸਿਟੀਵਿਟੀ ਲੈ ਕੇ ਇੰਨਾ ਸੈਂਸਿਟਿਵ ਰਹਿ ਕੇ ਰਾਜਨੀਤੀ ਚ ਸਰਵਾਈਵ ਕੀਤਾ ਜਾ ਸਕਦਾ ਤੋ ਹੋ ਜਾ ਬੜੀਆਂ ਜਗ੍ਹਾ ਤੇ ਤੁਸੀਂ ਅੰਦਰੋਂ ਰੋ ਰਹੇ ਹੁੰਨੇ ਹੋ ਬਟ ਤੁਹਾਨੂੰ ਸਟਰੋਂਗ ਦਿਖਣਾ ਪੈਂਦਾ ਹਨਾ ਮੈਂ ਆਪਦੇ ਪਰਿਵਾਰ ਦੇ ਵਿੱਚ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਮੇਰੀ ਉਹ ਸਿਸਟਰ ਵਾਲਾ ਹੋਇਆ ਉਹਨਾਂ ਦੇ ਹਸਬੰਦ ਦੀ ਡੈਥ ਹੋਈ ਤਾਂ ਉਦੋਂ ਮੇਰਾ ਬੜਾ ਰੋਂ ਨੂੰ ਜੀ ਕਰਦਾ ਹੁੰਦਾ ਸੀ ਪਰ ਮੈਨੂੰ ਇਹ ਹੁੰਦਾ ਸੀ ਮੈਂ ਕਿਹਾ ਜੇ ਮੈਂ ਰੋ ਪਿਆ ਤਾਂ ਯਾਰ ਨਹੀਂ ਚੰਗਾ ਨਹੀਂ ਲੱਗਣਾਗਾ ਹਨਾ ਤਾਂ ਤੁਹਾਨੂੰ ਕਈ ਵਾਰ ਬਹੁਤ ਲੋਕ ਜਿਹੜੇ ਤੁਹਾਨੂੰ ਕੁਝ ਸਮਝਦੇ ਨੇ ਜਿਹੜੇ ਤੁਹਾਨੂੰ ਦੇਖ ਕੇ ਜਿਨ੍ਹਾਂ ਨੂੰ ਕੌਨਫੀਡੈਂਸ ਮਿਲਦਾ ਹਨਾ ਹੌਸਲਾ ਮਿਲਦਾ ਤੋਂ ਨੂੰ ਨੂੰ ਇਹ ਹੁੰਦਾ ਵੀ ਆ ਇਹ ਨਾ ਰੋਪੇ ਜੇ ਲੀਡਰ ਰੋਪੇ ਤੁਹਾਡਾ ਮਤਲਬ ਜੇ ਫੌਜ ਦਾ ਜਰਨੈਲ ਰੋਪੇ ਹਨਾ ਜਾਂ ਆਪਣੇ ਘਰ ਚ ਪਿਓ ਰੋਪੇ ਹੂੰ ਤਾਂ ਫਿਰ ਸਾਰਿਆਂ ਦੇ ਹੌਸਲੇ ਟੁੱਟ ਜਾਂਦੇ ਆ ਬਿਲਕੁਲ ਤਾਂ ਬੜੇ ਇਹੋ ਜਿਹੇ ਸਿਚੁਏਸ਼ਨ ਆਉਂਦੀ ਆ ਤਾਂ ਉਦੋਂ ਫਿਰ ਕੰਟਰੋਲ ਕਰੀਦਾ ਫਿਰ ਆ ਪਰਕੇ ਨਾ ਕੰਟਰੋਲ ਕਰੀਦਾ ਪਰ ਉਦੋਂ ਬਾਅਦ ਉਹ 1 2 3 ਮਿੰਟ ਦਾ ਹੁੰਦਾ ਨਾ ਫਿਰ ਉਸ ਤੋਂ ਬਾਅਦ ਨੋਰਮਲ ਹੋ ਜਾਂਦੀ ਜ਼ਿੰਦਗੀ ਫਿਰ ਠੀਕ ਹੋ ਜਾਂਦਾ ਇਨਸਪੀਰੇਸ਼ਨ ਕੌਣ ਕਿਹਾ ਕੌਣ ਰਿਹਾਗਾ ਇਸ ਜ਼ਿੰਦਗੀ ਦੇ ਵਿੱਚ ਜੇ ਮੈਂ ਪੁੱਛਾਂ ਵੀ ਹਾਂ ਤੁਹਾਡੀ ਇਨਸਪੀਰੇਸ਼ਨ ਕੌਣ ਸੀ ਤੁਹਾਡੀ ਬੈਕ ਬੋਨ ਤੇ ਕੌਣ ਸੀ ਜਦੋਂ ਸਟਰੋਂਗ ਹੋਏ ਜੁੜਦੇ ਹੋਏ ਮੈਂ ਜ਼ਿਆਦਾਤਰ ਕਿਤਾਬਾਂ ਪੜ੍ਹਦਾ ਸੀ ਭਗਤ ਸਿੰਘ ਦੀਆਂ ਬੜੀ ਲੋਕ ਬੜੀ ਦੁਨੀਆ ਪੜ੍ਹਦੀ ਆ ਹਨਾ ਤਾਂ ਮੈਂ ਉਹਨਾਂ ਨੂੰ ਬਹੁਤ ਬੜਿਆ ਮੇਰੇ ਬੜੇ ਕਿਸੇ ਨੇ ਮੇਰੇ ਦੋਸਤਾਂ ਤੋਂ ਤੁਸੀਂ ਕਦੇ ਪੁੱਛਿਓ ਨਹੀਂ ਤੁਸੀਂ ਸਾਂਝਾ ਕਰੋ ਅੱਜ ਬਹੁਤ ਨੇ ਲੰਬੇ ਨੇ ਨਹੀਂ ਤੁਸੀਂ ਕਰੋ ਕੋਈ ਇੱਕ ਅੱਧਾ ਮੈਂ ਕਾਲ ਜਦੋਂ ਮੈਂ ਪਲੱਸ 1 ਚ ਪੜਦਾ ਸੀਗਾ ਤੇ ਜਿਸ ਦਿਨ ਭਗਤ ਸਿੰਘ ਦਾ ਜਨਮ ਦਿਨ ਸੀਗਾ ਤੁਸੀਂ ਕੁਰਤੇ ਪਜਾਮੇ ਪਾ ਕੇ ਚੱਲ ਗਏ ਸਾਡੇ ਸਕੂਲ ਕਾਲਜ ਚ ਅਲਾਉਡ ਨਹੀਂ ਸੀਗਾ ਕੁਰਤੇ ਪਜਾਮੇ ਚਿੱਟੇ ਕੁਰਤੇ ਪਜਾਮੇ ਤੇ ਮੈਂ ਨਾਲ ਦਿਆਂ ਦੇ ਬੋਦੇ ਚਾਰਾਂ ਪੰਜਾਂ ਦੇ ਪੱਗਾਂ ਵੀ ਬੰਨੀਆਂ ਫਿਰ ਪੱਗਾਂ ਪੱਗਾਂ ਤਾਂ ਬੰਨ੍ਹਦੇ ਹੀ ਸੀ ਪੱਗਾਂ ਵੀ ਬੰਨੀਆਂ ਮਤਲਬ ਉਹਵੇਂ ਤੁਰਲੇ ਵਾਲੀ ਨਹੀਂ ਬੰਨੀ ਨਾਰਮਲ ਪੀਲੀ ਬੰਨੀ ਪੀਲੀ ਪੱਗ ਬੰਨੀ ਤਾਂ ਉਹ ਕਹਿੰਦੇ ਸਾਡਾ ਪ੍ਰਿੰਸੀਪਲ ਕਹਿੰਦਾ ਆ ਕੀ ਕਹਿੰਦਾ ਬਾਹਰ ਕੱਢ ਤਾ ਸਾਨੂੰ ਸਾਰਿਆਂ ਨੂੰ ਬਾਹਰ ਨਿਕਲ ਗਏ ਤੇ ਮੈਨੂੰ ਕਹਿੰਦਾ ਵੀ ਕੱਲ ਨੂੰ ਆਇਓ ਮੈਂ ਕਿਹਾ ਨਹੀਂ ਮੈਂ ਖੜ ਗਿਆ ਮੈਂ ਕਿਹਾ ਬਾਹਰ ਕਿਉ ਕਹਿੰਦੇ ਜੀ ਤੂੰ ਕਰਦਾ ਮੈਂ ਕਿਹਾ ਅੱਜ ਭਗਤ ਸਿੰਘ ਦਾ ਜਨਮ ਦਿਨ ਹੈ ਮੈਂ ਅੱਜ ਨਾ ਪਾਉਂ ਕਦੋਂ ਪਾਉਂਗਾ ਹੂੰ ਕਹਿੰਦੇ ਤੂੰ ਬਤਮੀਜ਼ੀ ਕਰਦਾ ਮੇਰੇ ਨਾਲ ਤੇ ਮੈਂ ਕਿਹਾ ਜੀ ਬਟ ਮੈਂ ਵੀ ਠੀਕ ਹੈ ਤੁਸੀਂ ਮੈਨੂੰ ਬਾਹਰ ਕੱਢਦੇ ਹੋ ਪਰ ਅੱਜ ਦੇ ਦਿਨ ਨਾ ਕੱਢੋ ਵੀ ਅੱਜ ਸੇ ਅਸੀਂ ਤਾਂ ਮੇਰੀ ਬਹਿਸ ਹੋ ਗਈ ਅੱਛਾ ਜੀ ਤਾਂ ਉਹਨਾਂ ਨੇ ਮੈਨੂੰ ਕਹਿਤਾ ਕਹਿੰਦੇ ਤੈਨੂੰ ਕਾਲਜ ਚੋਂ ਕੱਢਦੇ ਆ ਬਾਹਰ ਹੂੰ ਮੈਂ ਕਿਹਾ ਯਾਰ ਕੱਢ ਦਿਓ ਕੋਈ ਨਾ ਸਾਲ ਹੀ ਇੱਕ ਸਾਲ ਹੋਰ ਲਾ ਲਾਂਗੇ ਹੂੰ ਤੇ ਇਹ ਖਾਲਸਾ ਕਾਲਜ ਗੁਰੂ ਸੁਰ ਸੁਧਾਰ ਦੀ ਗੱਲ ਆ ਹੂੰ ਤੇ ਮੈਂ ਕਿਹਾ ਕੁਝ ਨਹੀਂ ਇੱਕ ਸਾਲ ਹੋਰ ਲਾਵਾਂਗੇ ਤਾਂ ਫਿਰ ਠੀਕ ਹੈ ਜੀ ਮੈਨੂੰ ਕੱਢਤਾ ਉਹਨਾਂ ਦਾ ਮੈਸੇਜ ਆਇਆ ਕਹਿੰਦੇ ਵੀ ਸਾਡੀ ਜਿਹੜੀ 8ਵੀਂ ਕਲਾਸ ਦੀ ਉਹਨੇ ਕਿਹਾ ਵੀ ਅਮਰਤਪਾਲ ਜੇ ਤੂੰ ਮਾਫੀ ਮੰਗ ਲੇਂਗਾ ਜਾ ਕੇ ਪ੍ਰਿੰਸੀਪਲ ਸਰ ਤੋਂ ਵੀ ਉਹ ਤੂੰ ਆ ਜਾ ਕਲਾਸ ਮੈਂ ਕਿਹਾ ਵੀ ਮਾਫੀ ਨਹੀਂ ਮੰਗਣੀ ਹੂੰ ਵੀ ਨਹੀਂ ਕਰਨਾ ਨਾ ਕਰੋ ਫਿਰ ਉਸ ਤੋਂ ਬਾਅਦ ਉਹਨਾਂ ਨੂੰ 15 10 15 ਦਿਨਾਂ ਬਾਅਦ ਸਮਝ ਲੱਗੀ ਫਿਰ ਮੈਨੂੰ ਉਹਨਾਂ ਨੇ ਆਪੇ ਹੀ ਕਹਤਾ ਕਿ ਚੱਲ ਆ ਜਾ ਕਲਾਸ ਵਿੱਚ ਇੱਕ ਮੇਰਾ ਹੋਰ ਬਹੁਤ ਵਧੀਆ ਦੋਸਤ ਸੀ ਆ ਮੇਰੇ ਮੇਰੇ ਨਾਲ ਦੇ ਬਹੁਤ ਹੱਸਦੇ ਹੁੰਦੇ ਆ ਐ ਆਪਾਂ ਜਿਵੇਂ ਯਾਰ ਦੋਸਤ ਨਹੀਂ ਪੱਕੇ ਯਾਰ ਦੋਸਤ ਹੁੰਦੇ ਹੂੰ ਅਸੀਂ ਬੈਠੇ ਗੱਲਾਂ ਕਰਦੇ ਸੀਗੇ ਆਏ ਗੱਲਾਂ ਚੱਲ ਪੀਆਂ ਭਗਤ ਸਿੰਘ ਦੀਆਂ ਗੱਲਾਂ ਚੱਲ ਪੀਆਂ ਮੈਂ ਕਿਹਾ ਉਹ ਹੀਰੋ ਸੀ ਆਏ ਸੀ ਮੈਂ ਮਤਲਬ ਦੱਸਿਆ ਸਾਰਾ ਕੁਝ ਉਹ ਉਹ ਉਹਨੇ ਗੱਲ ਚੱਲ ਲਈ ਪਈ ਕਹਿੰਦਾ ਨਹੀਂ ਨਹੀਂ ਐਡੀ ਨਹੀਂ ਸੀ ਗੱਲਬਾਤ ਤੇ ਜਿਹਨੇ ਆਇਆ ਕਿ ਐਡੀ ਗੱਲਬਾਤ ਨਹੀਂ ਮੈਨੂੰ ਬਹੁਤ ਗੁੱਸਾ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਚੁੱਪ ਕਰ ਜਾ ਬਸ ਮੈਂ ਕਿਹਾ ਤੂੰ ਮੁੰਡਾ ਬਹੁਤ ਚੰਗਾ ਬਹੁਤ ਵਧੀਆ ਬਹੁਤ ਇੰਟੈਲੀਜੈਂਟ ਬੰਦਾ ਸੀਗਾ ਉਹ ਮੈਂ ਕਿਹਾ ਤੂੰ ਉਹ ਮੇਰਾ ਸਭ ਤੋਂ ਵਧੀਆ ਦੋਸਤ ਸੀਗਾ ਹੂੰ ਤੇ ਮੈਂ ਕਿਹਾ ਤੂੰ ਗੱਲ ਬੰਦ ਕਰ ਦੇ ਇਹ ਵੀ ਇਹ ਸੱਚੀ ਤੇ ਕੰਪਰਮਾਈਜ਼ ਨਹੀਂ ਵੀ ਤੂੰ ਐ ਨਹੀਂ ਕਹਿ ਸਕਦਾ ਵੀ ਉਹ ਨਾਰਮਲ ਸੀ ਵੀ ਉਹ ਡੀ ਨਹੀਂ ਸੀ ਗੱਲਬਾਤ ਵੀ ਫਿਰ ਕੀ ਹੋ ਗਿਆ ਉਹ ਤਾਂ ਬਾਅਦ ਚ ਐ ਹੋ ਗਿਆ ਵੀ ਉਦੋਂ ਕਿਹੜਾ ਜਾਣਦਾ ਸੀ ਉਹਨੂੰ ਵੀ ਜਾਂ ਉਹ ਕਹਿ ਰਿਹਾ ਸੀ ਕਹਿੰਦਾ ਵੀ ਜਿਹੜੀ ਉਹਨੇ ਕੁਰਬਾਨੀ ਕੀਤੀ ਕਹਿੰਦਾ ਉਹਨੂੰ ਵੀ ਨਹੀਂ ਸੀ ਪਤਾ ਕਹਿੰਦਾ ਉਵੇਂ ਹੀ ਕਰਤੀ ਕਹਿੰਦਾ ਉਸ ਤੋਂ ਬਾਅਦ ਮਾਹੌਲ ਜਾ ਬਣ ਗਿਆ ਉਹਦਾ ਕਹਿੰਦਾ ਮਤਲਬ ਇਹ ਸੀਗਾ ਮੈਂ ਕਿਹਾ ਯਾਰ ਤੂੰ ਉਹਨੇ ਬੰਦੇ ਨੇ ਕਿਤਾਬਾਂ ਲਿਖੀਆਂ ਕੀ ਕੁਝ ਕਰ ਗਿਆ ਮੈਂ ਕਿਹਾ ਤੁਸੀਂ ਤਾਂ ਉਹਨੂੰ ਉਹ ਜਾਣਦੇ ਹੋ ਵੀ ਆ ਪਿਸਤਲ ਜਾਂ ਚਲਾਤਾ ਬਸ ਇਹ ਮੈਂ ਕਿਹਾ ਤੁਸੀਂ ਸੋਚ ਦੇਖੋ ਮੈਂ ਕਿਹਾ ਤੂੰ ਕਹਿ ਸਕਦਾ ਵੀ ਅੱਜ ਦੀ ਦੁਨੀਆ ਚ ਮੈਂ ਕਿਹਾ ਜੇ ਮੈਂ ਤੈਨੂੰ ਕਹਿ ਦਿਆ ਵੀ ਤੂੰ ਮਰ ਜਾਵੇਂਗਾ ਹੂੰ ਤਾਂ ਦੇਸ਼ ਵਧੀਆ ਹੋ ਜੂ ਨੌਜਵਾਨਾਂ ਨੂੰ ਉਹ ਮਿਲ ਜੂਗੀ ਵੀ ਇੱਕ ਹੋਪ ਮਿਲ ਜੂ ਮੈਂ ਕਿਹਾ ਤੂੰ ਮਰ ਜਾਵੇਂਗਾ ਮੈਂ ਤੂੰ ਕਹਿੰਗਾ ਨਾ ਵੀ ਮੈਂ ਤਾਂ ਨਹੀਂ ਮਰਦਾ ਮੈਂ ਤਾਂ ਹੋਪ ਦੇ ਵਿੱਚ ਜਿਉਂ ਮੈਂ ਆਪ ਹੀ ਮਰ ਗਿਆ ਇਹ ਜੀ ਹੋਪ ਤੋਂ ਲੈਣਾ ਕੀ ਆ ਮੈਂ ਕਿਹਾ ਉਹ ਬੰਦੇ ਨੇ ਇਹ ਸੋਚਿਆ ਕਿ ਜੇ ਮੈਂ ਸੀਹ ਦਊਗਾ ਤਾਂ ਗੁੱਸਾ ਹੋਊਗਾ ਲੋਕਾਂ ਦਾ ਫਿਰ ਲੋਕ ਖੜੇ ਹੋਣਗੇ ਮੈਂ ਤੂੰ ਕਿੱਡਾ ਡਿਸੀਜਨ ਇਹ ਬੰਦਾ ਡਿਸੀਜਨ ਨਾ ਸਮਝੀ ਕਿਵੇਂ ਲੈ ਸਕਦਾ ਤਾਂ ਸਾਡੀ ਇਹ ਗੱਲ ਤੇ ਡਿਬੇਟ ਹੋ ਗਈ ਤਾਂ ਮੈਂ ਉਹਨੂੰ ਤਿੰਨ ਵਾਰ ਕਿਹਾ ਮੈਂ ਕਿਹਾ ਮੈਂ ਤੈਨੂੰ ਤਿੰਨ ਵਾਰ ਕਹਿ ਰਿਹਾ ਵੀ ਮੈਂ ਤੈਨੂੰ ਜ਼ਿੰਦਗੀ ਚ ਬੁਲਾਉਣਾ ਨਹੀਂਗਾ ਵੀ ਤੂੰ ਇਹ ਬੰਦ ਕਰ ਦੇ ਉਹ ਉਹ ਮਤਲਬ ਕਈ ਹੁੰਦੇ ਆ ਨਾ ਜਿਹੜੇ ਵਾਲੇ ਸ਼ਹਿਰੋਂ ਦੇ ਉਹ ਜਿਸਨੂੰ ਨਹੀਂ ਹਟਿਆ ਮੇਰੇ ਨਾਲ ਲੱਗਿਆ ਰਿਹਾ ਲੱਗਿਆ ਰਿਹਾ ਫਿਰ ਮੈਂ ਮਾਰਿਆ ਉਹਦੇ ਕੋਲ ਚੱਕ ਕੇ ਉੱਥੇ ਬੈਠੇ ਨੇ ਮੈਂ ਕਿਹਾ ਵੀ ਤੁਹਾਨੂੰ ਅੱਜ ਤੋਂ ਬਾਅਦ ਨਹੀਂ ਬੁਲਾਉਂਦਾ ਤਾਂ ਉਹਦਾਂ ਲੰਘਿਆ 2009 ਦੀ ਗੱਲ ਆ ਇਹ ਹਮ 9 10 ਦੀ ਮੈਂ ਉਹਨੂੰ ਬੁਲਾਇਆ ਨਹੀਂਗਾ ਉਹਨੇ ਮੈਨੂੰ ਬਹੁਤ ਸਨੇਹੇ ਭੇਜੇ ਬਹੁਤ ਫੋਨ ਕੀਤੇ ਮੈਂ ਕਿਹਾ ਵੀ ਮੈਂ ਫਿਰ ਉਹਦੇ ਪ੍ਰੋਗਰਾਮ ਤੇ ਅਸੀਂ ਮਿਲੇ ਯਾਰਾਂ ਦੋਸਤਾਂ ਦੇ ਮਿਲਦੇ ਸੀਗੇ ਹਮ ਤੇ ਕਿਸੇ ਦੇ ਵਿਆਹ ਤੇ ਕਿਸੇ ਦੇ ਭੋਗ ਤੇ ਮਿਲਦੇ ਸੀ ਹਮ ਤੇ ਫਿਰ ਅਸੀਂ ਆਏ ਉਹ ਆਉਂਦਾ ਸੀਗਾ ਮੈਂ ਕੋਲੇ ਬੈੰਦਾ ਸੀ ਉਹਦੇ ਪਰ ਮੈਂ ਉਹਨੂੰ ਕਦੇ ਬੁਲਾਇਆ ਨਹੀਂ ਮੇਰੇ ਅੰਦਰ ਇੰਸਪੀਰੇਸ਼ਨ ਜਿਹੜੀ ਆ ਉਹ ਹਾਂ ਭਗਤ ਸਿੰਘ ਤੋਂ ਮਿਲਦੀ ਰਹੀ ਹੈ ਮੇਰਾ ਸਵਾਲ ਸੀ ਬਹੁਤ ਮਤਲਬ ਮੈਂ ਮੇਰੇ ਦੋਸਤ ਜਾਣਦੇ ਨੇ ਸਾਰੇ ਜੇ ਮੈਂ ਕੱਲ ਵੀ ਜਦੋਂ ਆਪਾਂ 15 ਅਗਸਤ ਪਰਸੋਂ ਜੀ ਜਦੋਂ ਤਿਰੰਗਾ ਚੜਾ ਰਹੇ ਸੀ ਤਾਂ ਬੱਚੇ ਗਾ ਰਹੇ ਸੀ ਹੂੰ ਤਾਂ ਹਿੰਦਵਾਸੀਓ ਰੱਖਣਾ ਯਾਦ ਸਾਨੂੰ ਦਿਲਾਂ ਚੋਂ ਨਾ ਭੁਲਾ ਜਾਣਾ ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ ਹੂੰ ਮਤਲਬ ਉਹ ਸਾਰਾ ਉਹ ਕਰ ਰਹੇ ਸੀਗੇ ਤਾਂ ਉਦੋਂ ਵੀ ਮੇਰੇ ਅੰਦਰ ਫੀਲਿੰਗ ਆ ਰਹੀ ਸੀ ਹੂੰ ਤੇ ਮੈਨੂੰ ਆ ਲੱਗ ਰਿਹਾ ਸੀ ਮੈਂ ਕਿਹਾ ਯਾਰ ਅੱবি ਤੁਸੀਂ ਦੇਖੋ ਕਿੰਨੀ ਵੱਡੀ ਚੀਜ਼ ਆ ਵੀ ਮੈਨੂੰ ਪ੍ਰਮਾਤਮਾ ਨੇ ਏਡੇ ਅਹੁਦੇ ਤੇ ਬਿਠਾਇਆ ਵੀ ਇੱਥੇ ਆਪਾਂ ਇੱਕ ਜਿਹੜੀ ਆਜ਼ਾਦੀ ਆ ਉੱਚ ਕਰਾਪਸ਼ਨ ਸੋਚ ਵੀ ਨਹੀਂ ਸਕਦੇ ਫਿਰ ਗੁੱਸਾ ਆਉਂਦਾ ਵੀ ਜਿਹੜੇ ਯਾਰ ਇੰਨਾ ਕੁਝ ਕਰਕੇ ਲੋਕਾਂ ਦੀ ਸੇਵਾ ਕਰਨੀ ਆ ਜਿਨ੍ਹਾਂ ਨੇ ਖਤਰਪਖਤ ਸਿੰਘ ਸ਼ਹੀਦ ਹੋ ਗਏ ਵੀ ਤੁਸੀਂ ਉੱਥੇ ਬੈਠੇ ਪੈਸੇ ਕਮਾਈ ਜਾਂਦੇ ਹੋ ਨਸ਼ੇ ਤੋਂ ਕਮਾਲੇ ਜੀ ਉਹ ਤੋਂ ਕਮਾਲੇ ਇਹ ਤੋਂ ਕਮਾਲੇ ਵੇਚਤਾ ਜੀ ਕਿਸੇ ਨੂੰ ਸੈਨ ਕਰਾਉਣ ਦੇ ਪੈਸੇ ਲੈ ਲੈ ਮਨੂਸੀ ਦੇ ਪੈਸੇ ਲੈ ਲਓ ਮੈਂ ਕਿੱਡੇ ਘਟੀਆ ਬੰਦੇ ਨੇ ਤਾਂ ਮਤਲਬ ਭਗਤ ਸਿੰਘ ਤੋਂ ਤਾਂ ਮੈਂ ਤਾਂ ਬਹੁਤ ਕੁਝ ਸਿੱਖਿਆ ਉਸ ਤੋਂ ਬਾਅਦ ਫੈਮਲੀ 'ਚ ਫਿਰ ਥੋੜੇ ਹੀਰੋ ਨਾਲ ਦੀ ਨਾਲ ਪੈਰਲਲ ਚੱਲਦੇ ਰਹਿੰਦੇ ਨੇ ਫੈਮਲੀ 'ਚ ਮੇਰੇ ਚਾਚਾ ਜੀ ਸਾਡਾ ਪਰਿਵਾਰ ਨਾਰਮਲ ਪਰਿਵਾਰ ਸੀਗਾ ਤੇ ਚਾਚਾ ਜੀ ਕੋਲ ਜਦੋਂ ਪੜ ਰਹੇ ਸੀ ਉਦੋਂ ਦੱਸਦੇ ਹੁੰਦੇ ਸੀ ਕਹਿੰਦੇ ਇੱਕ ਹੀ ਖਦਰ ਦਾ ਕੁੜਤਾ ਪਿਆ ਮਾ ਹੁੰਦਾ ਸੀ ਤੇ ਜਦੋਂ ਸਕੂਲ ਜਾਂਦੇ ਤਾਂ ਸਿੱਧਾ ਕਰਕੇ ਜਾਂਦੇ ਰਾਤ ਨੂੰ ਸ਼ਾਮ ਨੂੰ ਜਦੋਂ ਆਉਂਦੇ ਕਹਿੰਦੇ ਮੈਂ ਗੇਟ 'ਚੋਂ ਹੀ ਬਦਲ ਲੈਂਦਾ ਸੀ ਪੁੱਠਾ ਪਾ ਲੈਂਦਾ ਸੀਗਾ ਫਿਰ ਉਹ ਉਹਨਾਂ ਟਾਈਮਾਂ 'ਚ ਪੜੇ ਲੰਬੀ ਸਟੋਰੀ ਆ ਪੜ ਕੇ ਫਿਰ Uh, 85 ਦੇ ਵਿੱਚ ਆਈਪੀਐਸ ਬਣੇ ਤੇ ਜਦੋਂ ਆਈਪੀਐਸ ਬਣੇ ਤਾਂ ਉਦੋਂ ਫੋਨ ਫੋਨ ਨਹੀਂ ਸੀਗੇ ਚਿੱਠੀਆਂ ਸੀ ਚਿੱਠੀ ਆਈ ਖੜੇ ਘਰੇ ਚਾਚਾ ਜੀ ਨੇ ਡਾੜੀ ਵਰਗੇ ਆਂਤਾ ਆਏ ਜਿਹਨੂੰ ਦੱਸਿਆ ਵੀ ਆਪਣੇ ਮੈਂ ਆਈਪੀਐਸ ਬਣ ਗਿਆ ਤੇ ਮੇਰੇ ਡਾਡੀ ਨੇ ਸਾਡੇ ਪਿੰਡ ਇੱਕ ਬਜ਼ੁਰਗ ਸੀ ਪੜ੍ਹੇ ਲਿਖੇ ਪੁਰਾਣੇ ਉਹਨੂੰ ਕਿਹਾ ਵੀ ਸਾਡਾ ਸਰਦੇਵ ਨਾ ਆਈਪੀਐਸ ਬਣ ਗਿਆ ਉਹ ਕੰਦਰ ਲੈ ਲੋਈ ਆਪੀ ਪਸ ਬੰਦਾ ਕਹਿੰਦਾ ਇੱਕ ਦੀ ਚੀਜ਼ ਹੁੰਦੀ ਹੈ ਕਹਿੰਦਾ ਉਹ ਕਿੱਥੋਂ ਬਣਿਆ ਐਵੇਂ ਗੱਪ ਮਾਰੀ ਜਾਂਦੇ ਹੋ ਬਾਪੂ ਗੁੱਸੇ ਹੋ ਕੇ ਘਰੇ ਆ ਗਿਆ ਆਪਣੇ ਫੇਰ ਝੱਟੀ ਲਗੀ ਚਾਚੇ ਨੂੰ ਤੂੰ ਮੇਰੀ ਬੇਇੱਜ਼ਤੀ ਕਰਾਤੀ ਵੀ ਉਹ ਤਾਂ ਕਹਿੰਦੇ ਵੱਡਾ ਅਫਸਰ ਹੁੰਦਾ ਵੀ ਚਾਚਾ ਕਹਿੰਦਾ ਕੋਈ ਨਾ ਜਦੋਂ ਮੈਂ ਆਇਆ ਦੱਸਾਂ ਫਿਰ ਉਹ ਚਾਚਾ ਜੀ ਆਏ ਪਿੰਡ ਫਿਰ ਮੇਰੇ ਡੈਡੀ ਨੂੰ ਲੈ ਕੇ ਉਹ ਬੰਦੇ ਕੋਲ ਗਏ ਸਾਡੇ ਪਿੰਡ 'ਚ ਰਹਿੰਦੇ ਸੀ ਫਲੇ ਚ ਗਿਆਨੀ ਜੀ ਕਹਿੰਦੇ ਆਪਾਂ ਸਾਰਿਆਂ ਨੂੰ ਤੇ ਫਿਰ ਉਹਦੇ ਕੋਲ ਗਏ ਵੀ ਆ ਦੇਖ ਮੈਂ ਸੱਚੀ ਆਈਪੀਐਸ ਬਣਿਆ ਤਾਂ ਫਿਰ ਚਾਚਾ ਜੀ ਤੋਂ ਬਹੁਤ ਸਿੱਖਿਆ ਚਾਚਾ ਜੀ ਤੋਂ ਇਮਾਨਦਾਰੀ ਸਿੱਖੀ ਮਤਲ ਦੂਬਾਦ ਉਹ ਡੀਆਈਜੀ ਬਣੇ ਫਿਰ ਆਈਜੀ ਬਣੇ ਫਿਰ ਯੂਕੇ ਹਾਈ ਕਮਿਸ਼ਨ ਚ ਉਥੇ ਮਿਨਿਸਟਰ ਆਫ ਮਿਨਿਸਟਰ ਬਣੇ ਤੇ ਬਹੁਤ ਵੱਡੀ ਪੋਸਟ ਹੁੰਦੀ ਆ ਫਿਰ ਡੀਜੀਪੀ ਬਣੇ ਤਾਂ ਬਟ ਉਹਨਾਂ ਨੇ ਜ਼ਿੰਦਗੀ ਚ ਕਰਾਪਸ਼ਨ ਨਹੀਂ ਕੀਤੀ ਮਤਲਬ ਉਹ ਇਹ ਕਹਿੰਦੇ ਕਹਿੰਦੇ ਅੱਜ ਤੱਕ ਮੈਨੂੰ ਕੋਈ ਬੰਦਾ ਨਹੀਂ ਕਹਿ ਸਕਦਾ ਸੁਖਦੇਵ ਸਿੰਘ ਸਿੱਧੂ ਨਾ ਉਹਨਾਂ ਦਾ ਮੈਂ ਓਪਨਲੀ ਕਹਿ ਦਿੰਦਾ ਉਹਨਾਂ ਵੀ ਜੇ ਤੁਹਾਨੂੰ ਕੋਈ ਸਾਰੇ ਇੰਡੀਆ ਚੋਂ ਦੁਨੀਆ ਚੋਂ ਕੋਈ ਬੰਦਾ ਮਿਲਦਾ ਜਿਹੜਾ ਕਵੇ ਵੀਰ ਸਰਦਾਰ ਸਰਦੇਵ ਸਿੰਘ ਸਿੱਧੂ ਨੇ ਮੈਥੇ 1 ਰੁਪਿਆ ਲਿਆ ਸੀ ਤਾਂ ਮੈਂ ਮੀਡੀਆ ਤੇ ਕਹਿਣਾ ਓਪਨਲੀ ਕਹਿਣਾ ਵੀ ਦੱਸੇ ਕਿਉਂਕਿ ਮੈਨੂੰ ਪਤਾ ਲਿਆ ਨਹੀਂ ਮੈਂ ਆਪਦੇ ਬਾਰੇ ਵੀ ਕਹਿਣਾ ਹੁਣ ਹਲਕੇ ਚ ਤੁਸੀਂ ਮੇਰਾ ਕਦੇ ਸੁਣਿਓ ਮੈਂ ਹਲਕੇ ਚ ਸਾਰੇ ਚਾਹੇ ਮure 1000 ਬੰਦੇ ਦਾ ਇਕੱਠ ਹੋਵੇ ਮੈਂ ਕਹਿ ਦੇਣਾ ਵੀ ਤੁਹਾਡੇ ਤੋਂ ਕੋਈ ਤੁਹਾਡਾ ਰਿਸ਼ਤੇਦਾਰ ਤੁਸੀਂ ਕੋਈ ਮੈਂ ਕਿਹਾ ਇੱਥੋਂ ਛੱਡੋ ਕੋਈ ਦੂਜੀ ਪਾਰਟੀ ਵਾਲਾ ਵੀ ਕਦੇ ਕਿਸੇ ਨੇ ਕਿਹਾ ਵੀ ਅਮਰਪਾਲ ਪੈਸੇ ਲੈਂਦਾ ਕਿਥੋਂ ਜਦੋਂ ਲੋਕ ਬਾਹਾਂ ਖੜੀਆਂ ਕਰਕੇ ਕਹਿੰਦੇ ਨਾ ਵੀ ਨਹੀਂ ਕੋਈ ਨਹੀਂ ਕਹਿੰਦਾ ਫਿਰ ਲੱਗਦਾ ਵੀ ਹਾਂ ਠੀਕ ਆ ਕੁਝ ਕੀਤਾ ਸੀਐਮ ਸਾਹਿਬ ਗਏ ਸੀ ਪਿਛਲੇ ਦਿਨੀ ਮੇਰੇ ਬਾਗੇ ਪ੍ਰਾਨੇ ਉਥੇ ਪ੍ਰੋਗਰਾਮ ਸੀਗਾ ਕੱਟ ਸੀ ਸੀਐਮ ਸਾਹਿਬ ਕੋਲੇ ਖੜੇ ਤੇ ਮੈਨੂੰ ਮਾਈਕ ਦੇਤਾ ਕਹਿੰਦੇ ਤੂੰ ਧੰਨਵਾਦ ਕਰ ਦੇ ਲੋਕਾਂ ਦਾ ਮੈਂ ਧੰਨਵਾਦ ਵੀ ਕੀਤਾ ਮੈਂ ਕਿਹਾ ਮਾਨ ਸਾਹਿਬ ਤੁਸੀਂ ਐ ਥੋੜਾ ਧੰਨਵਾਦ ਮੈਂ ਨਾਲ ਦੇ ਨਾਲ ਪੁੱਛ ਲਿਆ ਮੈਂ ਕਿਹਾ ਮਾਨ ਸਾਹਿਬ ਖੜੇ ਆ ਮੈਨੂੰ ਦੱਸੋ ਕਿਸੇ ਤੋਂ ਰੁਪਿਆ ਤਾਂ ਨਹੀਂ ਲਿਆ ਕਦੇ ਸਾਰੇ ਲੋਕਾਂ ਨੇ ਭਾਰੀ ਮੀਂਹ ਚ ਬਹੁਤ ਲੋਕ ਖੜੇ ਸੀ ਉਹਨਾਂ ਨੇ ਕਿਹਾ ਕਹਿੰਦੇ ਟੋਲ ਪਲਾਜਾ ਬੰਦ ਕਰਾਇਆ ਜਦੋਂ ਤਾਂ ਮਤਲਬ ਇਹ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ ਜੇ ਤੁਸੀਂ ਇਹਨਾਂ ਨੂੰ ਨਾਲ ਲੈ ਕੇ ਚੱਲੋ ਨਾ ਬਹੁਤ ਤਰੱਕੀ ਮਿਲਦੀ ਹੈ ਜੀ ਅੱਛਾ ਮੈਂ 5 ਮਿੰਟ ਹੋਰ ਲੈਣੇ ਆ ਪੋਰਟਫੋਲੀਓ ਪੋਰਟਫੋਲੀਓ ਸਾਰੇ ਚੰਗੇ ਨੇ ਯਾਰ ਨਹੀਂ ਕਿਹੜਾ ਚੰਗਾ ਸਾਰੇ ਚੰਗੇ ਨੇ ਨੀ ਜੀ ਕਿਹੜਾ ਚੰਗਾ ਲੱਗਦਾ ਨਹੀਂ ਸਾਰੇ ਚੰਗੇ ਨੇ ਕਿਹੜਾ ਮੈਂ ਐ ਪੁੱਛ ਰਿਹਾ ਨਹੀਂ ਨਹੀਂ ਕੋਸ਼ ਨਹੀਂ ਗਾਇਆ ਜਾਂ ਕੁਝ ਨਹੀਂ ਕਿਉਂ ਚਾਹਮਾ ਹੁੰਦੀਆਂ ਨਹੀਂ ਬੰਦੇ ਦੀਆਂ ਮੈਂ ਗੋਲਡਿੰਗ ਅਪੋਇਜ਼ ਮੇਰੇ ਕੋਲੇ ਬੈਠੇ ਜੀ ਮੈਂ ਕਹਾ ਕੀ ਬਣਨਾ ਮੰਤਰੀ ਬਣਨਾ ਕਹਿੰਦੇ ਮੈਂ ਮੁੱਖ ਮੰਤਰੀ ਬਣ ਨਾ 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 ਕਹਿੰਦੇ ਮੰਤਰੀ ਜ਼ਰੂਰ ਬਣਨਾਗਾ ਕਹਿੰਦੇ ਇੱਛਾ ਰੱਖਣੀ ਚਾਹੀਦੀ ਆ ਹਾਂ ਥੋੜੀ ਵੀ ਹੋਊਗੀ ਨਹੀਂ ਹੈਗੀ ਨਹੀਂ ਮੇਰੀ ਤਾਂ ਹੀ ਇੱਛਾ ਹੈ ਵੀ ਮੈਂ ਜਿੱਥੇ ਬੈਠਾ ਯਾਰ ਉੱਥੇ ਕੰਮ ਟੌਰ ਮੈਂ ਮੰਨ ਲਓ ਐਮਐਲਏ ਮੈਥੋਂ ਸੰਭਲਦੀ ਨਾ ਹੋਵੇ ਮੈਂ ਕਹਾਂ ਮੈਂ ਮੰਤਰੀ ਬਾਨਾ ਮੰਤਰੀ ਨਾਲ ਰਹਿੰਦੇ ਹਾਂ ਜ਼ਿਆਦਾਤਰ ਮੰਤਰੀ ਨਾਲ ਟਾਈਮ ਸਪੈਂਡ ਕਰਦੇ ਹਾਂ ਕਿਹੜਾ ਚੰਗਾ ਲੱਗਦਾ ਡਿਪਾਰਟਮੈਂਟ ਮੈਂ ਇਹ ਪੁੱਛ ਰਿਹਾ ਕਿਹੜਾ ਡਿਪਾਰਟਮੈਂਟ ਮੰਤਰੀ ਦੇ ਨਾਲ ਸਾਰੇ ਅਸਲ ਵਿੱਚ ਜਿਹੜੇ ਤਾਂ ਆਪਾਂ ਹੁਣ ਤਾਂ ਪੰਜਾਬ ਦੇ ਵਿੱਚ ਜਿਹਦੇ ਜਿਹਦਾ ਬਜਟ ਵੱਡਾ ਜਿਹੜੇ ਡਿਪਾਰਟਮੈਂਟ ਦਾ ਨਾ ਕਿਉਂਕਿ ਉੱਥੇ ਕੰਮ ਕਰ ਲਈ ਕੰਮ ਮਿਲਦਾ ਕਿਉਂਕਿ ਕਿਹੜਾ ਡਿਪਾਰਟਮੈਂਟ ਪੰਜਾਬ ਸਰਕਾਰ ਚ ਸਾਰੀਆਂ ਸਰਕਾਰਾਂ ਚ ਇਹੋ ਜਿਹੇ ਹੁੰਦੇ ਨੇ ਜਿਹਦਾ ਸਾਡੇ ਕੋਲ ਡਿਪਾਰਟਮੈਂਟ ਚਾਹੀਦਾ ਸਪੋਰਟਸ ਡਿਪਾਰਟਮੈਂਟ ਸੀਗਾ ਲੋਕ ਸੰਪਰਕ ਤੇ ਸੂਚਨਾ ਵਿਭਾਗ ਇਹ ਜੇ ਅੱਗੇ ਲੱਜਾ ਬਜੜ ਵਾਲਾ ਹੋ ਗਿਆ ਬਲਕ ਵੱਧ ਗਿਆ ਮੇਰੇ ਧਿਆਨ ਚ ਨਹੀਂ ਆਇਆ ਮੈਂ ਤਾਂ ਇਹ ਅੱਛਾ ਚਲ ਬਾਬਾ ਇਹ ਹਾਂ ਤਾਂ ਪਹਿਲਾਂ ਨਾਲੋਂ ਵਧੀਆ ਅੱਛਾ ਹੋਣਾ ਚਾਹੀਦਾ ਜੇ ਤੁਸੀਂ ਚੰਗੇ ਕੰਮ ਕਰਦੇ ਹੋ ਜੇ ਤੁਹਾਡੇ ਕੋਲ ਕੁਝ ਦਿਖਾਉਣ ਨੂੰ ਹੈਗਾ ਤਾਂ ਮੈਨਾਂ ਤਾਂ ਕਿਨਾਂ ਦਿਖਾਉਣਾ ਚਾਹੀਦਾ ਜੇ ਦਿਖਾਉਣ ਨੂੰ ਹੀ ਨਾ ਹੋਵੇ ਫਿਰ ਐਵੇਂ ਉਹ ਚੰਨੀ ਸਾਹਿਬਾਂ ਨੂੰ ਸੜਕ ਉੱਤੇ ਕਾਹਤੇ ਲਾਏ ਸੀ ਉਹਨਾਂ ਨੇ ਪੈਚ ਪੈਚ ਵਰਕ ਪੈਚ ਵਰਕ ਨਹੀਂ ਚੰਨੀ ਸਾਹਿਬ ਨੇ ਬਸਾਂ ਜੀਆਂ ਤੇ ਨਹੀਂ ਲਾਤੇ ਪਿਛਲੇ ਟਾਈਮ ਦੇ ਜਾਂਦੇ ਜਾਂਦੇ ਆ ਨੇ ਜਦੋਂ ਮੁੱਖ ਮੰਤਰੀ ਹੀ ਨੀਆਂ ਨੌਕਰੀਆਂ ਦਿੱਤੀਆਂ ਨੇ ਨੌਕਰੀਆਂ ਦਿੱਤੀਆਂ ਉਹ ਕੱਲੇ ਉੱਤੇ ਹੀ ਲਾ ਗਏ ਜਿਵੇਂ ਰਾਜਾ ਬਣ ਹਿੰਗ ਵੀ ਕਹਿੰਦੇ ਸੀ ਨਾ ਕਹਿੰਦੇ ਹੁਣ ਜੇ ਡਿਪਾਰਟਮੈਂਟ ਮਿਲਿਆ ਤਾਂ ਲੈਣਾ ਹੀ ਗ੍ਰਹਿ ਆ ਉਹ ਉਹ ਥੋੜੇ ਵਾਲੀ ਨੂੰ ਮੈਨੂੰ ਐਂ ਦੱਸੋ ਕਿਹੜਾ ਚੰਗਾ ਕਿਹੜਾ ਲੱਗਦਾ ਹੈਗਾ ਐਂ ਦੱਸੋ ਮੁੱਖ ਮੰਤਰੀ ਸਾਹਿਬ ਇਹਨੇ ਹੁੰਦੇ ਆ ਆਪਾਂ ਨੂੰ ਹੈ ਮੁੱਖ ਮੰਤਰੀ ਸਾਹਿਬ ਇਹਨੇ ਹੁੰਦੇ ਆ ਆਪਾਂ ਨੂੰ ਉਹਨਾਂ ਨੂੰ ਸਭ ਪਤਾ ਉਹਨਾਂ ਨੂੰ ਸਭ ਜਾਣੀ ਜਾਣਦੇ ਉਹਨਾਂ ਨੂੰ ਪਤਾ ਵੀ ਕਿਹੜਾ ਕੀ ਕੀ ਹੈਗਾ ਤੇ ਕਿਹਨੂੰ ਕੀ ਦੇਣਾ ਬਾਕੀ ਪਰਮਾਤਮਾ ਦਿੱਲੀ ਵਾਲਾ ਵੀ ਡਿਸਾਈਡ ਕਰ ਮੈਂ ਕਿਹਾ ਦਿੱਲੀ ਵਾਲੇ ਵੀ ਵੇਦੇ ਆਪਾਂ ਨੂੰ ਮੈਂ ਦੱਸਦਾ ਸਾਰੇ ਕਹਿੰਦੇ ਨੇ ਦਿੱਲੀ ਵਾਲੇ ਦਿੱਲੀ ਵਾਲੇ ਵੀ ਦਿਖਦੇ ਨੇ ਲੋਕ ਵੀ ਦਿਖਦੇ ਨੇ ਹਣਾ ਮੀਡੀਆ ਵੀ ਦੇਖਦਾ ਸਾਰੇ ਦੇਖਦੇ ਨੇ ਕੋਈ ਵੱਡੀ ਗੱਲ ਨਹੀਂ ਅੱਗੇ ਮੈਂ ਸਪੀਕਰ ਸਾਹਿਬ ਕੋਲੇ ਬੈਠਣਾ ਮੈਂ ਕਿਹਾ ਵੀ ਆਹ ਹੋ ਮੈਂ ਕਿਹਾ ਸਾਨੂੰ ਤਾਂ ਸੀਗਾ ਨਾ ਫਿਰ ਡਿਪਾਰਟਮੈਂਟ ਕੋਈ ਮਿਲਦਾ ਮੈਂ ਕਿਹਾ ਤੁਹਾਨੂੰ ਮੈਂ ਤੁਸੀਂ ਸੰਤੁਸ਼ਟ ਹੋ ਕਹਿੰਦੇ ਮੈਂ ਤਾਂ ਪੂਰਾ ਸੰਤੁਸ਼ਟ ਨਾ ਮੈਂ ਹਲਕਿਆਂ ਨੂੰ ਹੁੰਦਾ ਨਾ ਕਹਿੰਦੇ ਕਿਹੜਾ ਤੇਰਾ ਕਿਹੜੇ ਡਿਪਾਰਟਮੈਂਟ ਦਾ ਕੰਮ ਰੁਕ ਗਿਆ ਮੈਨੂੰ ਕਹਿੰਦੇ ਮੈਂ ਫਿਰ ਵੀ ਹੁੰਦਾ ਹਣਾ ਲੋਕਾਂ ਨੂੰ ਹੁੰਦਾ ਨਾ ਨਹੀਂ ਬਿਲਕੁਲ ਹਾਂ ਸਾਰਿਆਂ ਨੂੰ ਹੁੰਦਾ ਤੇ ਬਾਕੀ ਪਰਮਾਤਮਾ ਨੇ ਦੇਣਾ ਹੁੰਦਾ ਸਾਰਾ ਕੁਝ ਉਹ ਆਪੇ ਹੀ ਦੇ ਜਾਂਦਾ ਹੂੰ ਤੇ ਮੈਂ ਮੈਂ ਆਪਣੇ ਦੋਸਤਾਂ ਨਾਲ ਕਹਿਣਾ ਹੁੰਦਾ ਬੜਿਆਂ ਨਾਲ ਮੇਰੀ ਬੜੀ ਮਸ਼ਹੂਰ ਗੱਲ ਆ ਇਹ ਮੈਂ ਸਾਰਿਆਂ ਨੂੰ ਕਹਿੰਦਾ ਮੈਂ ਕਿ ਪਰਮਾਤਮਾ ਜੇ ਤੁਹਾਨੂੰ ਪਾਵਰ ਦੇਵੇ ਹੂੰ ਜੇ ਤੁਸੀਂ ਵਰਤ ਲਓ ਫਿਰ ਹੋਰ ਦੇ ਦਿੰਦਾ ਜੋ ਵਰਤਨ ਫਿਰ ਹੋਰ ਦੇ ਦਿੰਦਾ ਮੈਂ ਜੇ ਪਰਮਾਤਮਾ ਪਾਵਰ ਦੇਵੇ ਤੇ ਤੁਸੀਂ ਨਾ ਹੀ ਵਰਤੋ ਤੁਹਾਨੂੰ ਮੌਕਾ ਦੇ ਦਿੰਦਾ ਜੇ ਗਲਤ ਵਰਤਿਓ ਜੇ ਗਲਤ ਵਰਤਜੋ ਮੈਂ ਫਿਰ ਪਰਮਾਤਮਾ ਖੋਹ ਲੈਂਦਾ ਹਾਂ ਮੈਂ ਫਿਰ ਉਹ ਕਹਿੰਦਾ ਵੀ ਨਹੀਂ ਤੂੰ ਮੇਰੇ ਕਾਬਲ ਨਹੀਂ ਸੀ ਮੈਂ ਤੇਰੇ ਤੇ ਯਕੀਨ ਕੀਤਾ ਤੂੰ ਕਾਬਲੀਅਤ ਦਿਖਾਈ ਨਹੀਂ ਚੱਲ ਤੂੰ ਪਰਾਂ ਚੱਲ ਹੁਣ ਤਾਂ ਇਹੋ ਜਿਹਾ ਟਾਈਮ ਆਉਂਦਾ ਰਹਿੰਦਾ ਫਿਲਮ ਫਿਲਮ ਵੀ ਖਣ ਜਾਣੇ ਹੋ ਫਿਲਮ ਹਾਂ ਚੱਲ ਜਾਣਾ ਦੇਖਦੇ ਦੇਖਦੇ ਰਹਿੰਦੇ ਹੁਣ ਨਹੀਂ ਦੇਖੀ ਹੁਣ ਮਹੀਨਾ ਦੋ ਮਹੀਨੇ ਹੋ ਗਏ ਹੁਣ ਨਹੀਂ ਦੇਖੀ ਕਿਹੜੀ ਲਾਸਟ ਕਿਹੜੀ ਵੇਖੀ ਸੀ ਲਾਸਟ ਕਮੇਡੀ ਦੇਖੀ ਸੀ ਕਿ ਕਿਹੜੀ ਕੈਰੀਅਨ ਜਟਾ ਤੇ ਕੈਰੀਅਨ ਜਟਾ 3 ਆਈ ਸੀ ਕੈਰੀਅਨ ਜਟਾ 3 ਦੇਖੀ ਸੀ ਠੀਕ ਹੈ ਤਾਂ ਉਹ ਉੱਥੇ ਬਾਗੇ ਪਰਾਂ ਨੇ ਦੇਖੀ ਸੀ ਅੱਛਾ ਪਾਪੀ ਨਾਲ ਕੱਲ ਨਹੀਂ ਵੇਖੀ ਸੀ ਨਹੀਂ ਕੱਲਿਆਂ ਨੇ ਦੇਖੀ ਦੋਸਤ ਸੀਗੇ ਨਾਲ ਦੇ ਸਾਰੇ ਰਾਤ ਵਾਲਾ ਆਸਟ ਸ਼ੋਅ ਦੇਖਿਆ ਠੀਕ ਹੈ ਹਾਂ ਪਰ ਉਹਦਣਾ ਉਹ ਨਾਰਾਜ ਹੋ ਗਏ ਮੈਡਮ ਨਾਰਾਜ ਹੋਏ ਕਹਿੰਦੀ ਤੂੰ ਫਿਲਮ ਦੇਖ ਆਇਆ ਕੱਲਾ ਮੈਨੂੰ ਦੱਸਿਆ ਨਹੀਂ ਪਰ ਉਹਨਾਂ ਨਾਲ ਮੈਂ ਅਜੇ ਤੱਕ ਕੋਈ ਫਿਲਮ ਨਹੀਂ ਦੇਖੀ ਅਜੇ ਤੱਕ ਵੇਖੀ ਨਹੀਂ ਨਾ ਹੋ ਗਏ 5-6 ਮਹੀਨੇ ਹੋ ਗਏ ਨਾ ਵੇਰ ਨੂੰ ਜਾਣਾ ਚਾਹੀਦਾ ਤੁਹਾਨੂੰ ਆ ਮਸਤਾਨੇ ਲੱਗ ਰਹੀ ਆ ਮਸਤਾਨੇ ਸੋਹਣੀ ਮੂਵੀ ਆ ਮੈਨੂੰ ਆ ਮੀਡੀਆ ਤੇ ਦੇਖਦਾ ਬੜੇ ਲੋਕ ਕਹਿੰਦੇ ਆ ਵੀ ਵਧੀਆ ਮੂਵੀ ਆ ਕੰਪੈਰੀਸ਼ਨ ਜਾਂ ਵੀ ਕਰਦੇ ਆ ਵੀ ਇੱਕ ਦੋ ਦੇਖੋ ਨਵੀਂ ਇਹ ਦੇਖਣੀ ਚਾਹੀਦੀ ਹੈ ਕਿਉਂਕਿ ਜਿਹੜੀ ਮੈਨੂੰ ਲੱਗਦਾ ਹਿਸਟੋਰੀਕਲ ਜੀ ਮੂਵੀ ਆ ਹਨਾ ਜੇ ਹਿਸਟੋਰੀਕਲ ਮੂਵੀਾਂ ਤੁਸੀਂ ਦੇਖੋਗੇ ਤਾਂ ਫਿਰ ਮੈਂ ਮੀਡੀਆ ਲਾਈਨ 'ਚ ਵੀ ਹੈਗਾ ਆਪਣੇ ਦੋਸਤ ਨੇ ਗਾਣਿਆਂ ਵਾਲੇ ਤਾਂ ਉਹ ਮੈਨੂੰ ਪੁੱਛਦਾ ਉਹਨੇ ਤੁਸੀਂ ਚੰਗੀ ਚੀਜ਼ ਗਾਇਆ ਕਰੋ ਚੰਗੀ ਲਿਖਿਆ ਕਰੋ ਉਹ ਕਹਿੰਦੇ ਅਸੀਂ ਤਾਂ ਉਹ ਲਿਖਦੇ ਆ ਜਿਹੜੇ ਲੋਕ ਸੁਣਦੇ ਨੇ ਤੁਸੀਂ ਕੀ ਸੁਣਦੇ ਹੋ ਤੁਸੀਂ ਕਿਹੜੇ ਗਾਣੇ ਸੁਣਦੇ ਹੋ ਗੱਡੀ 'ਚ ਕੀ ਚੱਲਦਾ ਸਾਰੇ ਸੁਣਦੇ ਆ ਮੈਂ ਸਾਰੇ ਸੁਣਦਾ ਮੈਂ ਮੋਟੀਵੇਸ਼ਨਲ Song ਜ਼ਿਆਦਾ ਸੁਣਦਾ ਹਿੰਦੀ ਵੀ ਹੋਣ ਚਾਹੀਏ ਪੰਜਾਬੀ ਹੋਣ ਚਾਹੀਏ ਜਿਹੜੇ ਮਰਜ਼ੀ ਹੋਣ ਪੰਜਾਬੀ ਕਿਹੜਾ ਸਿੰਗਰ ਸੁਣਦੇ ਹੋ ਅਮਰਤਮਨ ਸੌਰੀ ਮਾਨ ਤਾਂ ਚੱਲ ਆਪਣਾ ਘਰ ਦਾ ਸਿੰਗਰਾ ਉਹ ਵੀ ਉਹ ਨੂੰ ਸਭ ਸਾਰੇ ਹੀ ਸੁਣ ਲੈਣਾ ਸਭ ਸੁਣਦਾ ਅ ਸਰਤਾਜ ਸਰਤਾਜ ਨੂੰ ਜ਼ਿਆਦਾ ਸੁਣਦਾ ਮੈਂ ਆਰਤੀ ਲਾਉਣਾ ਮੈਂ ਸਵੇਰੇ ਉੱਠਦਾ ਨਾ ਮੇਰੇ ਉਹ ਇੱਕ ਉਹ ਕਿਹੜਾ ਸਪੀਕਰ ਹੁੰਦਾ ਜਿਹਦਾ ਬਾਹਰੋਂ ਮਿਲਦਾ ਮਾਰਸ਼ਲ ਦਾ ਮਾਰਸ਼ਲ ਦੇ ਸਪੀਕਰ ਨੇ ਤਾਂ ਅਮਰਤਮਨ ਨੇ ਗਿਫਟ ਕੀਤਾ ਮੈਨੂੰ ਹੁਣੇ ਮਾਰਸ਼ਲ ਦਾ ਸਪੀਕਰ ਗਿਫਟ ਕੀਤਾ ਮੈਨੂੰ ਤਾਂ ਉਹ ਮੈਂ ਜੋ ਸਵੇਰੇ ਉੱਠਦਾ ਮੈਂ ਸਰਤਾਜ ਦੀ ਆਰਤੀ ਲਾਉਣਾ ਤੇ ਸਰਤਾਜ ਵਧੀਆ ਲੱਗਦਾ ਮੀਨਿੰਗਫੁਲ ਲਿਖਦਾ ਚੰਗੀਆਂ ਚੀਜ਼ਾਂ ਲਿਖਦਾ ਠੀਕ ਹੈ ਅਮਰਤਮਨ ਕੋਈ ਕਿੱਸਾ ਉਹ ਤਾਂ ਭੁੱਲ ਗਿਆ ਸੀ ਉਹ ਤਾਂ ਬਹੁਤ ਕਿਸੇ ਨੇ ਵਾਦੂ ਕਿਸੇ ਨੇ ਸੁਣਾਉ ਕੋਈ ਲਾਸਟ ਜਾਂਦੇ ਜਾਂਦਾ ਪੰਜ ਸੱਤ ਮਿੰਟ ਉਹ ਤਵਾ ਬਹੁਤ ਲਾਉਂਦਾ ਮੇਰੇ ਤੇ ਕਿਉਂ 11 ਦੋਸਤਾਂ ਚ ਹੁੰਦੇ ਆ ਨਾ ਮੇਰੀਆਂ ਰੀਸਾਂ ਰੂਸਾਂ ਸੰਗਾ ਬਹੁਤ ਲਾਉਂਦਾ ਉਹ ਤੇ ਪਹਿਲਾਂ ਬਾਲੀਆਂ ਲਾਉਂਦਾ ਸੀ ਹੁਣ ਜਦੋਂ ਐਮਐਲਏ ਬਣ ਗਿਆ ਹੁਣ ਠੀਕ ਆ ਥੋੜਾ ਜਿਹਾ ਹੁਣ ਹਟ ਗਿਆ ਪਹਿਲਾਂ ਜ਼ਿਆਦਾ ਤਾਂ ਕਰਦਾ ਸੀ ਜੀ ਤੇ ਦੋਸਤਾਂ ਦੇ ਵਿੱਚ ਸਾਡੇ ਕਮੇਡੀ ਵਾਲਾ ਮਾਹੌਲ ਬਹੁਤ ਗੜੇ ਗੁਣੇ ਸੌਂਦੇ ਰਹਿੰਦੇ ਹੁਣ ਜਦੋਂ ਮਿਲਦੇ ਹਾਂ ਤੁਸੀਂ ਸੁਣਾ ਵੀ ਨਹੀਂ ਹੁਣ ਨਹੀਂ ਸੁਣਾਦਾ ਹੁਣ ਉਹ ਟਾਲਮਟੋਲ ਜਾ ਕਰ ਜਾਂਦਾ ਅੱਛਾ ਪਹਿਲਾਂ ਪਹਿਲਾਂ ਤਾਂ ਪਹਿਲਾਂ ਤਾਂ ਸੌਂਦੇ ਸੀ ਉਹ ਤੋਂ ਬਹੁਤ ਪਹਿਲਾਂ ਤਾਂ ਉਹ ਆਪ ਸੁਣਾਉਂਦਾ ਹੁੰਦਾ ਸੀ ਮੈਂ ਗਾਣਾ ਲਿਖਿਆ ਸੁਣੋ ਸੁਣੋ ਮੇਰੇ ਤੋਂ ਕਹਿੰਦਾ ਹੁੰਦਾ ਸੀ ਸੁਣੋ ਹੂੰ ਤੇ ਹੁਣ ਉਹ ਪਤਾ ਨਹੀਂ ਤਾਂ ਪ੍ਰੋਫੈਸ਼ਨਲ ਹੋ ਗਿਆ ਵੱਡੇ ਹੋ ਗਏ ਸਾਰੇ ਹੁਣ ਹੁਣ ਉਹ ਕਹਿੰਦਾ ਵੀ ਨਾ ਆ ਮੇਰੇ ਬੁੱਕ ਲਾ ਗਿਆ ਤੂੰ ਸੁਣ ਲਈ ਫਿਰ ਉਹ ਕਈ ਬਿਨਾ ਉਹਦੇ ਰਿਲੀਜ਼ ਕੀਤੇ ਉਹ ਭੇਜ ਦਿੰਦਾ ਜਾਂ ਮੜਾ ਕਰਿਓ ਚੈੱਕ ਫਿਰ ਅਸੀਂ ਸੌਂਦੇ ਰਹਿੰਦੇ ਆ ਫਿਰ ਅਸੀਂ ਉਹਨੂੰ ਦੱਸ ਦਿੰਦੇ ਆ ਵਿੱਚ ਵੀ ਆਹ ਤੇਰਾ ਵਧੀਆ ਲੱਗਿਆ ਨਾਲ ਉਹਨੂੰ ਰੈਵੀ ਦੇ ਦੇ ਦਿਆ ਯਾਰ ਮੇਰੇ ਸਾਨੂੰ ਤਾਂ ਵਧੀਆ ਲੱਗਿਆ ਪਰ ਚੱਲਣਾ ਨਹੀਂ ਕਿਉਂ ਫਿਰ ਕਹਿ ਦਿੰਨਾ ਵੀ ਆਪਾਂ ਹੁਣ 32 35 ਦੇ ਹੋ ਗਿਆ ਆਪਣੀ ਸੋਚ ਜੀ ਹੋਰ ਸਾਡੀ ਹੋ ਗਈ ਤੇ ਆ ਗਾਣੇ ਉਹ ਚੱਲਦਾ ਜਿਹੜਾ 18 19 20 ਆਲੇ ਵਾਲੇ ਜਵਾਨਾਂ ਨੂੰ ਚੰਗੇ ਲੱਗਦੇ ਵੀ ਤੂੰ ਉਹ ਹੀ ਲਿਖਿਆ ਕਰ ਹੂੰ ਤਾਂ ਬਸ ਚੱਲਦੇ ਰਹਿੰਦੇ ਹੂੰ ਹੁਣ ਕਿੱਧਰ ਜਾਣਾ ਤੁਸੀਂ ਹੁਣ ਰੂਬਲ ਸਿੱਧੂ ਦੋਸਤ ਆ ਉਹ ਮੰਤਰੀ ਸਾਹਿਬ ਕੋਲ ਬੈਠਾ ਕਰੇ ਅੱਛਾ ਅੱਛਾ ਦੋ ਸੈਕਟਰ ਜੀ ਆਈ ਜਾਂਦੇ ਸੀ ਹਾਂ ਉਹਦਾ ਫੋਨ ਆ ਜਾਂਦਾ ਸੀ ਉਹਨੂੰ ਮੈਂ ਕਹਿ ਕੇ ਆਇਆ ਸੀ ਮੈਂ ਕਿਹਾ ਮੈਂ ਘੰਟੇ ਤੱਕ ਫਰੀ ਹੋ ਜਾਊਗਾ ਉਹ ਲਈ ਕਹਿੰਦਾ ਉਹ ਵੀ ਸਾਡਾ ਜਿਗਰੀ ਯਾਰ ਆ ਦੋਸਤ ਆ ਪੁਰਾਣਾ ਜੀ 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 ਉਹ ਸਿੱਧੂ ਦੋਸਤ ਆ ਮੇਰਾ ਸਾਡੇ ਸਰਕਲ ਦੇ ਵਿੱਚ ਮੈਂ ਰੂਬਲ ਅਸੀਂ ਦੋਵੇਂ ਸਿੱਧੂ ਆ ਫਿਰ ਉਹ ਸਿੱਧੂ ਬਰਾ ਸਿੱਧੂ ਬਰਾ ਕਰਦਾ ਰਹਿੰਦਾ ਸੁੱਖ ਸੁੱਖ ਆ ਮੇਰੇ ਵਾਸਤੇ ਹੂੰ ਸੁੱਖਾ ਵਾਸਾ ਨਹੀਂ ਪਿਛਲੇ ਦਿਨ ਉਹ ਸੁੱਖ ਆ ਮੇਰੇ ਵਾਸਤੇ ਮੈਨੂੰ ਕਹਿੰਦਾ ਕਾਫੀ ਦੂਰ ਗਏ ਸੀ ਅਸੀਂ ਜਗਾ ਕਿਤੇ ਕਾਦੀ ਮੰਤਰੀ ਦੀ ਪਤਾ ਨਹੀਂ ਕਾਦੀ ਸੁੱਖ ਆਊਗਾ ਐਮਐਲਏ ਦੀ ਸੁੱਖ ਆਇਆ ਸੀ ਪਹਿਲਾਂ ਅੱਛਾ ਹੁਣ ਤਾਂ ਮੰਤਰੀ ਦੀ ਸੁੱਖ ਆਊਗਾ ਪਤਾ ਨਹੀਂ ਮੈਂ ਪੁੱਛੂੰਗਾ ਜੋ ਤੂੰ ਵੀ ਤੂੰ ਸੁੱਖਾ ਦੀ ਮੈਨੂੰ ਦੱਸ ਲੈ ਲੈ ਲੈਣੇ ਆ ਨਾ ਉਹ ਕਰੀਏ ਨਾਮ ਉਹਨੂੰ ਚੱਕ ਲੋ ਨਹੀਂ ਉਹਨਾਂ ਨੂੰ ਪੁੱਛ ਲੈਣੇ ਕਾਦੀ ਸੁਖ ਸੁਖੀ ਵਿੱਚ ਚੱਕ ਲੋ ਕੋਈ ਨਹੀਂ ਪੁੱਛ ਲੋ ਪੁੱਛ ਲੋ ਵਿੱਚੋਂ ਲਾ ਲੋ ਲਾ ਲੋ ਲਾ ਲੋ ਅਸੀਂ ਨਾਮ ਬੋਲਦੇ ਹੋ ਨਹੀਂ ਨਹੀਂ ਆਏ ਤਾਂ ਕਾਨੂੰ ਬੋਲਣਾ ਸਪੀਕਰ ਤੇ ਨਾਲ ਦੱਸ ਦਿਓ ਨਾ ਉਹਨਾਂ ਨੂੰ ਵੀ ਪੋਡਕਾਸਟ ਚੱਲ ਰਿਹਾਗਾ ਕੋਈ ਏਡੀ ਗੱਲ ਨਹੀਂ ਪੁੱਛ ਲਾਂਗੇ ਕਾਦੀ ਸੁਖ ਸੁਖੀ ਹੈ ਨਾਲੇ ਮੈਨੂੰ ਪਤਾ ਲੱਗ ਜੂ ਕਿਹੜਾ ਪੋਰਟਫੋਲੀਓ ਚੰਗਾ ਲੱਗਦਾ ਹੈਗਾ ਨਾਲੇ ਸਾਰਿਆਂ ਨੂੰ ਪਤਾ ਲੱਗ ਜੇ ਕਿਵੇਂ ਰੋ ਬੋਲ ਉਹ ਮੈਂ ਬੈਠਾ ਚਾ ਪੋਡਕਾਸਟ ਕਰ ਰਿਹਾ ਹਾਂ ਉਹਦੇ ਵਾਸਤੇ ਬੈਠਾ ਲਾਈਵ ਬੈਠਾ ਏ ਲਾਈਵ ਜੀ ਤੈਨੂੰ ਫੋਨ ਲਾ ਲਿਆ ਭਾਈ ਆਪਣੇ ਕਹਿੰਦੇ ਕਹਿੰਦੇ ਤੇਰਾ ਦੋਸਤ ਆ ਮੈਂ ਤੇਰਾ ਜ਼ਿਕਰ ਕੀਤਾ ਸੀ ਮੈਂ ਰੂਬਲ ਸਿੱਧੂ ਦੋਸਤ ਆ ਮੈਂ ਵਿੱਚ 10 ਬੈਠਾ ਮੈਂ ਕਿਹਾ ਸੁੱਖ ਸੁੱਖ ਆ ਪਿਛਲੇ ਦਿਨੀ ਮੇਰੇ ਵਾਸਤੇ ਭਾਈ ਕਹਿੰਦਾ 10 ਕਾਦੀ ਸੁੱਖ ਆ ਕਾਦੀ ਸੁੱਖ ਆ ਭਾਈ ਹਾਂ ਹੈਂਡ ਫ੍ਰੀ ਕਰ ਲਓ ਹਾਂ ਦੱਸ ਦਿਓ ਹਾਂ ਇਹ ਵਾਇਗਰੂ ਵਾਲੀ ਗੱਲ ਠੀਕ ਵਾਇਗਰੂ ਵਾਲੀ ਗੱਲ ਸਹੀ ਹੈ ਤੂੰ ਫਿਰ ਵੀ ਫਿਰ ਵੀ ਮਾੜੀ ਮੁੱਟੀ ਐਕਸਪੈਕਟੇਸ਼ਨ ਹੁੰਦੀ ਹੈ ਨਾ ਉਹ ਕਾਦੀ ਆ ਦੇਖੋ ਐਕਸਪੈਕਟੇਸ਼ਨ ਤਾਂ ਜੀ ਸਭ ਦੀ ਈ ਉਹ ਬਈ ਜਿੰਨਾ ਹਾਇਰ ਹੋ ਸਕੇ ਰੁਬਲ ਤੇ ਆ ਤੇ ਆ ਤੇ ਆ ਨਾ ਲਾਈਵ ਬੈਠੇ ਆਈ ਚੱਲ ਜਾਣਾ ਤੂੰ ਆਏ ਜੇ ਜਦੋਂ ਆਏ ਲਾਈਵ ਹੋਵੇ ਨਾ ਤਾਂ ਮੈਂ ਤੁਹਾਨੂੰ ਸਮਝਾਉਣਾ ਹਾਂ ਤਾਂ ਤੇਰੇ ਤੋਂ ਛੋਟਾ ਤੂੰ ਐ ਕਦਾ ਕਰਕੇ ਪਰਮਾਤਮਾ ਜਿਸ ਨੂੰ ਮੇਹਰ ਕਰੇ ਉਵੇਂ ਕਰਨਾ ਪਰਮਾਤਮਾ ਦੇ ਸਿੱਧੇ ਹੀ ਹੁੰਦੀ ਆ ਉਹਦੇ ਨਾਲ ਫਿਰ ਸਾਹਮਣੇ ਵਾਲਾ ਬੰਦਾ ਗੁੱਸਾ ਨਹੀਂ ਕਰਦਾ ਕੋਈ ਮੈਂ ਤਾਂ ਪਹਿਲਾਂ ਹੀ ਕਿਹਾ ਜੀ ਮੈਂ ਕਿਹਾ ਵਾਈ ਗਰੂ ਨਹੀਂ ਕਰਨਾ ਜੀ ਉਹ ਤਾਂ ਕਰਦਾ ਠੀਕ ਨਾਲੋ ਉ ਵੀ ਦੂਜੀ ਲਾਈਨ ਜੀ ਵੀ ਕਹਦੇ ਨਾ ਜਿਹੜੇ ਉਹ ਕਹਿੰਦੇ ਹੁੰਦੇ ਆ ਵੀ ਜੇ ਮਿਹਨਤ ਕਰਾਂਗੇ ਤਾਂ ਸਾਰਾ ਕੁਝ ਮਿਲ ਜੂਗਾ ਜੀ ਮਿਹਨਤ ਰੰਗ ਲਿਆਊਗੀ ਉਹ ਚਾਰ ਪੰਜ ਗੱਲਾਂ ਜੀਆਂ ਨਹੀਂ ਹੁੰਦੀਆਂ ਲਾਈਨਾਂ ਜੀਆਂ ਪੱਕੀਆਂ ਹੀ ਹੁੰਦੀਆਂ ਨੇ ਪਰ ਇਹ ਜਿਹੜਾ ਇਹ ਬੰਦਾ ਨਾ ਸਾਡਾ ਇਹ ਤੇਰੀ ਮੈਂ ਤਾਰੀਫ ਸੁਣਾਉਣਾ ਇੱਕ ਲਾਈਵ ਹੋਰ ਜਿਹੜਾ ਜਿਹੜਾ ਇਹ ਬੰਦਾ ਇਹ ਜਿਹਦੇ ਤੋਂ ਗੁੱਸਾ ਕਰ ਲਈ ਤਾਂ ਫਿਰ ਆਇਆ ਸਾਫ਼ ਕਰ ਦਿੰਦਾ ਬੰਦਾ ਜੇ ਐ ਕਹਦੇ ਨਾ ਵੀ ਇਹਦੇ ਮੂਰ ਦੀ ਕੋਈ ਲੰਘ ਜੇ ਕਿਵੇਂ ਲੰਘਿਆ ਮੂਰ ਦੇ ਮੰਤਰੀ ਸਾਹਿਬ ਕੋਲੇ ਹੀ ਬੈਠਿਆ ਮੰਤਰੀ ਸਾਹਿਬ ਕੋਲੇ ਬੈਠਿਆ ਨਹੀਂ ਰਹਿੰਦੇ ਹੈ ਨਹੀਂ ਨਹੀਂ ਤਾਂ ਕਰਾਂ ਮੈਂ ਸਪੋਰਟਸ ਤੇ ਵੀ ਪੁੱਛ ਲ ਕੇ ਕੋਸ਼ਿਸ਼ ਮંત્રી ਸਾਹਿਬ ਕੋਲੇ ਬੈਠੇ ਨੇ ਨਹੀਂ 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 ਹੁਣ ਤਾਂ ਨਹੀਂ ਹੈਗੇ ਹੁਣ ਤਾਂ ਉਹ ਖੇਡਣਗੇ ਹੋਇਆ ਅੱਛਾ ਅੱਛਾ ਤੂੰ ਕੱਲਾ ਹੀ ਰਹਿ ਗਿਆ ਖੇਡ ਮਿਨਿਸਟਰ ਖੇਡ ਰਹੇ ਆ ਹੈ ਚੱਲ ਮਿਲਦੇ ਆ ਫਿਰ ਮੈਂ ਠੀਕ ਹੈ ਠੀਕ ਮਿੰਟਮ ਨਹੀਂ ਓਕੇ ਓਕੇ ਠੀਕ ਹੈ ਓਕੇ ਸਹੀ ਹੈ ਇਹਦੀ ਇੱਕ ਚੀਜ਼ ਬੜੀ ਇੰਟਰਸਟਿੰਗ ਹੈ ਹਾਂ ਜੀ ਇਹਦੀ ਕਿਸੇ ਨੇ ਸਾਡੇ ਸਾਰੇ ਸਰਕਲ ਚ ਸਾਡੇ ਵਾਲੇ ਸਾਰੇ ਡਰਦੇ ਆ ਵੀ ਜੇ ਤੁਸੀਂ ਰੂਬਲ ਖੁਸ਼ ਕਰ ਲਿਆ ਤਾਂ ਮਤਲਬ ਤੁਸੀਂ ਅੱਧਾ ਰੱਬ ਖੁਸ਼ ਕਰ ਲਿਆ ਹੂੰ ਜੇ ਨਰਾਜ਼ ਹੋ ਗਿਆ ਤਾ ਵੀ ਇਹ ਬਹੁਤ ਨੁਕਸਾਨ ਕਰਦਾ ਹੈ ਸਦਰਨਾਕ ਬੰਦਾ ਹੈ ਇਹ ਚਲਾਨ ਬਹੁਤ ਕਰਦਾ ਸਾਰਿਆਂ ਦੇ ਅੱਛਾ ਇਹ ਪੁਲਿਸ ਚ ਹੈ ਨਹੀਂ ਨਹੀਂ ਚਲਾਨ ਕਿਵੇਂ ਨਜਰਾਂ ਵਾਲੇ ਚਲਾਨ ਬਹੁਤ ਘੱਟ ਅੱਛਾ 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 ਨਜ਼ਰ ਬਹੁਤ ਲੱਗਦੀ ਠੀਕ ਹੈ ਇਹ ਤੁਰਾ ਜਾਂ ਤੁਸੀਂ ਗੱਡੀ ਤੇ ਤਿਆਰ ਤਰ ਹੋ ਕੇ ਲੰਘ ਜਓ ਹਾਂ ਕਿਉਂ ਛੱਟੇ ਪੈ ਜਾਂਦੇ ਹਨ ਹਾਂ ਤਾਂ ਇਹ ਕਹਦੇ ਉਹ ਬੜਾ ਤਿਆਰ ਹੋਇਆ ਅੱਜ ਤਾਂ ਨਾ ਤਾਂ ਥੋੜਾ ਕੁਰਤਾ ਪਜਾਮਾ ਪਾਟਿਆ ਲੋ ਨਾ ਥੋੜੀ ਗੱਡੀ ਪੈਂਚਰ ਹੋਈ ਪੱਕੀ ਪਰ ਸਾਡੇ ਦੇ ਮਿਹਰਬਾਨ ਰਹਿੰਦਾ ਸਾਡੇ ਦੋਸਤਾਂ ਦੇ ਚਲੋ ਬਹੁਤ ਵਧੀਆ ਦੋਸਤ ਆਪਣਾ ਠੀਕ ਹੈ ਭਾਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤੇ ਅਗਲੀ ਵਾਰੀ ਇੰਟਰਵਿਊ ਕਰਾਂਗੇ ਪੌਡਕਾਸਟ ਕਰਾਂਗੇ ਜਦੋਂ ਕੈਬਨਿਟ ਮੰਤਰੀ ਬਣਗੇ ਠੀਕ ਹੈ ओके ਬਹੁਤ ਬਹੁਤ ਧੰਨਵਾਦ ਜੀ ਤਾਂ ਇਹ ਸੀਗੇ ਅਮਰਤਪਾਲ ਸਿੰਘ ਸੁਖਾਨੰਦ ਬਹੁਤ ਭਾਵੁਕ ਜੀਆਂ ਗੱਲਾਂ ਕੀਤੀਆਂ ਇਹਨਾਂ ਨੇ ਭਾਵਕ ਵੀ ਹੋਏ ਬਹੁਤ ਸਟਰਗਲ ਦੀਆਂ ਗੱਲਾਂ ਜਿਹੜੀਆਂ ਸਟਰਗਲ ਪੀਰੀਅਡ ਦੇ ਵਿੱਚ ਰਿਹਾ ਕਿ ਕਿਉਂ ਆਏ ਰਾਜਨੀਤੀ ਦੇ ਵਿੱਚ ਉਹ ਸਾਨੂੰ ਦੱਸਿਆ ਅੱਜ ਦਾ ਪੋਡਕਾਸਟ ਕਿਵੇਂ ਲੱਗਿਆ ਤੁਹਾਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਹੁਣ ਮੈਨੂੰ ਦਿਓ ਇਜਾਜ਼ਤ ਬਹੁਤ ਬਹੁਤ ਧੰਨਵਾਦ